मैं मोटर ते बैठा जी, चलो कोई बंदा आया जी, जांदा जांदा टांच मार गया। किसी दे घर तो नहीं देखण गया, जिन्ना क मेरे घरदियां ने मेरे डंगरां दी सेवा करदी, पशुआं जिन्ने भी बहुत आए ने उन्होंने आप करी। 11 बज गए रात दे। हाँ जी, अच्छा चलो उतो साधन भी जिदन पहले दिन आए हो गए थी भी रुपये खराब हो गए, रुपये खराब हो गए ना जिंदगी च कदे पहला जी ना बाद दे विच। ਆਪਾਂ ਕਦੇ ਝੁੱਲ ਮਾਰ ਕੇ ਸਾਰਾ ਜਿਹਾ ਨਹੀਂ ਮਾਰਿਆ ਵੀ ਅੱਧੇ ਕਿੱਲੇ ਜਾਂਦੇ ਤਾਂ ਕਹਿਤਾ ਵੀ ਜਿੱਤ ਗਿਆ। ਉਹ 'ਚ ਹੁੱਲੜਬਾਜ਼ੀ ਹੋ ਗਈ, ਨਹੀਂ ਸਾਂਝੇ ਵਾਲਾ ਨਹੀਂ, ਇਹ ਵਰਖਾ ਪਾੜਤਾ, ਵਰਖਾ ਪਾੜਤਾ। ਮਾੜਾ ਟਾਈਮ ਆਇਆ ਜੀ। ਅੱਛਾ, ਬਹੁਤ ਮਾੜਾ, ਜਾਣੀ ਲਾ ਲਓ ਵੀ ਨਾ ਰੱਬ ਇਹੋ ਜਿਹਾ ਲਿਆ। ਅੱਛਾ, ਮਨਦੀਪ ਆਪਾਂ ਤੋਂ ਖੋਲ ਲਿਆ ਘਰ ਦਾ, ਜਿਵੇਂ ਕਹਿੰਦੇ ਹੁੰਦੇ ਨੇ ਵੀ ਨਹੀਂ ਮਨੇ ਟੁੱਟ ਗਏ। ਜਿਹੜਾ ਕੋਚ ਕਹਿਣ ਲੱਗਿਆ ਸੀ ਉਹ ਆਵਾਜ਼ ਉਹ ਦਿੰਦਾ ਉਹਦੇ ਦੀ, ਇਹ ਬਲਦਾਂ 'ਚ ਦੂਏ ਲੁੱਟ ਦਾ ਉਸਤਾਦ ਕਹਿੰਦੇ ਨੇ ਸਾਰੇ, ਪਰ ਉਸਤਾਦਾਂ ਵਾਲੀ ਕਦਰ ਹੈ ਹੀ ਨਹੀਂ। ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਦਾ ਮੇਰੇ ਵੱਲੋਂ ਜਾਣੀ ਤੁਹਾਡਾ ਛੋਟਾ ਵੀਰ ਵਿੱਕੀ ਗਰੇਵਾਲ ਗੁੱਜਰਵਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਲੁਧਿਆਣੇ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸਮਰਾਲੇ ਦੀ ਬੁੱਕਲ ਦੇ ਵਿੱਚ ਵਸਿਆ ਨਗਰ ਬਲਾਲਾ, ਜਿੱਥੇ ਇਸ ਖੇਤਰ ਦੇ ਵਿੱਚ ਇਸ ਨਗਰ ਨੇ ਰਾਜਨੀਤਿਕ ਸ਼ਖਸੀਅਤਾਂ ਵੀ ਪੈਦਾ ਕੀਤੀਆਂ। ਸਮੇਂ ਸਮੇਂ 'ਤੇ ਮਾਲਵਾ ਟੀ ਵੀ ਰਾਹੀਂ ਆਪਾਂ ਖਿਡਾਰੀ ਵੀਰਾਂ ਦੇ ਨਾਲ ਜਾਣ ਪਛਾਣ ਕਰਾਉਂਦੇ ਰਹਿੰਦੇ ਹਾਂ। ਅੱਜ ਨਗਰ ਬਲਾਲੇ ਦੇ ਵਿੱਚ ਸਰਦਾਰ ਜੰਗ ਸਿੰਘ ਜੀ ਬਲਾਲਾ, ਜੋ ਬੈਲ ਗੱਡੀਆਂ ਦੇ ਖੇਤਰ 'ਚ ਵੱਡਾ ਨਾਂ ਨੇ, ਮਾਲਵਾ ਟੀ ਵੀ ਦੀ ਟੀਮ ਅੱਜ ਸਰਦਾਰ ਜੰਗ ਸਿੰਘ ਜੀ ਬਲਾਲਾ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੀ ਆ। ਜੰਗ ਸਿੰਘ ਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ। ਗਰੇਵਾਲ ਸਾਹਿਬ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮਾਲਵਾ ਟੀ ਵੀ ਦੇ ਜਿੰਨੀ ਵੀ ਟੀਮ ਹੈ ਸਭ ਦਾ ਬਹੁਤ ਬਹੁਤ ਧੰਨਵਾਦ।
मैं वेलकम कहना जी। सरदार जंग सिंह जी बलाला, जंग सिंह जी ये शौक जो बैलगड्डिया का बहुत रखन का, ये थोनू किवें पिया? ये साढ़े बजुर्ग साढ़े बापू जी, हाँ जी, पहला रखते सी, भजाते सी, उन्होंने नाल जाते सी दौड़ा ते, बहुत नाले नाल बधी गया जी, फिर पढ़ाई दे नाल नाल इन्हां नूं देखी गया जी। अच्छा, पहला बजुर्ग भजाते? हाँ जी हाँ, पहला बजुर्ग भजाते सी, ठीक सी। चलो पहला तो भजाते होंगे ने जी, बापू जी होने? हाँ जी, ये तो पहला तो भजाते ने, 90 तो पढ़ाई खत्म तो बाद मैं नाल जाण लग गया इन्हां दे, ठीक है जी। फिर 90 तो बदलते बदलते मैं चल गया नौकरी ते जी। अच्छा, 90 तो बाद फिर तुसी नौकरी कर ली? हाँ जी हाँ। न्यू कितने भरा जी तुसी? असी दो भरा जी, एक मैं एक छोटा भरा गुरप्रीत सिंह। अच्छा जी, हाँ जी। वो की करते है? वो इस टाइम फोरमैन ने जी, इतने दराहे दराहे। बापू जी होनी उदो खेतीबाड़ी करते? हाँ जी, खेतीबाड़ी है जी। ते तुसी फिर चलो बई हरेक नूं हुंदा बंदा रुजगार भी करे, छोटा परिवार सीगा। मास्टरी जे लड़ाई कमाउणी फिर कंडक्टरी? कंडक्टरी है जी। फिर कंडक्टरी चो गल्लां बातां हुंदियां सी? बहुत ज्यादा हुंदियां सी, बहुत ज्यादा। एक चीज ते जी प्यार मुहब्बत पूरा मिलदा सी? पूरा जी पूरा। हां जी, ते ओह तां जिवें कहिंदा सुपनिआं दे विच वी रात नूं आउंदियां हुंदियां सी, बाजां वी बजदियां हुंदियां सी, सीटियां बजदियां सी, बजदियां सी पूरियां। अच्छा, पूरियां सीटियां बजदियां सी। हां जी हां जी। अच्छा, फिर 1990 च तुसीं नौकरी करन लग गए ते फिर बहुतां दा शौक जो छुट्टियां छट्टी कदे मिल जाणी 2 महीने बाद फिर इहनां नाल चले जाणा जी। ਬਾਪੂ ਜੀ ਭਜਾਈ ਗਏ? ਬਾਪੂ ਜੀ ਆਈ ਗਏ ਨੇ ਜੀ। ਅੱਛਾ, ਹਾਂਜੀ ਹਾਂ। ਅਤੇ ਇਹਦੇ ਸਾਡੇ ਚਾਚਾ ਜੀ ਨੇ ਰਣਜੀਤ ਸਿੰਘ ਇਹ ਨਾਲ ਜਾਂਦੇ ਸੀ, ਮੈਂ ਉੱਧਰ ਹੁੰਦਾ ਸੀ। ਅਤੇ ਤੁਸੀਂ ਉੱਧਰ ਹਲਕਾ ਫੁਲਕਾ ਕੰਮ? ਹਾਂਜੀ ਹਾਂ, ਬਸ ਨੋਰਮਲ ਜਿਹਾ ਜਿਵੇਂ ਚੱਲੀ ਗਏ ਨੇ ਜੀ। ਅੱਛਾ, ਠੀਕ ਹੈ ਜੀ। ਜਿਵੇਂ ਪਹਿਲੀਆਂ ਜਿਹੜੀਆਂ ਪੋਜੀਸ਼ਨਾਂ 'ਚ ਨਹੀਂ ਇਹਨਾਂ 'ਤੇ 8ਵਾਂ 10ਵਾਂ ਨੰਬਰ ਜੇ ਕਰੇ ਹੋਣਾ ਬਹੁਤ ਖੁਸ਼ੀ ਮਨਾਉਣੀ। ਜਾਣੀ ਪਹਿਲੇ 10ਾਂ 'ਚ ਰਹਿੰਦੇ ਸੀ? 10ਾਂ 'ਚ ਰਹਿ ਜਾਂਦੇ, ਕਿਉਂਕਿ 90 ਦੇ ਦਹਾਕੇ ਤਾਂ ਵੱਡੇ ਖਿਡਾਰੀ ਆ। ਵੱਡੇ ਖਿਡਾਰੀ ਸੀ ਜੀ, ਹਾਂਜੀ ਹਾਂ। ਉਦੋਂ ਕਿਹੜੇ ਖਿਡਾਰੀ ਸੀਗੇ 90 ਦੇ ਦਹਾਕੇ 'ਚ? ਵੱਡੇ ਖਿਡਾਰੀ ਤਾਂ ਜੀ ਚਰਨ ਸਿੰਘ ਜੀ ਗਿੱਲਾਂ, ਜਿਹਨਾਂ ਦਾ ਵੱਡਾ ਨਾਂ ਆਉਂਦਾ ਸੀ, ਅਜੀਤ ਸਿੰਘ ਜੀ ਕਢਾਣੀ, ਹਾਂਜੀ, ਅਤੇ ਚੌਧਰੀ ਜਗਨਨਾਥ ਜੀ, ਹਾਂਜੀ, ਠੀਕ ਹੈ ਜੀ। ਇੱਕ ਸਾਡੇ ਇੱਥੇ ਨੇੜੇ ਦੇ ਨੇ ਜੀ, ਪ੍ਰੇਮ ਸਿੰਘ ਲੋਕੋਂ। ਅੱਛਾ, ਹਾਂਜੀ। ਉਹਨਾਂ ਦਾ ਵੀ ਉਹਨਾਂ ਦਾ ਪੂਰਾ ਉਸ ਟਾਈਮ ਜਿੰਨਾ ਕਹਿ ਦੂੰ ਜੀ ਉਹਨਾਂ 90 ਦੇ ਦਹਾਕੇ 'ਚ ਉਹਨਾਂ ਦੀ ਵੀ ਬੱਲੇ 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 ਸੀ ਪੂਰੀ ਉਹਨਾਂ ਦੀ। ਅੱਛਾ, ਦੁਆਬੇ 'ਚ ਵੀ ਕੋਈ ਆਉਂਦੇ ਸੀ? ਦੁਆਬੇ 'ਚ ਜੀ ਮੇਰੀ ਨੌਲੇਜ ਦੇ ਵਿੱਚ ਤਾਂ ਜਾਣੀ ਐਵੇਂ ਕਹਿ ਦਈਏ ਮੈਂ ਇੰਨਾ ਸੁਣਿਆ ਨਹੀਂ ਸੀ। ਅੱਛਾ, ਮਾਝਾ ਕੋਈ? ਮਾਝੇ 'ਚੋਂ? ਨਾ ਜੀ ਨਾ, ਮਾਝੇ ਦਾ ਕੋਈ ਨਹੀਂ ਸੀ। ਮਾਝੇ ਦਾ ਵੀ ਨਹੀਂ ਕੋਈ? ਨਹੀਂ ਸੀ, ਇੱਥੋਂ ਦੇ ਸੀਗੇ ਜਾਣੀ। ਹਾਂਜੀ ਹਾਂ, ਇੱਕ ਕਰਨੈਲ ਸਿੰਘ ਜੱਸੜ, ਜਦ ਉਹਨਾਂ ਦੀ ਤਾਂ ਫੁੱਲ ਚੜ੍ਹਾਈ ਤੀ, ਉਹਨਾਂ ਦੇ 5-5 ਬਾਲ ਦੇ ਇੱਕ ਖੇਡ 'ਚ ਭੱਜਦੇ ਤੀ ਜੀ ਉੱਤੋਂ, ਕਰਨੈਲ ਸਿੰਘ ਜੀ। ਹਾਂਜੀ ਹਾਂ। ਤੁਸੀਂ ਨਾਲ ਦੀ ਨਾਲ ਨੌਕਰੀ ਕਰਦੇ ਰਹੇ ਨਾਲ ਦੇ ਇੱਧਰ ਜੀ? ਹਾਂਜੀ। ਅੱਛਾ, ਉਦੋਂ ਬਾਅਦ 90 ਤੋਂ ਬਾਅਦ ਫਿਰ ਵਿਆਹ ਸ਼ਾਦੀ ਵੀ? ਹਾਂਜੀ, ਮੈਰਿਜ ਵੀ ਮੇਰੀ 94 ਦੇ ਵਿੱਚ। 94 'ਚ? ਹਾਂਜੀ। ਫਿਰ ਉਦੋਂ 94 'ਚ ਜਦੋਂ ਮੈਰਿਜ ਹੋ ਗਈ ਤੁਹਾਡੀ, ਹਾਂਜੀ, ਫਿਰ ਉਹ ਸ਼ੌਂਕ ਰਿਹਾ ਕਿ ਨਹੀਂ? ਸ਼ੌਂਕ ਵੱਧਦਾ ਗਿਆ ਜੀ ਵਿਆਹ ਤੋਂ ਬਾਅਦ। ਹਾਂਜੀ, 98 ਤੋਂ ਸੀ। ਫਿਰ ਕੀ ਗੱਲ ਵੀ ਸਾਡੀ ਭੈਣ ਨੇ ਫਿਰ ਸ਼ੌਂਕ ਨੂੰ ਹੱਲਾ ਸ਼ੇਰੀ ਦੇਤੀ ਵੀ ਨੌਕਰੀ ਛੱਡੋ ਅਤੇ ਬਾਹਰ ਤੋਂ? ਦੇਖੋ ਜੀ, ਮੈਂ ਕਿਸੇ ਦੇ ਘਰ ਤਾਂ ਨਹੀਂ ਦੇਖਣ ਗਿਆ, ਜਿੰਨਾ ਕੁ ਮੇਰੇ ਘਰਦਿਆਂ ਨੇ ਮੇਰੇ ਡੰਗਰਾਂ ਦੀ ਸੇਵਾ ਕਰਦੀ, ਪਸ਼ੂਆਂ ਜਿੰਨੇ ਵੀ ਬਹੁਤ ਆਏ ਨੇ ਉਹਨਾਂ ਨੇ ਆਪ ਕਰੀ ਆ। ਯਾਨੀ ਉਹਨਾਂ ਨੇ ਫਿਰ ਤੁਹਾਡਾ ਹੌਸਲਾ ਵਧਾਤਾ? ਹਾਂਜੀ ਹਾਂ, ਇੱਕ ਲਾ ਲਓ ਵੀ ਮੌਕਾ ਹੀ ਨਹੀਂ ਸੀ ਵੀ ਉਹ ਖੇਡ 'ਚ ਜਾ ਕੇ ਜੋੜ ਦੇਣ। ਕੀ ਗੱਲ, ਪਹਿਲਾਂ ਬਾਪੂ ਅਤੇ ਬੇਬੇ ਘੱਟ ਸਮਝਦੇ ਸੀਗੇ? ਨਹੀਂ, ਸਾਡੇ ਮਾਤਾ ਜੀ ਨਹੀਂ ਇੱਦਾਂ ਕਰਦੇ ਸੀ। ਹਾਂ ਨਹੀਂ, ਉਹ ਡਰਦੇ ਸੀ, ਇਹਦਾ ਲਾ ਲਓ ਵੀ ਜਿਵੇਂ ਲਾ ਲਓ ਵੀ ਆ ਗਏ, ਫਿਰ ਤੋਂ ਬਾਅਦ ਦੇ ਵਿੱਚ ਤਾਂ ਬਸ ਸਾਹਮਣੇ ਇਹਨਾਂ ਨੇ ਨਹੀਂ ਉਹ ਫਿਰ ਮਾਤਾ ਨੇ ਕਦੇ ਕਿਹਾ ਨਹੀਂ ਵੀ ਮੈਂ ਇਹਦਾ ਖਹਿੜਾ ਛਡਾਉਣੀ ਸੀ, ਤੂੰ ਹੋਰ ਲਾਤਾ ਇਹ? ਨਹੀਂ, ਇਹ ਤਾਂ ਗੱਲ ਤਾਂ ਹੋਈ ਉਹ ਮੇਰਾ ਹੀ ਮਾਤਾ। ਨਹੀਂ ਨਹੀਂ ਇਹਨਾਂ ਦੀ ਹੋਈ? ਹਾਂ ਨਹੀਂ, ਜਾਂ ਫਿਰ ਨੌ ਸੱਸ ਦੀ ਗੱਲ ਹੋਣ ਲੱਗ ਜਾਂਦੀ ਹੈ ਵੀ ਮੈਂ ਮਸਾਂ ਨੌਕਰੀ ਪੇਸ਼ੇ ਵੀ ਇਹਨੇ ਇੱਧਰ ਨਵੇਂ ਪੰਗੇ 'ਚ ਖੜਾ ਕਰਤਾ ਇਹ ਪੰਗਾ। ਤਾਂ ਚਲੋ ਬਾਪੂ ਹੋਣਾ ਵੀ ਸ਼ੌਂਕ ਸੀ ਵੀ ਬਾਪੂ ਤਾਂ ਰੁਕ ਰਹੇ, ਹੁਣ ਮੁੰਡਾ ਵੀ ਨਹੀਂ ਰੁਕਣਾ। ਹਾਂ ਜੀ ਹਾਂ ਜੀ, ਐਂ ਤਾਂ ਹੋ ਜਾਂਦਾ ਸੀ, ਮਾੜਾ ਮੋਟਾ ਤਾਂ ਚੱਲੇ ਜਾਂਦਾ ਸੀ, ਯਾਨੀ ਐਂ ਮਾੜੀ ਮੋਟੀ ਗੱਲ ਹੋਈ ਆ। ਹਾਂ ਜੀ ਹਾਂ, ਫਿਰ 98 ਤੋਂ। ਅੱਛਾ, ਫਿਰ ਜੰਗ ਸਿੰਘ ਜੀ ਤੁਹਾਡਾ ਅੱਜ ਦੇ ਸਮੇਂ 'ਚ ਵੀ ਵੱਡਾ ਨਾਂ, ਫਿਰ ਜੰਗ ਸਿੰਘ ਬਲਾਲਾ ਕਦੋਂ
वो लैवल ते 98 च तुसी 94 च ब्याह हो गया 98 च फिर तुसी ये ट्रैक ते परिवार करनी हो पूरा सहयोग हो गया हाँ जी बापू होना कौन हाँ जी फिर क्योंकि खिडारी उदो वड्डे सी जिन्हां दे तुसी नौ ले आ हाँ जी वो लैवल बहुत बहुत वड्डा सी जी वड्डा सी जिवें आपां असीं कहिंदे वी जे उहनां नूं खेड च आए नूं देखदे हुंदे सी वी इह आ गए वी इहनां दे बौलदां दा की आ देखदे उहनां नूं सी ਜਿਵੇਂ ਅੱਜ ਗੱਲ ਕਰ ਲਈਏ ਵੀ ਕਬੱਡੀ ਚ ਸੁਲਤਾਨ ਹੋਣੀਆਂ ਲੁੱਧਰ ਹੋਣੀਆਂ ਵੀ ਆਪਾਂ ਇੱਕ ਪਿੰਡ ਉਪਨੀ ਖੇਡਦੇ ਹੋਈਏ ਹਜੇ ਪਿੰਡਾਂ ਚ ਹੀ ਹੋਈ ਹਾਂਜੀ ਵੀ ਇਹ ਤਾਂ ਹੁਣ ਆਲ ਉਪਨ ਵਾਲੇ ਅਸੀਂ ਤਾਂ ਲਾ ਲਓ ਜੀ 32-35 ਵਾਲੀ ਮੰਨਦੇ ਸੀ ਉਪਨ ਵਾਲੇ ਵੀ ਨਹੀਂ ਸੀ ਵੀ ਉਦੋਂ ਥੱਲੇ ਹੀ 62-35 ਵਾਲੇ ਇਹ ਇਹੀ ਲੈਵਲ ਸੀ ਹਾਂਜੀ ਹਾਂ ਅੱਛਾ ਉਦੋਂ ਬਾਅਦ ਜੀ ਚੱਲਦਾ ਗਿਆ ਜੀ ਫਿਰ 2 ਸਾਲ ਦੇ ਵਿੱਚ ਮੈਂ ਪਰਬਤ ਸਰ ਮੰਡੀ ਗਿਆ ਜੀ ਮੰਡੀ ਗਏ ਹਾਂਜੀ ਅੱਛਾ ਉੱਥੋਂ ਜਾ ਕੇ 2 ਬੱਚੇ ਲਏ ਜੀ ਮੈਂ ਪਰਬਤ ਸਰ ਜੀ ਅੱਛਾ ਜੀ ਚਲੋ ਦੋਵੇਂ ਵਧੀਆ ਭੱਜਣ ਜੀ ਫਿਰ ਉਹਨਾਂ 'ਚ ਇੱਕ ਸਾਵਾ ਬੱਚਾ ਦੀ ਇੱਕ ਬੱਗਾ ਬੱਚਾ ਦੀ ਅੱਛਾ ਜੀ ਫਿਰ ਉਹ ਲੱਗ ਗਏ ਜੀ ਉਹਨੂੰ ਜਦੋਂ ਲਿਆ ਕੇ ਜੋੜੇ ਜੀ ਉਹ ਪਹਿਲੇ ਦਿਨ ਤਿਆਰ ਕੀਤੇ ਉਹ ਪਹਿਲਾਂ ਫੁੱਲ ਤਿਆਰ ਕਰਕੇ ਜੀ ਐਨ ਸਾਂਭ ਸੰਭਾਲ ਕੇ ਪੂਰੇ ਨਹੀਂ ਉਦੋਂ ਜਿਵੇਂ ਤੁਹਾਨੂੰ ਖਾਦ ਖੁਰਾਕ ਦਾ ਟਰੈਕ ਦਾ ਪਤਾ ਲੱਗਣ ਲੱਗ ਗਿਆ ਸੀ ਨਹੀਂ ਜੀ ਹਾਂ ਉਹ ਬਹੁਤ ਨੇ ਸਿਖਾਇਆ ਜੀ ਸਾਨੂੰ ਸਾਰਾ ਕੁਛ ਜਿਹੜਾ ਪਰਬਤ ਸਰੋਂ ਬੱਗਾ ਬਹੁਤ ਲਿਆ ਜੀ ਅੱਛਾ ਅਤੇ ਚਲੋ ਸਟੈਪ ਬਾਏ ਸਟੈਪ ਚੜ੍ਹਦਾ ਚਲੇ ਗਿਆ ਜੀ ਅੱਛਾ ਉਹ ਪਹਿਲੇ ਦਿਨ ਤਿਆਰ ਕਰਕੇ ਜੋੜੇ ਹਾਂ ਪਹਿਲੇ ਦਿਨ ਜੀ ਉਹ 1.25 ਘੰਟਾ ਹਰੇ ਪਹਿਲੀ ਖੇਡ ਇਕੱਠੇ ਜੋੜੇ ਆਪਦੇ ਇਕੱਠੇ ਜੀ ਅੱਛਾ ਚਲੋ 1.25 ਥੋੜ੍ਹਾ ਜਿਹਾ ਪਿੱਛੇ ਹਟਣ ਲੱਗ ਗਿਆ ਉਹ ਅੱਗੇ ਨੂੰ ਜਾਣ ਲੱਗ ਗਿਆ ਜੀ ਚਲੋ ਇੱਕ ਆਪਣੇ ਰਣਜੀਤ ਸਿੰਘ ਜੀ ਨੇ ਲਲਤੋਂ ਵਾਲੇ ਹਾਂਜੀ ਉਹ ਆਏ ਮੈਂ ਵੀ ਛੁੱਟੀ 'ਤੇ ਜੀ ਘਰੇ ਆਏ ਹੋਇਆ ਘਰੇ ਪੁੱਛਿਆ ਮੈਂ ਮੋਟਰ 'ਤੇ ਚਲੇ ਗਿਆ ਜੀ ਅੱਛਾ ਜੀ ਕਹਿੰਦਾ ਵੀ ਤੇਰੇ ਬੱਚੇ ਜੋੜਨੇ ਨੇ ਮੈਂ ਵੀ ਦੇਖ ਲਓ ਵੀ ਬਾਅਦ ਦੇ ਵਿੱਚ ਤੁਸੀਂ ਵੱਡੇ ਹੋ ਵੀ ਸਾਡੇ ਨਵੇਂ ਨੇ ਵੀ ਕੱਲ੍ਹ ਨੂੰ ਤੁਸੀਂ ਉੱਥੇ ਕਹੋ ਮਾੜੇ ਚੰਗੇ ਵੀ ਉਸ ਜਿਹੇ ਹਿਸਾਬ ਦੇ ਵਿੱਚ ਜੋੜ ਲਿਓ ਉਹਨਾਂ ਨੂੰ ਲਲਤੋਂ ਵਾਲੇ ਰਣਧੀਰ ਸਿੰਘ ਹੋਣਾ ਹਾਂਜੀ ਵੀ ਰਾਜੂ ਉਹਨਾਂ ਨੂੰ ਕਿਹਾ ਹਾਂਜੀ ਹਾਂ ਅਤੇ ਨਾਲ ਆਏ ਸੀ ਜੀ ਆਪਣੇ ਭਿੰਦਰ ਹਮਾਂਜੀਪੁਰਾ ਮਾਈ ਭਿੰਦਰ ਹੋਣੀ ਹਾਂਜੀ ਹਾਂ ਅੱਛਾ ਉਹ ਮੈਨੂੰ ਕਹਿੰਦਾ ਵੀ ਦੇਖ ਲਾ ਵੀ ਜੰਗ ਵੀ ਜੋੜਨੇ ਪਿਆ ਮੈਂ ਚਲੋ ਜੋੜ ਲਓ ਉਦੋਂ ਕਮਾਨ ਤੁਹਾਡੇ ਹੱਥ 'ਚ ਆ ਗਈ ਸੀ ਹਾਂਜੀ ਬਲਦਾਂ ਦੀ ਉਦੋਂ ਨਹੀਂ ਇਹਨਾਂ ਦੀ ਨਿਗਾਹ ਦੇ ਵਿੱਚ ਮੇਰੇ ਬਲਦ ਆ ਗਏ ਜੀ ਵੱਡੇ ਖਿਡਾਰੀਆਂ ਦੇ ਵੀ ਇਹ ਆ ਰਿਹਾ ਬੱਚਾ ਮੂਹਰੇ ਵੀ ਇਹ ਬੱਚਾ ਮੂਹਰੇ ਆ ਰਿਹਾ ਅਸੀਂ ਹਜੇ ਪਿੱਛੇ ਸੀ ਇਹ ਚੀਜ਼ ਉਹ ਜਿਵੇਂ ਕਹਿ ਦਈਏ ਵੀ 62 ਕਿਲੋ ਚੋਂ ਨਿਕਲਦਾ ਓਪਨ ਚ ਵੀ ਇਹ ਜੱਫਾ ਲਾਊਗਾ ਹਾਂ ਜੱਫਾ ਲਾਊਗਾ ਉਹ ਤੁਹਾਨੂੰ ਐਂਟਰ ਕਰਨ ਲੱਗ ਗਿਆ ਓਪਨ ਚ ਹਾਂਜੀ ਹਾਂ ਇਹਨਾਂ ਨੂੰ ਹੋ ਗਿਆ ਵੀ ਇਹ ਬੱਚਾ ਆਊਗਾ ਜੀ ਉੱਪਰ ਅੱਛਾ ਚਲੋ ਅਸੀਂ ਸਾਇਆ ਖੇਡ ਹੋਈ ਜੀ ਉੱਥੇ ਜੋੜੇ ਸਾਡਾ ਨੰਬਰ ਫਿਰ 10ਵਾਂ ਬਣਿਆ ਇਹ ਲਲਤੋਂ ਵਾਲੇ ਨੇ ਜੋੜੇ ਹਾਂਜੀ ਅੱਛਾ ਮੈਂ ਭਿੰਦਰ ਨੂੰ ਆ ਕੇ ਮਾਂਜੂਪੁਰੇ ਨੂੰ ਕਿਹਾ ਮੈਂ ਬਾਈ ਵੀ ਬਹੁਤ ਤੁਹਾਡੇ ਭੱਜੇ ਤਾਂ ਹੈ ਨਹੀਂ ਵੀ ਦੇਖ ਲਓ ਕੀ ਫਰਕ ਹੈ ਮੈਨੂੰ ਕਹਿੰਦਾ ਚੁੱਪ ਕਰ ਜਾ ਤੇਰਾ ਕੰਮ ਦੇਖ ਕਿਹੋ ਜਿਹਾ ਕਰਾ ਰਿਹਾ ਤੇਰੇ ਨਾਲ ਬਹੁਤ ਦੇਖ ਕਿਹੜਾ ਜੜਾ ਰਿਹਾ ਉਸ ਟਾਈਮ ਭੋਲੇ ਮੀਮਸੇ ਦਾ ਬਹੁਤ ਬਹੁਤ ਭੱਜਦਾ ਸੀ ਭੋਲਾ ਸਿੰਘ ਮੀਮਸਾ ਮਲੇਰਕੋਟਲੇ ਕੋਲੇ ਆ ਹਾਂਜੀ ਹਾਂ ਧੂਰੀ ਦੇ ਕੋਲ ਧੂਰੀ ਦੇ ਕੋਲ ਹਾਂਜੀ ਹਾਂ ਅੱਛਾ ਚਲੋ ਉਹਨੂੰ ਲੈ ਕੇ ਆ ਗਿਆ ਕਹਿੰਦਾ ਬਾਈ ਬੱਚੇ ਜੋੜੀਏ ਮਹਾਂ ਬਾਈ ਉਹੋ ਜਿਹੇ ਹਿਸਾਬ 'ਚ ਕਰੇ ਵੀ ਹੁਣ ਤੇਰਾ ਤਾਂ ਬੱਚਾ ਪਹਿਲੇ ਨੰਬਰ ਕਰਦਾ ਪਹਿਲੇ ਦੂਜੇ ਨੰਬਰ ਨੇ ਉਹ ਬੰਦਾ ਆ ਗਿਆ ਆਪ ਆਇਆ ਜੀ ਭਿੰਦਰ ਨਾਲ ਅੱਛਾ ਕਹਿੰਦਾ ਤੁਹਾਡਾ ਨੰਬਰ ਬਣਿਆ 10ਵਾਂ ਪਹਿਲੇ ਵਾਲਾ ਤੁਹਾਡੇ ਘਰੇ ਆ ਗਿਆ ਉੱਥੇ ਖੇਡ ਤੇ ਹੀ ਆ ਗਿਆ ਖੇਡ ਤੇ ਹੀ ਆ ਗਿਆ ਖੇਡ ਤੇ ਅੱਛਾ ਕਹਿੰਦੇ ਵੀ ਆਪਾਂ ਜੋੜਨੇ ਨੇ ਇਕੱਠੇ ਮਾ ਜੀ ਦੇਖ ਲਓ ਵੀ ਉਹੀ ਗੱਲ ਮੈਨੂੰ ਵੀ ਯਕੀਨ ਨਾ ਹੋਵੇ ਬੱਚਿਆਂ 'ਚ ਸੀ ਉਦੋਂ ਬੱਚਾ ਖੀਰਾ ਜੀ ਖੀਰਾ ਜੀ ਹਾਂ ਉਹਨਾਂ ਦਾ ਦੁੱਗਾ ਹੋਊਗਾ ਜੀ ਅਸੀਂ ਜਾ ਕੇ ਲਹਿਰ ਜੋੜੇ ਜੀ ਅੱਛਾ ਇਕੱਠੇ ਸਾਡਾ ਨੰਬਰ ਦੂਜਾ ਬਣਿਆ ਜੀ ਅੱਛਾ ਬੌੜਾਈ ਦਾ ਪਹਿਲਾ ਬਣ ਗਿਆ ਜੀ ਤਾਰੀ ਦਾ ਦੂਜਾ ਨੰਬਰ ਸਾਡਾ ਹੋ ਗਿਆ ਜੀ ਯਾਨੀ ਉਹ ਪਹਿਲੀ ਵਾਰੀ ਪਹਿਲੀਆਂ 3 ਪੋਜੀਸ਼ਨਾਂ 'ਚ ਆ ਗਏ ਹਾਂਜੀ ਹਾਂ ਜਾਂ ਦੂਜਾ ਨੰਬਰ ਬਣਿਆ ਕਿਹੜੇ ਕਿਹੜੇ ਉਦੋਂ ਬੱਚਿਆਂ 'ਚ ਖਿਡਾਰੀ ਆ ਗਏ ਸੀ ਜਿਵੇਂ ਉਹ ਲਲਤੋਂ ਵਾਲੇ ਤੋਂ ਰਣਧੀਰ ਸਿੰਘ ਦੱਸਿਆ ਮੀਮਸੇ ਵਾਲਾ ਭੋਲਾ ਜਿੱਤਦਾ ਸੀ ਉਦੋਂ ਬੱਚਿਆਂ 'ਚ ਕਿਹੜੇ ਬੰਦੇ ਜਿੱਤਦੇ ਸੀ ਉਸ ਟਾਈਮ ਜੀ ਇੱਕ ਤਾਂ ਇਹ ਤਾਰੀ ਬੌੜਾਈ ਸੀ ਜੀ ਝੰਡਾ ਸਿੰਘ ਬੌੜਾਈ ਬੌੜਾਈ ਅੱਛਾ ਇੱਕ ਮਲਕੀਤ ਸਿੰਘ ਖੱਟਰ ਉਹ ਵੀ ਵੱਡਾ ਨਾਂ ਸੀ ਵੱਡਾ ਨਾਂ ਸੀ ਜੀ ਉਹਨਾਂ ਦਾ ਵੀ ਇਹ ਬਹੁਤ ਸਾਰੇ ਮੂਹਰੇ ਵਾਲੇ ਸੀ ਜੀ ਅੱਛਾ ਚਲੋ ਉਦੋਂ ਉੱਥੋਂ ਭਜਾ ਕੇ ਜੀ ਸਾਡੇ ਵੀ ਪੈਰ ਨਾ ਲੱਗਣ ਵੀ ਦੂਜਾ ਨੰਬਰ ਵੀ ਸਿਰਾ ਹੋ ਗਿਆ ਵੀ ਇੱਕ ਨਾ ਫਿਰ ਉਹ ਕਿਹਾ ਹੋਣਾ ਬੇਚਲਾ ਜਾਂ ਕੁਝ ਕਿਸੇ ਨੇ ਕੋਈ ਨਹੀਂ ਬਹੁਤ ਨੇ ਕਿਹਾ ਜੀ ਹਾਂ ਜਿਵੇਂ ਹੁਣ ਲਾ ਲਓ ਵੀ ਕਨੈਕਟਰੀ ਵੀ ਕਰਦੇ ਸੀ ਜਿਵੇਂ 4 ਵਜੇ 'ਚ ਭਾਵੇਂ ਨਹੀਂ ਟਾਈਮ ਮੰਨਿਆ ਕੁਛ ਨਾ ਮੰਨਿਆ 4 ਵੱਧ ਸੀ ਨਹੀਂ ਵੀ ਕੋਈ ਵੀ ਨਹੀਂ ਆਇਆ ਸੀ ਕਨੈਕਟਰੀ ਕਰਦੇ ਕਰਕੇ ਤੇਜ਼ ਪੂਰੇ ਹੋਏ ਹੋਵੋਗੇ ਬਈ ਕਿਹਨੇ ਸਵਾਰੀ ਨੇ ਟਿਕਟ ਲਈ ਆ ਕਿਹਨੇ ਨਹੀਂ ਅੱਖਾਂ ਤੋਂ ਪਛਾਣ ਲਈ ਉਹ ਤਾਂ ਪਤਾ ਜੀ ਦੇ ਹਾਂ ਵੀ ਬੰਦੇ ਹਾਂ ਹਾਂ ਜੀ ਚਲੋ ਉਦੋਂ ਬਾਅਦ ਇੱਥੇ ਆ ਗਈ ਖੀਰਨੀਆਂ ਖੇਡ ਜੀ ਹਾਂਜੀ ਖੀਰਨੀ ਆ ਕੇ ਜੀ ਪਹਿਲਾਂ ਕਰਕੇ ਫਰਕ ਨਾਲ ਟਾਈਮ ਚੱਕ ਗਏ ਕਿਹਦੇ ਨਾਲ ਇੱਥੇ ਜੁੜਿਆ ਭੋਲੇ ਮੀਂਸ ਨਾਲ ਜੀ ਅੱਛਾ ਜਦ ਫਿਰ ਚੱਲ ਸੋ ਚੱਲ ਹੋਊਗੀ ਜੀ ਫਿਰ ਜੰਗ ਬਲਾਲਾ ਫਿਰ ਜੰਗ ਬਲਾਲਾ ਹਾਂ ਹੋਣ ਲੱਗੀ ਵੀ ਆ ਗਿਆ ਕੋਈ ਅੱਛਾ ਉਦੋਂ ਬਾਅਦ ਜੀ ਚੱਲਦੇ ਉਹ ਬਹੁਤ ਨਾਲ 2-3 ਸਾਲ ਪੂਰਾ ਲਾਇਆ ਜੀ ਅਸੀਂ 2-3 ਸਾਲ ਉਹਦੇ ਨਾਲ ਲਾਇਆ ਉਹ ਵੱਡਿਆਂ 'ਚ ਵੀ ਫਿਰ ਜਿੱਤੇ ਆ ਨਹੀਂ ਮੇਰੇ ਕੋਲ ਦੁੱਗਾ ਦੁੱਗੇ ਤੇ ਜੀ ਦੁੱਗਾ ਦੁੱਗਾ ਜੀ ਹਾਂਜੀ
ਦੁੱਗਾ ਦੁੱਗਾ ਹੀ ਤੁਹਾਡੇ ਕੋਲ ਜਿੱਤੇ? ਹਾਂਜੀ ਹਾਂ। ਅੱਛਾ, ਤੇ ਥੋੜੇ ਹੋਣ ਲੱਗ ਗਿਆ, ਫੇਰ ਜੀ ਆਪਣੇ ਨੇੜੇ ਮੁੱਤਿਓ ਪਿੰਡ ਆ ਜੀ। ਅੱਛਾ, ਉੱਥੇ ਮਨਦੀਪ ਸਿੰਘ ਮੁੱਤਿਓ ਸੀ। ਅੱਛਾ ਜੀ, ਜਾਣੀ ਭਰਾ ਲਾ ਲਓ, ਜਾਨ ਲਾ ਲਓ, ਕੁਛ ਵੀ ਉਹਦੇ ਨਾਲ ਨੇੜਤਾ ਵੱਧ ਗਈ ਜੀ। ਅੱਛਾ, ਚਲੋ ਹੋਏ ਇਕੱਠੇ। ਉਹਦੇ ਨਾਲ ਕਿਵੇਂ ਨੇੜਤਾ ਵੱਧ ਗਈ? ਬਸ ਉਹ ਵੀ ਖੇਡ 'ਚ ਜਾਂਦਾ ਸੀ, ਉਹਨੂੰ ਵੀ ਐਂ ਹੈਗਾ ਸੀ, ਸ਼ੌਂਕ ਸੀਗਾ। ਸ਼ੌਂਕ ਸੀ ਉਹ? ਉਮਰ ਹੀ ਸੀ ਤੁਹਾਡਾ? ਨਹੀਂ, ਮੇਰੇ ਤੋਂ ਛੋਟਾ ਸੀ ਜੀ। ਅੱਛਾ, ਤੇ ਉਹ ਮੈਨੂੰ ਆ ਗਿਆ, ਕਹਿੰਦਾ ਵੀ ਆਪਾਂ ਇਕੱਠੇ ਭਜਾ ਲਈਏ। ਵੀ ਮਨਦੀਪ ਐਂ ਹੋ ਜਾਂਦੀ ਆ ਵੀ ਇਹਦੇ ਵਿੱਚ ਦੇਖ, ਆਪਾਂ ਇਹ ਬੜੇ ਖਿਡਾਰੀ ਨੇ, ਵੀ ਆਪਾਂ ਅੱਜ ਜਾਂਗੇ ਆਪਾਂ ਲੜ ਪਾਂਗੇ। ਕਹਿੰਦਾ ਨਹੀਂ ਜੀ, ਆਪਣਾ ਪਿਆਰ ਰਹੂਗਾ। ਮੈਂ ਨਹੀਂ, ਕਈ ਵਾਰੀ ਬਹੁਤ ਕਰਨਾ, ਉੱਧਰ ਤੂੰ ਕਰਿਆ ਮੈਂ ਉੱਧਰ ਮੈਂ ਕਰਿਆ ਵਾ, ਵੀ ਆਪਣਾ ਰੌਲਾ ਨਾ ਪੈ ਜਾਵੇ। ਉਦੋਂ ਇਹ ਗੱਲਾਂ ਚੱਲਦੀਆਂ ਸੀ ਵੀ ਕੋਈ ਹੋਰ ਕਰ ਲਵੇ, ਹੋਰ ਕਰ ਲਵੇ? ਹਾਂਜੀ ਹਾਂ, ਉਦੋਂ ਤੇ ਵੀ ਇਹ ਮਾੜੀ ਮੋਟੀ ਮਾੜੀ ਮੋਟੀ ਚੱਲ ਜਾਂਦੀ ਸੀ। ਅੱਛਾ, ਉਹਦਾ ਕੁਛ ਵੀ ਮੰਨੋ, ਉਹ ਬੰਦੇ ਦਾ ਜਿਗਰਾ ਬਹੁਤ ਵੱਡਾ। ਅੱਛਾ ਜੀ, ਉਹ ਕਹਿੰਦਾ ਵੀ ਤੂੰ ਕਰਿਆ ਮਾੜੇ ਨਾਲ, ਤੂੰ ਚੰਗੇ ਨਾਲ, ਗਲਤ ਕਰਨੇ ਤਾਂ ਹੈ। ਠੀਕ ਆ, ਕਹਿ ਮਨਜ਼ੂਰ ਆ। ਮੈਂ ਚੱਲ ਵੀ ਠੀਕ ਆ। ਅੱਛਾ, ਅਸੀਂ ਇੱਥੋਂ ਸ਼ਾਮ ਨੂੰ ਜਾ ਕੇ ਜੀ ਹੁਸੈਨਪੁਰੇ ਤੋਂ ਕਾਲਾ ਬਲਦ ਲੈ ਲਿਆ। ਹੁਸੈਨਪੁਰਾ ਇਹ ਆਪਣੇ ਮਲੇਰਕੋਟਲੇ ਕੋਲ ਹੀ ਆ ਵੀ? ਆ ਜੋੜੇ ਪੁਲਾਂ ਦੇ ਨਾਲੇ ਜਾ ਜਾਂਦਾ ਜੀ। ਅੱਛਾ, ਉੱਥੋਂ ਮਨਦੀਪ ਤੇ ਤੁਸੀਂ? ਮੈਂ ਮਨਦੀਪ ਸੀ, ਇੱਕ ਸਾਡਾ ਹੋਰ ਫਰੈਂਡ ਸੀ, ਉਹ ਮੁੜਿਆ ਆ। ਅਸੀਂ ਰਾਤ ਨੂੰ ਬੰਦੇ ਨੂੰ ਡੀਕੀ ਗਏ, ਉਹ ਮੱਝ ਮੁੱਝ ਲੈਣ ਗਿਆ, ਲੇਟ ਹੋ ਗਿਆ। ਅੱਛਾ, ਹੁਸੈਨਪੁਰੇ ਵਾਲਾ। ਅੱਛਾ, ਮੈਂ ਤੇ ਮਨਦੀਪ ਉੱਥੇ ਹੀ ਰਹਿ ਪਏ, ਰਾਤ ਨੂੰ ਉੱਥੇ ਹੀ ਰਹਿ ਗਏ, ਉੱਥੇ ਖੜ ਗਏ ਜੀ ਅਸੀਂ ਤਾਂ। ਉਹ ਬੰਦਾ ਮੋੜਤਾ ਦੂਆ ਗੱਡੀ, ਜਿਹੜਾ ਨਾਲ ਸੀ ਫਰੈਂਡ। ਚਲੋ ਉਹ ਬੰਦਾ ਆ ਗਿਆ ਜੀ ਉਹਦੇ ਘਰੇ ਬੈਠ ਕੇ, ਉਸ ਕਹਿੰਦਾ 10 ਵਜੇ। ਹਾਂਜੀ, ਉਹਨੇ ਦੇਖ ਲਿਆ ਵੀ ਇਹ ਤਾਂ ਬੈਠੇ ਹੀ ਨੇ। ਪਹਿਲਾਂ ਸਾਨੂੰ ਇਹ ਪਤਾ ਲੱਗਿਆ ਵੀ 40-50 ਹਜ਼ਾਰ ਦਾ, 50 ਤੋਂ ਥੱਲੇ ਥੱਲੇ ਬਣ ਜੂ। ਉਹ ਕਹਿੰਦਾ ਮੈਂ 70 ਹਜ਼ਾਰ ਲੈਣਾ। ਕਿਹੜੇ ਸਾਲ ਦੀ ਗੱਲ? ਇਹ ਜੀ 4 ਦੀ, 2004 ਦੀ। 4 ਜਾਣੀ ਫਿਰ ਉਦੋਂ ਵੱਡੀ ਛਾਲ ਮਾਰਨ ਲੱਗ ਗਏ ਉਹ। ਹਾਂਜੀ ਹਾਂ, ਉਹ ਜਿਹੜੇ ਖਿਡਾਰੀ ਸੀਗੇ ਉਹਨਾਂ 'ਚ ਫਸਣ ਨੂੰ, ਫਸਣ ਨੂੰ ਬਈ ਆ ਗਏ ਹੁਣ। ਹਾਂਜੀ, ਅੱਛਾ ਕਰਦੇ ਕਰਾਉਂਦੇ ਜੀ ਅਸੀਂ 53 ਹਜ਼ਾਰ ਦਾ ਬਾਹਰ ਲੈ ਲਿਆ। ਸੌਦਾ ਹੋਣ ਲੱਗ ਗਿਆ ਰਾਤ ਨੂੰ ਹੀ? ਰਾਤ ਨੂੰ ਜੀ, 11 ਵਜੇ ਜੀ ਸਾਨੂੰ ਰਾਤ ਦੇ। ਹਾਂਜੀ, ਅੱਛਾ ਚਲੋ ਉੱਥੋਂ ਸਾਧਨ ਵੀ ਨਾ ਉਹਨਾਂ ਨਾਲ ਸੌਦਾ ਕਰੇ ਤੋਂ ਬਾਅਦ ਸਾਡੇ ਕੋਲ ਵੀ ਆਪ ਆਉਣ ਨੂੰ ਬਈ ਉੱਥੇ 54 ਹਜ਼ਾਰ ਦਾ, 53 ਹਜ਼ਾਰ ਦਾ ਲੈ ਤੋਂ ਬਾਅਦ ਇਹ ਬੰਦਾ ਜਿਹੜਾ ਸਾਡੇ ਨਾਲ ਸੀ ਉਹ ਤਾਂ ਮੁੜਿਆ ਆਇਆ, ਕਹਿੰਦਾ ਵੀ ਮੈਂ ਘਰ ਜ਼ਰੂਰੀ ਜਾਣਾ। ਅੱਛਾ, ਕਿ ਵੀ ਬਹੁਤ ਛੱਡ ਕੇ ਨਹੀਂ ਜਾਣਾ, ਵੀ ਸਵੇਰ ਨੂੰ ਗਲਤ ਹੋ ਜਾਣਾ ਕੰਮ, ਵੀ ਬਹੁਤ ਹੋਰ ਵੀ ਬੰਦੇ ਲੈਣ ਆਉਣਗੇ, ਸੁਣੀ ਹੋਈ ਸੀ ਸਾਨੂੰ ਗੱਲ। ਅੱਛਾ ਚਲੋ, ਉਹਨੇ ਮਨਦੀਪ ਨੇ ਸਮਰ ਵਾਲੇ ਬੰਦੇ ਨੂੰ ਫੋਨ ਕਰਿਆ, ਟੈਕਸੀ ਵਾਲੇ ਨੂੰ, ਕਹਿੰਦਾ ਵੀ ਇੱਥੇ ਆ ਜਾਵੇ ਸਾਨੂੰ ਲੈ ਕੇ ਜਾ। ਟੈਕਸੀ ਲੈਣ ਫਿਰ ਉੱਥੇ ਉੱਥੇ ਗਈ ਸੀ ਸਾਨੂੰ ਰਾਤ ਨੂੰ 11 ਵਜੇ ਰਾਤ ਨੂੰ ਫਿਰ ਉੱਥੇ ਹੀ ਰਹਿ ਪੈਂਦੇ। ਚਲੋ ਉਹ ਬੰਦਿਆਂ ਨਾਲ ਵੀ ਇੰਨੀ ਨਹੀਂ ਸੀ ਜਾਣਾ, ਉਹਨੇ ਵੀ ਨਹੀਂ ਕਿਹਾ ਵੀ ਰਹਿਪੋ, ਕਿਹਾ ਵੀ ਨਹੀਂ ਉਹਨਾਂ ਨੇ। ਚਲੋ ਸਹੀ ਗੱਲ ਆ, ਮੈਨੂੰ ਲੱਗਦਾ ਚਲੋ ਚਲੋ ਜੋ ਹਾਂਜੀ ਉਹਨਾਂ ਨੇ ਉਹ ਜਿਹੜਾ ਦੇ ਵਿੱਚ ਅਸੀਂ ਆ ਗਏ ਜੀ, ਉਹ ਬਾਲਦ ਲੈ ਲਿਆ ਜੀ ਅਸੀਂ। ਨਹੀਂ, ਤੁਸੀਂ ਘਰੇ ਆ ਗਏ, ਘਰੇ ਆ ਕੇ ਫਿਰ ਬਾਪੂ ਹੋਣਾ ਨੂੰ, ਬੇਬੇ ਹੋਣਾ ਨੂੰ, ਭਰਜਾਈ ਹੋਣਾ ਨੂੰ ਦੱਸਿਆ ਉਹ ਫਿਰ ਰਕਮ ਦੱਸੀ ਨਹੀਂ? ਨਾ ਜੀ, ਪਹਿਲਾਂ ਤਾਂ ਕੁਛ ਵੀ ਨਹੀਂ ਬੋਲਿਆ ਜੀ, ਕਿੱਥੋਂ ਆਇਆ, ਕੀ ਕਰਿਆ, ਨਹੀਂ। ਹਾਂ ਚਲੋ ਜੀ, ਅਸੀਂ ਲਿਆ ਕੇ ਬਾਲਦ ਜੋੜਿਆ ਜੀ। ਨਹੀਂ, ਬਾਲਦ ਘਰੇ ਲੈ ਆਂਦਾ? ਨਹੀਂ, ਉੱਥੋਂ ਉਹਨਾਂ ਤੋਂ ਖੇਡ ਤੋਂ ਸਿੱਧੇ ਹੀ ਮੰਗਾ ਕੇ ਬਾਲਦ ਜੋੜਿਆ। ਅੱਛਾ, ਕਿਹਦੇ ਨਾਲ? ਉਹ ਜੋੜਿਆ ਜੀ ਅਸੀਂ ਇੱਧਰ ਦਾ ਸੀ, ਆਪਣੇ ਦਬਾਬੇ ਦਾ ਜੀ। ਅੱਛਾ, ਕਿਹੜੀ ਖੇਡ 'ਤੇ ਫਿਰ ਜੋੜਿਆ? ਬਰਵਾਲੇ ਜੀ। ਅੱਛਾ, ਬਰਵਾਲੇ ਜੋੜਿਆ ਹੋਇਆ ਜੀ, ਨੰਬਰ ਕਰਿਆ ਉਹਨੇ ਜੀ 14ਵਾਂ, ਜਿਹੜਾ ਲਿਆ ਬਾਲਦ ਉਹਨੇ 14ਵਾਂ ਨੰਬਰ ਕਰਿਆ। ਪਸੀਨਾ ਆ ਗਿਆ ਉਹ ਮੱਥੇ ਨੂੰ? ਹੈ ਜੀ, ਪਸੀਨਾ ਆਇਆ ਉਹ ਮੱਥੇ? ਪਸੀਨਾ ਮਨਦੀਪ ਵੀ ਛੱਡ ਗਿਆ ਜੀ, ਕਹਿੰਦਾ ਵੀ ਤੂੰ ਆਪ ਹੀ ਨਿਪਟੀ। ਉਹੀ ਗੱਲ ਹੋ ਗਈ ਜਿਹੜੀ ਫਿਰ ਬਈ ਤੁਸੀਂ ਕਹੀ ਸੀ ਪਹਿਲਾਂ ਬਈ ਇਹ ਸਾਂਝਾ ਜਾਂ ਵੀ ਹਾਂ ਚੱਕਰ ਪੈਣਗੇ। ਚਲੋ ਜੀ, ਉੱਥੋਂ ਆ ਗਿਆ ਮੈਂ ਉਰੇ ਘਰੇ ਆ ਕੇ, ਜਾਂ ਮੈਂ ਵੀ ਗੇਮ ਮਿਲ ਜੂਗੀ ਫਰਕ ਪਊ, ਮੈਂ ਜੀ ਭੋਲੇ ਮੀਮ ਸਿੰਘ ਨੂੰ ਫੋਨ ਲਾ ਲਿਆ। ਅੱਛਾ, ਭੋਲੇ ਮੀਮ ਸਿੰਘ ਨੂੰ ਫੋਨ? ਪੈਸੇ ਤੁਸੀਂ ਦੇਤੇ? ਪੈਸੇ ਦੇਤੇ ਜੀ, ਸਾਰੇ ਪੈਸੇ ਦਿਆ ਜੀ। ਅੱਛਾ, ਜਦੋਂ 14ਵਾਂ ਨੰਬਰ ਬਣਿਆ ਮੀਮਸੀ ਵਾਲੇ ਭੋਲੇ ਨੂੰ ਫੋਨ ਲਾ ਲਿਆ? ਰਾਤ ਨੂੰ ਆ ਕੇ ਭੋਲੇ ਮੀਮਸੀ ਨੂੰ ਫੋਨ ਲਾ ਲਿਆ, ਮੈਂ ਕੀ ਹਾਲ ਆ ਬਾਈ? ਕਹਿੰਦਾ ਠੀਕ ਆ। ਮੈਂ ਕਿੱਥੇ ਆ? ਕਹਿੰਦਾ ਮੈਂ ਜਲੰਧਰ ਵਿਆਹ ਤੇ ਗਿਆ ਹੋਇਆ। ਮੈਂ 2 ਮਿੰਟ ਹੈਗੇ ਗੱਲ ਸੁਣ ਤੇ? ਕਹਿੰਦਾ ਹਾਂ। ਵੀ ਸਾਡੇ ਤਾਂ ਲੱਡੂ ਬਾਹਰ ਨਿਕਲਿਆ। ਮੈਂ ਵੀ ਪੰਗਾ ਲੈ ਲਿਆ, ਬਾਲਦ ਲੈ ਲਿਆ, ਵੀ ਸਾਡਾ ਕਲੇਸ਼ ਪੈ ਜਾਣਾ ਘਰੇ ਵੀ, ਵੀ ਬਾਲ ਜੋੜਦੇ ਬਾਈ ਬਣ ਕੇ। ਉਹੀ ਚੌਕਾ ਹੋ ਗਿਆ ਸੀ ਬਾਲ ਜਿਹੜਾ ਤੁਹਾਡੇ ਨਾਲ ਬੱਚਿਆਂ ਸੀ। ਹਾਂ, ਉਹੀ ਹਾਂ, ਉਹ ਬੰਦੇ ਨਾਲ ਪਿਆਰ ਬਹੁਤ ਬਣ। ਚਲੋ ਵੱਧ ਗਿਆ, ਇਕੱਠੇ ਜੋੜਦੇ ਸੀ। ਉਹ ਕਹਿੰਦਾ ਕੋਈ ਗੱਲ ਨਹੀਂ, ਜੰਗਾ ਆਊਂਗਾ ਜੀ। ਅੱਛਾ, ਖੇਡ ਆ ਗਈ ਜੀ ਇਸ਼ਨਪੁਰੇ, ਜਰਗ ਕੋਲੇ ਜੀ। ਅੱਛਾ ਜੀ, ਅਸੀਂ ਉੱਥੇ ਚਲੇ ਗਏ ਜੀ। ਮੈਂ ਉਹਦੇ ਕੋਲ ਗਿਆ, ਮੈਂ ਭੋਲੇ ਵੀ ਕਿਹੜੀ ਚੱਲੀਏ? ਕਹਿੰਦਾ ਵੀ ਤੈਨੂੰ ਤਾਂ ਮੈਂ ਦੁਬਾਰਾ ਦਊਂ, ਪਹਿਲਾਂ ਤਾਂ ਮੈਂ ਬਾਈ ਨਾਲ ਜੋੜਨਾ। ਬਾਈ ਕਿਹੜਾ? ਹੁਣ ਬਾਈ ਹੈਗਾ ਸੀ ਜੀ ਵੱਡਾ, ਹੁਣ ਕਾਹਨੂੰ? ਚਲੋ ਚਲੋ, ਬਾਈ ਨਾਲ ਆਪਣੀ ਗੱਲ ਨਹੀਂ ਸੀ, ਗੱਲ ਉਹਦੇ ਨਾਲ ਸੀ। ਮੈਂ ਵੀ ਬਾਲ ਤਾਂ ਜਾਊਗਾ ਸਾਡੇ ਨਾਲ ਭੋਲਿਆ। ਨਹੀਂ, ਉੱਥੇ ਹੀ? ਉੱਥੇ ਜੀ। ਨਹੀਂ, ਬਾਈ ਪਿੰਡ ਦਾ ਸੀ ਕਿ ਬਾਹਰਲਾ? ਬਾਹਰਲਾ ਸੀ ਉਹਨੇ। ਚਲੋ ਜਿਵੇਂ ਮਰਦੇ। ਨਹੀਂ ਨਹੀਂ, ਫੇਰ ਇਹਦੇ 'ਚ ਕਿਹੜੀ ਗੱਲ ਆ ਜੰਗ ਸਿੰਘ ਜੀ? ਬਾਈ ਕਿਹੜਾ ਬਾਈ ਸੀ?
ਦੁਨੀਆ ਨੂੰ ਪਤਾ ਕੋਈ ਕਹੂ ਬਈ ਗੱਲ ਹੀ ਬਾਈ ਤਾਂ ਛਿੰਦਾ ਹੀ ਸੀ ਜੀ ਛਿੰਦਾ ਬਾਈ ਹਾਂ ਅੱਛਾ ਚਲੋ ਕਹਿੰਦਾ ਵੀ ਉਹਦੇ ਨਾਲ ਬਹੁਤ ਜੁੜਨ ਜਾਊਗਾ ਮੈਂ ਵੀ ਤੈਂ ਬਹੁਤ ਸੱਦੇ ਆ ਵੀ ਸਾਡੇ ਵੀ ਆ ਸਾਡੇ ਵਿੱਚ ਵੀ ਆਸ ਵਿੱਚ ਪੰਗਾ ਪਊਗਾ ਵੀ ਤੂੰ ਐਵੇਂ ਲੈ ਕੇ ਆ ਗਿਆ ਗੱਲ ਨੀ ਕਰੀ ਮੈਂ ਵੀ ਬਹੁਤ ਜੁੜੂਗਾ ਪਹਿਲੀ ਵਾਰੀ ਸਾਡੇ ਨਾਲ ਜਿਵੇਂ ਆਪਣਾ ਉਹ ਕਹਿੰਦਾ ਛਿੰਦੇ ਬਾਈ ਨਾਲ ਜੁੜੋ ਹਾਂ ਮੈਂ ਵੀ ਜਿਵੇਂ ਤੂੰ ਆਪਣੀ ਸਾਡੇ ਨਾਲ ਗੱਲੇ ਕਰੀ ਹੋਈ ਆ ਉਹ ਸਾਡੇ ਨਾਲ ਰੱਖ ਤੇਰੀ ਬਾਈ ਨਾਲ ਜਿਵੇਂ ਮਰਜ਼ੀ ਨਿਬੇੜ ਠੀਕ ਆ ਮਨਦੀਪ ਉਹਦੇ ਨਾਲ ਸੀਗਾ ਨਹੀਂ ਮਨਦੀਪ ਨਹੀਂ ਸੀ ਉਦਣ ਵੀ ਉਹਨਾਂ ਨੂੰ ਇਹ ਨੀ ਵੀ ਨਹੀਂ ਹੋਣੀ ਹਜੇ ਗੱਲ ਅੱਛਾ ਚਲੋ ਕਰਦੇ ਕਰਾਉਂਦੇ ਜੀ ਬਹੁਤ ਤਸਰਬਾਜ਼ੀ ਚੱਲੀ ਗਈ ਚਲ ਮੈਂ ਉਹਨੂੰ ਕਹਿਵਾਂ ਭੁੱਲੇ ਵੀ ਕੋਈ ਫਾਇਦਾ ਨੀ ਕਹਿੰਦਾ ਮੈਂ ਰਫਲਾਂ ਰੱਖੀਆਂ ਹੋਈਆਂ ਨੇ ਮੈਂ ਵੀ ਰਫਲਾਂ ਵਾਲੇ ਤਾਂ ਵੀ ਚਲੋ ਸਾਰਿਆਂ ਕੋਲੇ ਹੁੰਦੇ ਗੱਲ ਬਹੁਤੀ ਵੱਧ ਗਈ ਬਹੁਤ ਵੱਧ ਗਈ ਜੀ ਅੱਛਾ ਚਲੋ ਆਪਣੇ ਜੋਗੇ ਸਰਪੰਚ ਦੇ ਹਾਂਜੀ ਹੈਗੀ ਜੀ ਸਾਰੇ ਜੀ ਚਲੋ ਬਾਈ ਉਹਨਾਂ ਨੇ ਕਹਿਤਾ ਵੀ ਚਲੋ ਵੀ ਸਰਪੰਚ ਵੀ ਸਾਡਾ ਬੰਦਾ ਵੀ ਇਹ ਵੀ ਬੰਦੇ ਸਾਡੇ ਵੀ ਤੂੰ ਬਾਹਰ ਦੇ ਜੋੜਿਆ ਅੱਛਾ ਵੀ ਆਪਾਂ ਇਹ ਚੀਜ਼ਾਂ ਕਰਨੀਆਂ ਨਹੀਂ ਹੈਗੀਆਂ ਛਿੰਦੇ ਬਾਈ ਨੇ ਕਿਹਾ ਹਾਂ ਛਿੰਦੇ ਬਾਈ ਨੇ ਕਿਹਾ ਮੈਨੂੰ ਲੱਗਦਾ ਵੀ ਪਹਿਲੀ ਵਾਰੀ ਬਾਈ ਨੇ ਕਿਹਾ ਉਹ ਨਹੀਂ ਤਾਂ ਬਾਈ ਵੀ ਕਿਸੇ ਨੂੰ ਮੈਂ ਗੱਲਾਂ ਬਾਤਾਂ ਸੁਣੀਆਂ ਨੇ ਨਹੀਂ ਲੰਬੀਆਂ ਚੌੜੀਆਂ ਜਾਣੀਆਂ ਨੇ ਜਿਹੜੇ ਬਾਈ ਦੀ ਨੇੜ ਤਾਂ ਮੇਰੀ ਆ ਉਹ ਨਹੀਂ ਹੋਣੀ ਕਿਸੇ ਦੀ ਛਿੰਦੇ ਬਾਈ ਨਾਲ ਜਿਹੜੀ ਤੁਹਾਡੀ ਨੇੜ ਮੇਰੀ ਨੇੜ ਤਾਂ ਅੱਛਾ ਬਾਈ ਨੇ ਚਲੋ ਕਹਿਤਾ ਬਈ ਜੋੜ ਦੋ ਚਲੋ ਜੋੜ ਦੋ ਅੱਛਾ ਅਸੀਂ ਜੋੜਤੀ ਸਾਡਾ ਨੰਬਰ ਪਹਿਲਾਂ ਤਾਂ ਪਹਿਲਾਂ ਹੋ ਰਿਹਾ ਸ਼ਾਮ ਨੂੰ ਆ ਕੇ ਹਾਕਮ ਕਲਸੀਆਂ ਜਿੱਤ ਗਿਆ ਜੀ ਹਾਕਮ ਕਲਸੀਆਂ ਕੋਲ ਕਿਹੜਾ ਸੀ ਉਦੋਂ ਉਸ ਟਾਈਮ ਹਾਕਮ ਕਲਸੀਆਂ ਕੋਲ ਹੈਗਾ ਸੀ ਮੇਰੇ ਹਿਸਾਬ 'ਚ ਜੀ ਇਹ ਸੀ ਬਡਾਲੀ ਬਹੁਤ ਬਡਾਲੀ ਹਾਂਜੀ ਅੱਛਾ ਜਦੋਂ ਜਿੱਤ ਗਏ ਸਾਡਾ ਦੂਜਾ ਨੰਬਰ ਹੋਇਆ ਤੁਹਾਡਾ ਦੂਜਾ ਉਹਦੇ ਨਾਲ ਹੋ ਗਿਆ ਹਾਂ ਮੈਂ ਭੋਲੇ ਨੂੰ ਕਿਹਾ ਹਾਂ ਵੀ ਭੋਲੇ ਕਹਿੰਦਾ ਵੀ ਸੈੱਟ ਆ ਇੱਕ ਨੇ ਰੱਖਾਂਗੇ ਜੀ ਬਾਈ ਨਾਲ ਫਿਰ ਦੁਬਾਰਾ ਜੁੜਿਆ ਬਾਈ ਨਾਲ ਨਹੀਂ ਬਾਈ ਨੇ ਹੋਰ ਜੋੜ ਲਿਆ ਸੀ ਅੱਛਾ ਚਲੋ ਹਾਂਜੀ ਅਸੀਂ ਫਿਰ ਭੋਲਾ ਕਹਿੰਦਾ ਆਪਾਂ ਲਾਵਾਂਗੇ ਨਹੀਂ ਚਲੋ ਆ ਗਏ ਫਿਰ ਆ ਗਏ ਘਰੇ ਹਾਂਜੀ ਘਰੇ ਆ ਕੇ ਕੁਛ ਤਾਂ ਦੱਸਿਆ ਉਹ ਫਿਰ ਦੱਸਿਆ ਵੀ ਜਿੱਤ ਗਿਆ ਫਿਰ ਮਨਦੀਪ ਵੀ ਫਿਰੇ ਅਗਲੀ ਖੇਡ ਤੇ ਝੱਲੀਆਂ ਜਾਣਾ ਸੀ ਪਹਿਲਾਂ ਜਾਵੇ ਨਹੀਂ ਫਿਰ ਘਰੇ ਰਕਮ ਦੱਸੀ ਫਿਰ ਰਕਮ ਦੱਸੀ ਜੀ ਫਿਰ ਕੀ ਗੱਲਬਾਤ ਹੋਈ ਘਰੇ ਬਈ ਉਦੋਂ ਇੰਨਾ ਮਹਿੰਗਾ ਬਹੁਤ ਚਲੋ ਰਕਮ ਬਹੁਤ ਵੱਡੀਆਂ ਬਣ ਗਈਆਂ ਰਕਮ ਵੱਡੀ ਸੀ ਤੇ ਮਿਹਨਤ ਕਰਦੇ ਸੀਗੇ ਹਾਂਜੀ ਹਾਂ ਤੇ ਫਿਰ ਘਰੇ ਜਦੋਂ ਦੱਸਿਆ ਵੀ 63,000 ਦਾ ਲਿਆ ਸੀ 53,000 ਦਾ ਫਿਰ ਘਰੇ ਬੀਬੀ ਦੀ ਜਾਂ ਬਾਪੂ ਨੇ ਕੋਈ ਗੱਲਬਾਤ ਨਹੀਂ ਜੀ ਕੁਛ ਨੀਗਾ ਜੇ ਤਾਂ ਜਦ ਕਹਿੰਦੇ ਜਦ ਗਾਲਾਂ ਪੈਣੀਆਂ ਸੀ ਵੀ ਇਹ ਕੰਮ ਕਾਹਦੇ ਕਰਦੇ ਹੋ ਵੀ ਐਵੇਂ ਰੁਪਈਏ ਕੀ ਪਤਾ ਜਿੱਦਣ ਪਹਿਲੇ ਦਿਨ ਐਂ ਹੋ ਗਏ ਸੀ ਵੀ ਰੁਪਈਏ ਖਰਾਬ ਹੋ ਗਏ ਹਾਂਜੀ ਤੇ ਘਰੇ ਭਰਜਾਈ ਹੋਣਾ ਜਦੋਂ 53,000 ਦਾ ਹਾਂਜੀ ਤੇ ਰਕਮ ਵੱਡੀ ਸੀ ਰਕਮ ਵੱਡੀ ਕਿਉਂਕਿ ਤੁਸੀਂ ਵੀ ਮਿਹਨਤ ਕਰਦੇ ਸੀ ਹਾਂਜੀ ਹਾਂ ਤੇ ਫਿਰ ਕੋਈ ਗੱਲਬਾਤ ਹੈ ਨਹੀਂ ਫਿਰ ਕੁਛ ਨਹੀਂ ਹੋਈ ਜੀ ਅੱਛਾ ਚਲੋ ਭੱਜਦੇ ਉਹ ਵੱਡਿਆਂ 'ਚ ਤੀ ਮਨਦੀਪ ਕਹਿੰਦਾ ਵੀ ਬੱਚਿਆਂ 'ਚ ਵੀ ਬੱਚਾ ਲਈਏ ਆਪਾਂ ਤੇ ਫਿਰ ਉੱਥੇ ਤੁਹਾਡੀ ਨੇੜਤਾ ਹੋ ਗਈ ਜਦੋਂ ਇੱਕ ਵਾਰੀ ਮਨਦੀਪ ਨਾਲ ਨਾ ਕਾਲਾ ਬਲ ਮਨਦੀਪ ਨਾਲੇ ਊਂ ਖੇਡ 'ਚ ਨਾ ਜਾਵੇ ਨਹੀਂ ਮੈਂ ਨਹੀਂ ਜਾਣਾ ਤੂੰ ਆਪੇ ਭਜਾ ਉਦੋਂ ਊਂ ਸਾਂਝ ਕਰੀ ਤਾਂ ਨਹੀਂ ਸਾਂਝ ਕਰੀ ਇਕੱਠੀ ਜੀ ਸਾਰਾ ਕੁਛ ਅੱਛਾ ਉਹ ਕੋਈ ਫਰਕ ਨਹੀਂ ਪਿਆ ਕਹਿੰਦੇ ਵੀ ਤੈਂ ਪੰਗਾ ਲਿਆ ਵੀ ਤੂੰ ਹੀ ਭਜਾ ਤੂੰ ਹੀ ਭਜਾ ਹਾਂ ਚਲੋ ਉਹ ਫਿਰ ਝੱਲੀਆਂ ਚਲੇ ਗਏ ਝੱਲੀਆਂ ਚਲੇ ਗਏ ਜੀ ਹਾਂਜੀ ਝੱਲੀਆਂ ਸਾਡਾ ਨੰਬਰ ਬਣਿਆ ਚੌਥਾ ਜੀ ਅੱਛਾ ਪਹਿਲਾਂ ਤੇਜ਼ ਹਵਾ ਚੱਲਦੀ ਸੀ ਸ਼ਾਮ ਨੂੰ ਰੋਕੀ ਅੱਛਾ ਇਹਦਾ ਵੀ ਫਰਕ ਰਹਿੰਦਾ ਫਰਕ ਰਹਿੰਦਾ ਜੀ ਇਹ ਹਵਾ ਦਾ ਫਰਕ ਆ ਜੀ ਮੂਹਰਿਓਂ ਪਿੱਛੇ ਚੱਲਣ ਦਾ ਸਾਈਡ ਤੋਂ ਚੱਲਣ ਦਾ ਫਰਕ ਆ ਜੀ ਅੱਛਾ ਮਾਸਟਰ ਜੀ ਗੁਰਮੇਲ ਸਿੰਘ ਝੱਲੀਆਂ ਦੇ ਪਿੰਡ ਫਿਰ ਤੁਸੀਂ ਨੰਬਰ ਚੌਥਾ ਜੀ ਚੌਥਾ ਹਾਂਜੀ ਉਹ ਬੱਚੇ ਨਾਲ ਹੀ ਹਾਂ ਮੀਮ ਦੇ ਨਾਲ ਅੱਛਾ ਚਲੋ ਉਦੋਂ ਇਹ ਵੀ ਚੱਲੀ ਗਿਆ ਉਦੋਂ ਬਾਅਦ ਮਨਦੀਪ ਕਹਿੰਦਾ ਵੀ ਆਪਾਂ ਬੱਚਿਆਂ 'ਚ ਵੀ ਜਾਇਆ ਕਰਨਾ ਚਲੋ ਬੱਚਾ ਦੇ ਅਸੀਂ ਚਲੇ ਗਏ ਜੀ ਧਲੇਰ ਅੱਛਾ ਧਲੇਰ ਬੱਚੇ ਦਾ ਪਹਿਲਾਂ ਸੌਦਾ ਕਰ ਲਿਆ ਜੀ ਬੰਦਿਆਂ ਨੇ 50,000 ਦਾ ਸਾਡੇ ਨਾਲ ਅੱਛਾ ਫਿਰ ਕਹਿੰਦਾ ਜੀ ਸਾਡਾ ਬਾਪੂ ਨਹੀਂ ਮੰਨਦਾ ਫਿਰ 60,000 ਦਾ ਜੀ ਅੱਛਾ ਅਸੀਂ ਬਾਹਰ ਆ ਗਏ ਜੀ ਪਿੰਡ ਤੋਂ ਕਾਲਾ ਹੁੰਦਾ ਸੀ ਜੀ ਧਲੇਰ ਵਾਲਾ ਮੁੰਡਾ ਅੱਛਾ ਜੀ ਮਨਦੀਪ ਨਾਲ ਬਹੁਤ ਵਧੀਆ ਦਾ ਪਿਆਰ ਸੀ ਉਹਨਾਂ ਨਾਲ ਕੋਈ ਦੇਖ ਲਓ ਅੱਛਾ ਉਹ ਕਹਿੰਦਾ ਵੀ ਹੁਣ ਫਿਰ ਮੁੱਕਰ ਰਿਹਾ ਕਹਿੰਦੇ ਮਾਮਾ ਨਹੀਂ ਮੰਨਦਾ ਉਹਨਾਂ ਦਾ ਪਹਿਲਾਂ ਬਾਪੂ ਨਹੀਂ ਮੰਨਿਆ ਫਿਰ ਮਾਮਾ ਨਹੀਂ ਮੰਨਿਆ ਹਾਂ ਠੀਕ ਆ ਗਾਹਾਂ ਉਹ ਕਹਿੰਦਾ ਮਨਦੀਪ ਕਹਿੰਦਾ ਵੀ ਛੱਡਣ ਦਾ ਹੈ ਨਹੀਂ ਲੈਣਾ ਹੀ ਆ ਜੇ ਕੋਈ ਫਿਰ ਹੋਰ ਰਿਸ਼ਤੇਦਾਰ ਕੱਢ ਲੈਂਦੇ ਵੀ ਹੁਣ ਉਹ ਨਹੀਂ ਮੰਨਦਾ ਉਹ ਉਹੀ ਤਾਂ ਗੱਲ ਹੋਈ ਫਿਰ ਚਲੇ ਗਏ ਜੀ ਉਹਨਾਂ ਦੇ ਘਰੇ ਫਿਰ ਅੱਛਾ ਕਿਹਾ ਉਹਨਾਂ ਨੂੰ ਕਿਹਾ ਵੀ ਸੱਦ ਲਓ ਹੁਣ ਰਹਿ ਨਾ ਜਾਵੇ ਬਾਅਦ ਦੇ ਵਿੱਚ ਫੇਰ ਕਲੇਸ਼ ਪਵੇ ਤੁਸੀਂ ਕਹਿਤਾ ਵੀ ਹੁਣ ਕੋਈ ਰਹਿ ਨਾ ਜਾਵੇ ਸਾਰੇ ਕਰ ਲਓ ਇਕੱਠੇ ਕਰ ਲਓ ਚਲੋ ਮਾਮਾ ਵੀ ਆ ਗਿਆ ਜੀ ਉਹਨਾਂ ਦਾ ਜਿਹੜਾ ਮੰਨਦਾ ਨਹੀਂ ਸੀ ਹਾਂ ਅਸੀਂ ਕਿਹਾ ਵੀ ਦੱਸ ਇਹ ਤਾਂ ਦੇਣਾ ਹੀ ਨਹੀਂ ਉਹ ਜਮਾਂ ਹੀ ਉਹਨੇ ਜਵਾਬ ਦਿੱਤਾ ਜਵਾਬ ਇਹ ਦਿੱਤਾ ਜੀ ਹਾਂ ਚਲੋ ਕਾਲੇ ਨੇ ਕਿਹਾ ਵੀ ਅਸੀਂ ਕਿਹਾ ਵੀ ਪਹਿਲਾਂ 50 ਦਾ ਸੌਦਾ ਸੀ ਵੀ ਲਾਣੇਦਾਰ ਨੇ ਰੌਲਾ ਦਾ ਹੋ ਗਿਆ ਵੀ ਇਹ ਤਾਂ ਹੈ ਨਹੀਂ ਵੀ ਹੁਣ ਇੰਨੇ ਕਿੱਡੀ ਕੁ ਰਕਮ ਦਾ ਹੋ ਗਿਆ ਕਰਦੇ ਕਰਾਉ ਜੀ ਉਹ 70,000 ਦਾ ਲੈ ਲਿਆ ਕਿਹੜੇ ਸੰਨ 'ਚ ਉਹ ਲਿਆ ਜੀ 5 'ਚ 5 'ਚ ਜਾਣੀ ਜੰਗ ਸਿੰਘ ਹੋਣੀ ਫਿਰ ਪੈਰ ਰੱਖਣ ਲੱਗ ਗਏ ਉੱਪਰ ਹਾਂਜੀ ਹਾਂ ਅੱਛਾ ਚਲੋ ਲਿਆਂਦਾ ਜੀ ਉਹਨੇ ਵੀ ਉਹ ਗੱਲ ਨਾ ਕਰੀ ਚੌਥੇ ਪੰਜਵੇਂ ਇੱਕ ਦੂਜਾ ਨੰਬਰ ਜਿਹਾ ਹੋਇਆ ਜੀ ਉਹ ਤੋਂ
मन च फिर थोनू तांग सी बाई होना ला भी आड़ी भी नंबर पहला ही नहीं जेड़ा मनदीप बंदा सी उम्र तो है ओदी 22 साल है जी। अच्छा जी, पर जिद्दी बंदा तू। अच्छा। जी मैं जित देखनी। अच्छा। फिर उदे एक ने रपालों खेड भजी उत्थे एक थोड़े मन च नहीं सी भी जित देखनी है। नहीं उहनू आए थी भी मैं उत्ते हाई बन के भी असीं रहीए पैसे नूं उहनू कोई परवाह नहीं थी जी। अच्छा। 15-16 acres जमीन दी सी, फैमिली उहदी अमेरिका च थी। अच्छा। यानी बल्ले बल्ले सी। बल्ले बल्ले सी उह बंदे दी। अच्छा। ते असीं मालपुर तों बच्चा लै रहे जी। हां जी। उहदे नाल भी एक ने जिवें ला लो जी पहलां उहनू घट दवे जी जद उह दे हिसाब दे विच वो 50 अड़ गया जी इतने ग्राउंड के सद लिया उसका भी जा तू भज जी जो असं भजागे अच्छ थोड़े जे पैसे अभी जी उतलेर नहीं इतों माधपुर तो जी माधपुर तो। अच्छा। हाँ जी चलो कर 36,000 का ले लिया वो बच्चा ले लिया। हाँ जी। अच्छा 36,000 का बच्चा लैके महा यार जित जाना इन्हें मनदीप ने जी गड्डी लैके नाल बंदा होर लैके अंब छिप्पे चले गए जी खेड ला ना जी बंद बहुत भजता जी अंब छिप्पा अंब छापा। अच्छा। हाँ जी कहते भी कितने पिंड है लालड़ू कोल पै जांदा जी लालड़ू को हरियाणे च। हाँ जी हाँ। अच्छा ते उदों हरियाणे च चल पी सी गेम ये वो बंदे ही आउंदे जी अंब छिप्पे वाले। अच्छा। जां जां पहला उदों पहला सुखदेव बुलाना आउंदा सी। हाँ जी ते ये उत्थे चले गया चल बंदे नाल जा करके वी जे मर्जी करो कोर्ट जोड़ो जी। हाँ जी असीं कोर्ट वाल जोड़िया जी ओह। अच्छा। 26 दी जित होई जी साडी 28 लगी। अच्छा। बच्चियां दी खेड़ ते ਇਹ ਬਾਟ ਵੱਡੀ ਹੁੰਦੀ ਸੀ ਕੋਰਟ। ਅੱਛਾ। ਬੱਚਿਆਂ ਦੀ ਖੇਡ ਸੀ 26 ਦੀ ਜਿੱਤ ਹੋਈ ਜੀ। ਹਾਂਜੀ ਸਾਡੀ 28 ਲੱਗੀ ਜੀ। ਅੱਛਾ ਜੀ ਚਲੋ ਹੋਈ ਥੋੜ੍ਹੀ ਮੋਟੀ ਹੌਲੀ ਹੌਲੀ ਉਸ 'ਤੇ ਭਾਈ ਚੜ੍ਹਦਾ ਫਿਰ ਇਹੋ ਜਿਹਾ ਚੱਲਿਆ ਜੀ ਉਹੀ ਬੱਚਾ। ਹਾਂ ਜੀ ਜਗੀਰ ਸਿੰਘ ਤੋਂ ਲਿਆ ਉਹਦਾ ਨਾਂ ਵੀ ਜੰਗੀਰਾ ਰੱਖਿਆ ਸੀ ਜੀ ਬਹੁਤ ਜੰਗੀਰ ਸਿੰਘ ਤੋਂ ਰਿਹਾ ਵੀ ਆਇਆ ਜੰਗੀਰਾ ਗਿਆ ਜੰਗੀਰਾ ਜੰਗੀਰਾ ਜੀ ਕਰੀ ਵੀ ਜੰਗੀਰਾ ਜੰਗੀਰਾ ਜੀ ਉਹਨੇ ਬੱਲੇ ਬੱਲੇ ਕਰਾਤੀ ਬਹੁਤ ਬੱਲੇ ਬੱਲੇ ਜੀ ਜਿਹੜੀ ਬੰਦੀ ਚਾਹੁੰਦਾ ਸੀ ਚਾਹੁੰਦਾ ਸੀ ਹਾਂ ਤੁਹਾਡੇ ਨਾਰੰਗਾਲ ਖੇਡ ਸੀ ਜੀ। ਅੱਛਾ ਜੀ ਸੂਏ ਤੇ ਜੀ। ਅੱਛਾ ਉੱਥੇ ਜਿੱਤ ਹੋਈ ਹੋਈ ਜੀ ਕਿਹਦੀ 23 ਨਾਲ ਇਹਨਾਂ ਦੀ ਬੌੜ ਆਈ ਆ ਜਾਂਦੀ। ਅੱਛਾ ਤੇ ਹੈ ਨਹੀਂ ਸੀ ਟਾਈਮ ਟੁੱਟਣ ਦੀ ਸੰਭਾਵਨਾ ਕੋਈ ਸੰਭਾਵਨਾ ਨਹੀਂ ਸੀ। ਅੱਛਾ ਚਲੋ ਮਹਾਂ ਵੀ ਦੇਖਦੇ ਹਾਂ ਹੌਲੀ 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 ਸਾਡੇ ਪਿੰਡੋਂ ਹੀ ਬੱਚਾ ਦੀ ਬੰਦਿਆਂ ਦਾ। ਅੱਛਾ ਨਾਲ ਜੋੜ ਦਿੰਦੇ ਵੀ ਬੁਲਾਲੇ ਤੋਂ ਹੀ ਬੁਲਾਲੇ ਤੋਂ ਜੀ। ਅੱਛਾ ਚਲੋ ਮੈਂ ਕੋਈ ਨਹੀਂ ਹੌਲੀ ਹੌਲੀ ਜੋੜਦਿਆਂ ਦੇਖਦੇ ਹਾਂ ਕਹਿੰਦੇ ਉਹਨਾਂ ਨੇ ਆਹ ਕਹਿਤੀਆਂ ਵੀ ਇਦੋਂ ਬਾਅਦ ਜਾਣੀ ਨਹੀਂ ਜੀ। ਬੱਬੀ ਨਾਰੰਗਾਲ ਉੱਥੇ ਕਮੈਂਟਰ ਸੀ ਜੀ ਟਾਈਮ ਲਾਉਂਦੇ ਸੀ ਜੀ ਚਲੋ ਜੀ 4th ਸ਼ੇਡ 'ਚ ਗਏ ਜੀ। ਅੱਛਾ ਜਾਂ 4th ਸ਼ੇਡ 'ਚ ਜੋੜ ਕੇ ਛੱਡੇ ਜੀ ਕਿਹਦੇ ਨਾਲ ਗਏ ਅਸੀਂ ਸਾਡਾ ਜੰਗੀਰਾ ਬਾਲ ਅਤੇ ਸਾਡੇ ਪਿੰਡ ਦਾ ਬੱਚਾ ਜੀ। ਅੱਛਾ ਲਿਆ ਕੇ ਜੀ ਉਹ ਤਕਰੀਬਨ 70 acres ਚੱਕ ਗਏ ਝੰਡਾ ਸਿੰਘ ਬੌੜਾਈ ਨੂੰ 70 acres ਚੱਕ ਗਏ ਜੀ ਦਹਾਈ ਮੱਚ ਗਈ ਹੋਊ ਦਹਾਈ ਮੱਚ ਗਈ ਜੀ ਪੂਰਾ ਗਾਹ ਪੈ ਗਿਆ ਤੇ ਗਾਹ ਪੈ ਤੋਂ ਬਾਅਦ ਬੰਦੇ ਪੱਪੂ ਗਿਆ ਜੀ ਭੌਂਪੁਰ ਜੀ। ਅੱਛਾ ਕਹਿੰਦਾ ਵੀ ਕੋਈ ਟਾਈਮ ਦਾ ਭੁਲੇਖਾ ਤਾਂ ਨਹੀਂ ਉਹਨਾਂ ਕੋਲ ਕਮੇਟੀ ਵਾਲਿਆਂ ਕੋਲ ਹਾਂ ਉੱਧਰੋਂ ਜੀ ਦੇਵ ਧਲੇਰ ਆ ਗਿਆ ਕਹਿੰਦਾ ਕੀ ਹੋ ਗਿਆ ਪੱਪੂ ਕਹਿੰਦਾ ਯਾਰ ਟਾਈਮ ਦਾ ਮੈਨੂੰ ਲੱਗਦਾ ਭੁਲੇਖਾ ਉਹ ਕਹਿੰਦਾ ਬਾਕੀ ਭੁਲੇਖਾ ਯਾਰ ਕਹਿੰਦਾ ਕਿਉਂ ਉਹ ਕਹਿੰਦਾ ਇਹਨਾਂ ਦਾ ਪਤਾ ਹੀ ਨਹੀਂ ਵੀ ਹੋਰ ਕਿੰਨਾ ਕੁ ਟਾਈਮ ਬਣਦਾ ਚੱਕਣ ਦਾ ਇਹਨਾਂ ਦਾ ਕਹਿੰਦਾ ਮੈਂ ਜ਼ਿੰਦਗੀ 'ਚ ਬਹੁਤ ਭੱਜਦੇ ਦੇਖੇ ਨੇ ਪਰ ਇਹ ਪ੍ਰੇਤਾਂ ਮੁੰਗਣ ਲੰਘੇ ਨੇ ਜਿਵੇਂ ਪ੍ਰੇਤ ਦੀਂਦੇ ਨਹੀਂ ਹੁੰਦੇ ਬਰੋਲਾ ਹੀ ਆ ਗਿਆ ਵੀ ਕੀ ਹੋਇਆ ਨਾਰੰਗਾ ਤੂੰ ਰੁਕੇ ਵੀ ਨਹੀਂ ਕਹਾਂ। ਅੱਛਾ ਬਹੁਤ ਲੰਬੇ ਲੰਘੇ ਜੀ ਇੰਨਾ ਭੱਜਿਆ ਉਹ ਜਾਣੀ ਉਹ ਜੰਗੀਰਾ ਹੀ ਜੰਗੀਰਾ ਹੋਣ ਲੱਗ ਜੀ। ਠੀਕ ਆ ਉਹ ਜੰਗੀਰਾ ਜੰਗੀਰਾ ਹੋਣ ਦੀ ਇਹ ਫਿਰ ਮਾੜਾ ਟਾਈਮ ਆਇਆ ਜੀ ਇੱਕ। ਅੱਛਾ ਬਹੁਤ ਮਾੜਾ ਜਾਣੀ ਲਾ ਲਓ ਵੀ ਨਾ ਰੱਬ ਇਹ ਜਿਹਾ ਲਿਆ ਅੱਛਾ ਮਨਦੀਪ ਆਪਾਂ ਤੋਂ ਖੋਲਿਆ ਤਾਂ ਰੱਬ ਨੇ ਬਈ ਮਨਦੀਪ ਇਹ ਦੁਨੀਆਂ ਤੋਂ ਚਲੇ ਗਏ ਦੁਨੀਆਂ ਤੋਂ ਚਲੇ ਪਰ ਜਵਾਨੀ 'ਚ। ਹਾਂਜੀ ਹਾਂ ਚਲੋ ਜਿਵੇਂ ਕਹਿੰਦੇ ਹੁੰਦੇ ਨੇ ਕੋਈ ਵੀ ਆ ਜਾਂ ਮੋਢਾ ਟੁੱਟਦਾ ਜੀ ਬਹੁਤ ਦੁੱਖ ਲੱਗਦਾ ਕਿਉਂਕਿ ਤੁਹਾਡਾ ਭਰਾ ਵਾਲਾ ਉਹਨੂੰ ਜੋਸ਼ ਸੀ। ਹਾਂਜੀ ਹਾਂ ਤੁਹਾਡੇ ਕੋਲੇ ਦਿਮਾਗ ਵਰਤਦੇ ਸੀਗੇ ਹਾਂ ਤੇ ਪਰਮਾਤਮਾ ਦੀ ਕਿਰਪਾ ਵੀ ਸੀ ਸਾਰੇ ਪਾਸੇ ਹਾਂ ਜਿਹੜਾ ਕੋਚ ਕਹਿਣ ਲੱਗਿਆ ਸੀ ਉਹ ਬਾਜ ਉਹ ਦਿੰਦਾ ਹੁੰਦਾ ਸੀ ਕੋਚ। ਅੱਛਾ ਆਹ ਵੀ ਮੈਂ ਗੱਲ ਕਰਨੀ ਸੀ ਜਿਹੜਾ ਜੰਗ ਸਿੰਘ ਆ ਉਹਨੂੰ ਫਿਰ ਕੋਚ ਦਾ ਰੁਤਬਾ ਮਨਦੀਪ ਮੁੱਤਿਆਂ ਨੇ ਦਿੱਤਾ ਜੀ ਕਿਉਂਕਿ ਉਹਦੇ ਨਾਲ ਮੇਰੀ ਐਂ ਹੋ ਜਾਂਦੀ ਹੁੰਦੀ ਸੀ ਰਾਤ ਨੂੰ ਵੀ ਕੱਲ੍ਹ ਨੂੰ ਆਹ ਕੁਛ ਕਰਨਾ ਇੱਕਣਾ ਕਈ ਵਾਰੀ ਹੋਈ
ਉਹ ਜਿਵੇਂ ਆਪਾਂ ਕਹਿ ਦਈਏ ਆਪਣੇ ਬੈਠਿਆਂ ਦੀ ਬਈ ਟਸਰਬਾਜ਼ੀ ਹੋ ਗਈ ਬਈ ਦੋਹਾਂ ਦੀਆਂ ਵੀ ਮੈਂ ਆਹ ਕੁਛ ਕਰਕੇ ਦਿਖਾਊਂ ਕੱਲ ਨੂੰ ਫਿਰ ਉਹ ਗੱਲਾਂ ਜਦੋਂ ਸੱਚੀਆਂ ਹੋਈਆਂ ਫਿਰ ਉਹ ਕੋਚ ਕਹਿਣ ਲੱਗ ਗਿਆ ਬਈ ਕੋਚ ਬਈ ਹੈਗੀ ਹੈ ਹੀ ਆ ਅੱਛਾ ਫਿਰ ਉੱਥੋਂ ਜੰਗ ਸਿੰਘ ਕੋਚ ਉੱਥੋਂ ਹੋਇਆ ਉੱਥੋਂ ਗੱਲ ਹੋਈ ਹਾਂਜੀ ਚਲੋ ਉਹਦੇ ਬਾਅਦ ਜੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਨਹੀਂ ਮਨੇ ਟੁੱਟ ਗਏ ਸਾਰੇ ਕਸ ਤੋਂ ਗੇਮ ਤੋਂ ਇਹ ਕਿਹੜੇ ਸੰਨ ਦੀ ਗੱਲ ਆ ਇਹ ਛੇ ਚੋਂ ਛੇ ਚੋਂ ਫਿਰ ਉਹ ਜਦੋਂ ਉਹ ਹੀ ਗੱਲ ਹੋਈ ਹਾਸਾ ਵਾਪਰਿਆ ਐਸੇ ਦਿਨਾਂ ਦੀ ਮੈਂ ਕਹਿੰਦਾ ਜੀ ਆਹ ਆਪਣੇ 5 ਮਈ ਦੇ ਇੱਥੇ ਕਿਹਦਾ ਹੈਗਾ ਸੀ ਉਹ ਇਹ ਗੱਲ ਉਹ ਜਦੋਂ ਪੂਰਾ ਹੋਇਆ ਹਾਂਜੀ ਫਿਰ ਤੁਸੀਂ ਉਹ ਜਿਹੜੇ ਬੋਲ ਸੀ ਜੰਗੀਰਾ ਅਤੇ ਦੂਜਾ ਉਹ ਫਿਰ ਮੈਂ ਦੇਖੋ ਜੀ ਘਰੋਂ ਨਹੀਂ ਗਿਆ ਜੰਗੀਰਾ ਬੋਲ ਚਲੇ ਗਿਆ ਜੀ ਦੁਆਬੇ ਅੱਛਾ ਹਾਂਜੀ ਕਾਲਾ ਬੋਲ ਲੈ ਲਿਆ ਜੀ ਸੁੱਖੇ ਨਾਗਰੇ ਡੀਸੀ ਨਾਗਰੇ ਨੇ ਸੁੱਖਾ ਨਾਗਰਾ ਅਤੇ ਡੀਸੀ ਨਾਗਰਾ ਨੇ ਇਹ ਕਾਲਾ ਬੋਲ ਲੈ ਗਏ ਇਹ ਕਾਲਾ ਬੋਲ ਲੈ ਗਏ ਜੀ ਅੱਛਾ ਤਲੇਜੀਆ ਬੋਲ ਦੀ ਵੀ ਭੰਗਲ ਲੈ ਗਿਆ ਜੀ ਵੀ ਜਮਾਂ ਹੀ ਘਰ ਖਾਲੀ ਕਰਤਾ ਜਮਾਂ ਹੀ ਘਰ ਖਾਲੀ ਹੋ ਗਿਆ ਜੀ ਬੰਦਾ ਵੀ ਗਿਆ ਅਤੇ ਬੰਦਾ ਵੀ ਗਿਆ ਨਾਲ ਹੀ ਰਹਿ ਗਿਆ ਅੱਛਾ ਮੋਤਿਓ ਦਾ ਜੀ ਮੈਂ ਤਕਰੀਬਨ 2 ਸਾਲ ਪਿੰਡ 'ਚ ਵੀ ਨਹੀਂ ਲੰਘਿਆ ਜੀ ਉਹ ਯਾਦਾਂ ਯਾਦਾਂ ਜੀ ਦਿਲ ਨੂੰ ਮੈਂ ਉਹ ਚਲੋ ਨਹੀਂ ਆਪਣੇ ਘਰੇ ਮੋਟਰ 'ਤੇ ਉੱਧਰੋਂ ਵੀ ਛੁੱਟੀਆਂ ਲਈਆਂ ਘਰੋਂ ਵੀ ਮਾਤਾ ਹੋਣੀ ਆ ਵੀ ਬਈ ਸਾਰੇ ਭੈਣ ਹੋਣੀ ਆ ਵੀ ਦਰਦ ਆ ਬਈ ਹਾਂ ਜਿੰਨੇ ਜਣੇ ਮਿੱਤਰ ਦੋਸਤ ਜੀ ਵੀ ਸਾਰਿਆਂ ਨੂੰ ਲੱਗਿਆ ਜੀ ਇੰਨਾ ਦਿਲ ਨੂੰ ਕਿਉਂਕਿ ਪਿਆਰ ਸੀ ਨਹੀਂ ਭਰਾ ਵਾਲੀ ਗੱਲ ਸੀ ਹਾਂਜੀ ਹਾਂ ਅੱਛਾ ਇਹ ਉਹਨਾਂ ਦੇ ਵਿਯੋਗ ਦੇ ਵਿੱਚ ਰਣਜੀਤ ਸਿੰਘ ਮਾਧਪੁਰ ਨੇ ਜਿਹੜੇ ਜੰਡਾਲੀ ਹਾਂਜੀ ਸੁੱਖੀ ਦੇ ਡੈਡੀ ਸੁੱਖੀ ਦੇ ਡੈਡੀ ਉਹਨਾਂ ਨੂੰ ਵੀ ਲੱਗਿਆ ਜੀ ਉਹ ਵੀ ਯੋਗ ਸੁੱਖੀ ਜੰਡਾਲੀ ਉਹਨਾਂ ਨੂੰ ਵੀ ਉਹਨਾਂ ਦੇ ਫਾਦਰ ਸਾਹਿਬ ਨੂੰ ਲੱਗਿਆ ਜੀ ਉਹ ਵੀ ਉਹਨੇ ਕਿਹਾ ਵੀ ਆ ਅੱਛਾ ਇਹ ਗੱਲ ਰਣਜੀਤ ਸਿੰਘ ਨੇ ਕਹੀ ਵੀ ਆ ਅੱਛਾ ਵੀ ਮਾੜਾ ਮੋਟਾ ਜੰਗਲ ਨੂੰ ਮਿਲਿਆ ਉਹ ਵੀ ਜ਼ਿਆਦਾ ਹੌਕੇ 'ਚ ਲੈਂਦਾ ਉਹ ਅੱਛਾ ਵੀ ਬੰਦੇ ਦਾ ਇੱਕ ਬਈ ਹੌਸਲਾ ਦਿਓ ਉਹਨੂੰ ਵੀ ਉਹ ਹੌਸਲਾ ਦਿਓ ਅੱਛਾ ਇੰਨੀ ਗੱਲ ਕਹਿ ਕੇ ਜੀ ਉਹ ਬਿਮਾਰ ਹੋ ਗਿਆ ਅਟੈਕ ਦੇ ਮਾਰ ਡੈਡੀ ਬਿਮਾਰ ਹੋ ਗਿਆ ਹਾਂਜੀ ਅੱਛਾ ਜਿੱਦਣ ਬਾਅਦ ਦੇ ਵਿੱਚ ਉਹ ਆਉਂਦੇ ਨੂੰ ਜਾਨੂੰ ਉਸ ਵਾਰ ਬਾਅਦ ਰਣਜੀਤ ਸਿੰਘ ਉਹ ਹੋਰ ਧੱਕਾ ਲੱਗਿਆ ਜਿਹੜਾ ਬੰਦਾ ਹੌਸਲਾ ਦੇਣ ਨੂੰ ਕਹਿੰਦਾ ਸੀ ਉਹ ਵੀ ਪੂਰਾ ਹੋ ਗਿਆ ਹਾਂਜੀ ਹਾਂ ਅੱਛਾ ਚਲੋ ਮੈਂ ਨਹੀਂ 4 ਮਹੀਨੇ ਜੀ ਕਿਸੇ ਪਾਸੇ ਵੀ ਗਿਆ ਠੀਕ ਆ ਚੁੱਪ ਚਾਪ ਸਾਰਾ ਕੁਛ ਹੋਏ ਟਾਈਮ ਲੰਘਿਆ ਜੀ ਫਿਰ ਜੌਬ ਤੇ ਜਾਣ ਲੱਗ ਗਏ ਨਹੀਂ 4 ਮਹੀਨੇ ਮੈਂ ਗਿਆ ਹੀ ਨਹੀਂ ਕਿਸੇ ਪਾਸੇ ਨਹੀਂ ਮੈਂ ਮੋਟਰ ਤੇ ਬੈਠਾ ਜੀ ਚਲੋ ਕੋਈ ਬੰਦਾ ਆਇਆ ਜੀ ਜਾਂਦਾ ਜਾਂਦਾ ਟਾਂਚ ਮਾਰ ਗਿਆ ਜੀ ਅੱਛਾ ਬਈ ਉੱਥੇ ਜਦੋਂ ਬੈਠੇ ਮੋਟਰ ਤੇ ਮਿਹਣਾ ਮਾਰ ਗਿਆ ਮਿਹਣਾ ਮਾਰ ਗਿਆ ਕਾਹਦਾ ਮਾਰ ਗਿਆ ਕਹਿੰਦਾ ਤਾਂ ਮਨਦੀਪ ਮੁੱਤੇ ਉਹਨਾਂ ਨਾਲੇ ਭੱਜਣੇ ਦੀ ਹੁਣ ਕਿੱਥੇ ਲੱਭਣੇ ਨੇ ਉਹ ਉੱਥੇ ਕਹਿ ਗਿਆ ਵੀ ਬਸ ਉਹ ਬੈਠਾ ਜਾਂਗੇ ਤਾਂ ਮਨਦੀਪ ਮੁੱਤਿਓ ਨਾਲ ਹੀ ਭੱਜਣੇ ਸੀ ਹਾਂ ਵੀ ਹੁਣ ਨਹੀਂ ਇਹਦਾ ਕੁਛ ਵੀ ਹੋਣਾ ਅੱਛਾ ਚਲੋ ਜੀ ਮੈਂ ਮੋਟਰ ਤੋਂ ਘਰੇ ਆਇਆ ਘਰਦਿਆਂ ਨੂੰ ਕਿਹਾ ਮੈਂ ਬੋਲ ਭਜਾਉਣਾ ਪੈਣਾ ਵੀ ਬੋਲ ਤੋਂ ਭਜਾਉਣਾ ਵੀ ਭਜਾਉਣੇ ਪੈਣੇ ਨੇ ਹਾਂ ਵੀ ਬੋਲ ਲੈਣਾ ਹਾਂ ਕਹਿੰਦੇ ਦੇਖ ਲਓ 1-2 ਬੰਦਿਆਂ ਨੂੰ ਫੋਨ ਕਰੇ ਵੀ ਕਿਹੜਾ ਬੱਚਾ ਕੁਛ ਵੀ ਆ ਹਾਂ ਚਲੋ ਜੀ ਮੈਨੂੰ ਹੌਲੀ ਹੌਲੀ ਕਿਸੇ ਬੰਦੇ ਨੇ ਦੱਸਿਆ ਵੀ 1 ਦੌਦਰ ਦਾ ਬੱਚਾ ਭੱਜਦਾ ਅੱਛਾ ਇਹ ਕਿਹੜੇ ਸੰਨ ਦੀ ਫਿਰ ਗੱਲ ਹੋਈ ਇਹ 6 ਦੀ ਜੀ ਐਂਡ ਦੀ 6 ਦੀ ਐਂਡ ਦੀ ਹਾਂਜੀ ਅੱਛਾ ਉਹਦੇ ਬਾਅਦ 2-4 ਮਹੀਨੇ ਬਾਅਦ ਇੱਦਾਂ ਲਾ ਲਓ ਵੀ ਆਪਾਂ ਉਹੀ ਨਵੰਬਰ ਜੇ ਦੇ ਚਲੋ ਮੈਂ ਪਤਾ ਕਰਿਆ ਮੈਂ ਕਰਿਆ ਛਿੰਦੇ ਬਾਈ ਨੂੰ ਫੋਨ ਕਢਾਣੀ ਵਾਲਿਆਂ ਨੂੰ ਹਾਂ ਅੱਛਾ ਮੈਂ ਬਾਈ ਕਿਵੇਂ ਹੋ ਜੀ ਕਹਿੰਦੇ ਠੀਕ ਠਾਕ ਆ ਮੈਂ ਜੀ ਕਿੱਥੇ ਹੋ ਕਹਿੰਦਾ ਘਰੇ ਆ ਮੈਂ ਬਾਈ ਆਪਾਂ ਦੁੱਧ ਲਿਆ ਕੇ ਆਉਣਾ ਕਹਿੰਦੇ ਵੀ ਆ ਜਾ ਚਲੋ ਮੈਂ ਬਾਈ ਗਏ ਉੱਥੇ ਦੌਦਰ ਚਲੇ ਗਏ ਜੀ ਅੱਛਾ ਦੌਦਰ ਗਏ ਜੀ ਉਹਨਾਂ ਦੇ ਮੇਜਰ ਸਿੰਘ ਆ ਦੌਦਰ ਦਾ ਬੰਦਾ ਅੱਛਾ ਜੀ ਚਲੋ ਉਹਦੇ ਘਰ ਚਲੇ ਗਏ ਉਹਨਾਂ ਨੂੰ ਪੁੱਛਿਆ ਵੀ ਬਲਦ ਉਹ ਕਹਿੰਦੇ ਬੀਬੀ ਚੜਾ ਸੀ ਅੱਛਾ ਚਲੋ ਬਾਈ ਮੈਨੂੰ ਕਹਿੰਦਾ ਆਟਕ ਮਾੜਾ ਜਿਹਾ ਵੀ ਮੈਨੂੰ ਗੱਲ ਕਰਨ ਦੇ ਤੁਹਾਨੂੰ ਪਤਾ ਬਾਈ ਨੂੰ ਗੱਲ ਸਾਰੇ ਪਾਸੇ ਦੁਨੀਆ ਘੁੰਮਿਆ ਬਾਈ ਨੇ ਉਹੋ ਜਿਹੇ ਤਰੀਕੇ ਨਾਲ ਗੱਲ ਕਰੀ ਮੈਨੂੰ ਕਹਿੰਦਾ ਵੀ ਆ ਜਾ ਲੈ ਲਿਆ ਅੱਛਾ ਬੁੜੀਆਂ ਕੋਲ ਬੈਠ ਗਈਆਂ ਉਹਨਾਂ ਦੇ ਉਹ ਬੰਦਾ ਸੱਦ ਲਿਆ ਚਲੋ ਜਿਵੇਂ ਕਰੀ ਮੈਨੂੰ ਕਹਿੰਦਾ ਲੈ ਲਿਆ ਬਾਈ ਮੈਂ ਚਲੋ ਜੀ ਠੀਕ ਆ ਅਸੀਂ ਉਹਨਾਂ ਨੂੰ ਸਾਈ ਦਿੱਤੀ ਕਿੰਨੇ ਦਾ ਲੈ ਲਿਆ ਜੀ 60,000 ਦਾ ਜੀ 60,000 ਦਾ ਲੈ ਲਿਆ 60,000 ਦਾ ਲੈ ਲਿਆ ਜੀ ਅੱਛਾ ਅਸੀਂ ਚਲੋ ਉਹਨਾਂ ਨੂੰ ਸਾਈ ਦੇ ਕੇ ਅਸੀਂ ਆ ਗਏ ਦੂਜੇ ਦਿਨ ਬਾਈ ਕਹਿੰਦਾ ਆਪਾਂ ਲੈਣ ਜਾਣਾ ਵੀ ਚਲੋ ਆਪਾਂ ਜਾਂਦੇ ਟੈਂਪੂ ਲੈ ਜਾਂਦੇ ਅਸੀਂ ਰਾੜਾ ਸਾਹਿਬ ਤੋਂ ਟੈਂਪੂ ਕਰ ਲਿਆ ਜੀ ਅੱਛਾ ਜੀ ਅਸੀਂ ਕਾਰ 'ਚ ਹੋ ਗਏ ਬਾਈ ਨਾਲ ਟੈਂਪੂ ਵਾਲਾ ਮਗਰ ਮਗਰ ਆਏ ਚਲੇ ਚਲੋ ਉੱਥੇ ਪੱਪੂ ਉਹਨੀ ਨੇ ਜੀ ਇੱਕ ਤਾਂ ਉਹਦਾ ਅੱਛਾ ਜੀ ਉਹਨਾਂ ਨੂੰ ਵੀ ਘੋੜੀਆਂ ਦਾ ਸ਼ੌਂਕ ਅੱਛਾ ਉਹ ਗੇੜਾ ਗੂੜਾ ਦੇਣ ਲੱਗ ਗਏ ਬਲਦਾਂ ਦਾ ਬਾਈ ਕਹਿੰਦਾ ਚੱਲ ਵੀ ਗੇੜਾ ਦੇਖਦੇ ਹਾਂ ਉਹਨਾਂ ਨੇ ਘੋੜੀ ਦੇਖ ਲਈ ਬਾਈ ਨੇ ਬਾਈ ਨੇ ਘੋੜੀ ਦਾ ਸੌਦਾ ਕਰ ਲਿਆ ਨਾਲੇ ਬਹੁਤ ਬਹੁਤ ਲੈਣ ਗਏ ਤੇ ਨਾਲ ਘੋੜੀ ਦਾ ਸੌਦਾ ਕਰ ਲਿਆ ਉਹਨੂੰ ਕਹਿੰਦਾ ਲਿਆ ਵੀ ਟੈਂਪੂ ਘੋੜੀ ਚਾੜ ਲਾ ਅੱਛਾ ਘੋੜੀ ਚਾੜਨ ਲਈ ਜਾ ਕੇ ਬਲਦ ਚਾੜਨ ਲੱਗ ਗਏ ਬਲਦ ਘੋੜੀ ਦੇ ਨਾਲ ਚੜ ਗਿਆ ਜੀ
मैं देखा जी महा भी इन्हू तो डरिया डुरे नहीं घोड़ी तो उदन घोड़ी लई नूपे नू लैके गए थे देखी माड़ा मोटा पता लग गया नूपा बेगो वाला जी अच्छा उन्होंने घोड़िया की चल मैन नूपे ने कहा कह जाएगा बहुत लगता नहीं कुछ जिम्मे 60,000 रुपये लाता घोड़ी खड़ गया इन्हें तो कुछ कर नहीं चलो असि आ गए जी टेंपू वाला बहुत दिन करे नहीं फिर घोड़ी ने कहड़ा कुछ करे नहीं दलते मार दी घोड़ी भी साऊ जी घोड़ी भी साऊ बल्द भी साऊ हाँ जी असि आ गए चलो टेंपू वाले नेरा हो गया जी बाई मेनू कहना बल्द इत ही रहन दे जीप खराब हो गई बाई वाली जीप खराब हो गई बाई ने मेनू फोन करता कहना बी जंग आ जा गड्डी लाके भी गड्डी खराब हो गई असीं उत्थे पहला उत्थे दिखाई मिस्त्री नूं गड्डी ना लोट हुई उ गड्डी दे नाल टेंपू ला लिया जी असीं अच्छा जीप दे विचों टेंपू च बल चढ़ गया जी जिन्ना चिर उत्थे खड़ी रही तां नहीं बल थले आ चलो बल आ गया जी उरे नोनी नाल अच्छा चल नोनी ने इहदा मेरे घर दे नूं कहिंदा कहिंदा बाई ने भी बड़े ने सुनेहा दिता है जीत बाई ने भी बलद नूं समार के सांभ लिओ भी घरे कह के आई भैण उहनां नूं भी इहने घर भरना तुहाडा अच्छा हाँ जीत बाई की यह गल कह नोनी ने आके कही जी असी चलो जी बाई यार असी जोगे के घर चले गए बाई की नेड़ता जोगे नाल चलो नोनी ने जी उत्थे उन्ना चिर हाथ फेरी गया जी वह बंदे जिवें अच्छा जी वह बहुत ने उन्हें सांभिया सूंभिया जी एक असी जोड़िया जी अच्छा जी पहली खेड़े बाई दे कोल छाला परी थी असी बगली सूए ते अच्छा साडा नंबर होया सत्तवा अच्छा ओहदा जी उदों बाद जी कोट खेड आ गई कोर्ट जाके हो गया जी साडा चौथा नंबर अच्छा चौथा नंबर होया जी फिर जोड़िया जी उत्थे अपने लंघ अच्छा जी लंघ फिर चौथा नंबर जी मैं भी चल पिया जी फिर चढ़ी चले गए जी चढ़ी जाके जी पहला कर गया अच्छा वो पहले तो बाद जी 68 पहले करे ने जी लगातार जी फिर जंग बलाला बलाला फिर जंग बलाला हुई है जी फिर जिन्हे मीणा मारिया सी फिर उन्हूं कदे कहा नहीं मेहने वाले से तो बहुत कुछ हो गया जी मोहने वाले का अच्छा हाँ अच्छा जानी ला लो भी मेरा शौक छड़िया जो नौ करता जंग बुलाला वो मेहने नहीं करता जी वो मेहने नहीं करता मेहने नहीं करता जी अच्छा फिर 68 लगातार पहले हाँ जी फिर जेडे उदो खिडारी सीगे वो फिर लैण भी आउंदे होणगे लैण नूं आए जी जी पद्दी जगीर सिंह जिहड़ी इधर अपने ग्रायां कोल आ जी पद्दी अच्छा दुआबे चो दुआबे उत्थे असीं पहलां बच्चियां दी जोड़ते जी गुम्मे नाले अच्छा गुम्मे नाले 19 पहले कर गए थे जी गुम्मा साउथपुर केड़ा सी उहदे कोल उह कोई बग्गा जिहा बच्चा सी सिंगी जिहा जी अच्छा एड्डी साइड बणी जी ते असीं पहलां बच्चियां दी जोड़ते जी फिर बाट लगी उत्थे 19 साडा 19 लग गया जी बाकी सारे 21 च दो सेकंड दा पाड़ा जी चल शाम नूं बैठे बैठे गुम्मा कहिंदा चलीए बलदा जी बाहर तां फेर छुट्टी होवा ਅਸੀਂ ਬਲਦਾਂ 'ਚ ਲੈ ਗਏ ਜੀ ਸਾਡਾ ਦੂਜਾ ਨੰਬਰ ਆ ਗਿਆ ਜੀ ਬਲਦਾਂ 'ਚ ਵੀ ਅੱਛਾ ਛੋਟੇ ਛੋਟੇ ਬੱਚਿਆਂ ਦੇ ਅੱਛਾ ਉੱਥੇ ਆਏ ਜੀ ਨਾਨੋ ਮਜ਼ਾਰੇ ਵਾਲੇ ਜੀ ਅੱਛਾ ਜੋਗੇ ਦੀ ਫੈਮਿਲੀ ਬਾਹਰੋਂ ਆਈ ਹੋਈ ਸੀ ਜੀ ਉਹਨਾਂ ਦੀ ਅੱਛਾ ਉਹਨਾਂ ਨੇ ਬਲ ਦੇਖਿਆ ਉਹਨਾਂ ਦੇ ਬੱਚੇ ਨਾਲ ਜੀ ਅੱਛਾ ਬੱਚਿਆਂ ਨੇ ਬਲ ਦੇ ਕੋਲੋਂ ਕਦੇ ਹੱਥ ਲਾਇਆ ਮੈਂ ਕੋਈ ਗੱਲ ਨਹੀਂ ਉਹ ਇੰਨਾ ਸਾਊ ਸੀ ਬਾਈ ਜਿੱਧਰ ਮਰਜ਼ੀ ਉਹਨੂੰ ਫਿਰੀ ਚਲੋ ਜੀ ਉੱਤੇ ਬੈਠ ਜਾਓ ਕੁਛ ਕਰੀ ਜਾਓ ਜਵਾਕਾਂ 'ਚ ਜਾਣੀ ਜਦੋਂ ਮੈਦਾਨ 'ਚ ਆਉਂਦਾ ਸੀ ਫਿਰ ਉਦੋਂ ਹੀ ਕਰਾਵਾ ਨਹੀਂ ਕੁਛ ਵੀ ਨਹੀਂ ਇੱਥੇ ਉਹਦਾ ਨੱਥ ਜੋੜ ਕੇ ਛੱਡੇ ਤੋਂ ਬਾਅਦ ਇਹ ਕਰਦਾ ਮੈਦਾਨ 'ਚ ਹੀ ਦੱਸਦਾ ਸੀ ਵੀ ਮੈਂ ਹੈਗਾ ਹਾਂ ਜੀ ਅੱਛਾ ਚਲੋ ਉਹਨਾਂ ਦੇ ਜਵਾਕਾਂ ਜੁਵਕਾਂ ਜੇ ਮਾਂਜੇ ਲਾ ਕੇ ਉਹ ਮੈਨੂੰ ਕਹਿੰਦੇ ਵੀ ਦੱਸ ਹਾਂ ਮੈਂ ਵੀ ਵੇਚਣਾ ਨਹੀਂ ਅੱਛਾ ਉਹਨਾਂ ਨੇ ਨਵੀਂ ਸਕਾਰਪੀਓ ਗੱਡੀ ਕਢਾਈ ਸੀ ਜੀ ਇਹ ਸਨ 6-7 ਦੇ ਅੱਛਾ 7 ਦੇ ਮੁੱਢ ਦੇ ਦਿਨਾਂ ਦੀ 1-2 ਜਨਵਰੀ ਦੇ ਅੱਛਾ ਜੀ ਚੱਲ ਮੈਨੂੰ ਕਹਿੰਦੇ ਵੀ ਗੱਡੀ ਖੜਾ ਲਾ ਹਾਂ ਬਲਦ ਫੜਾ ਦੇ ਉਹ ਚੌਧਰੀ ਜਗਨਨਾਥ ਵਾਲੀ ਗੱਲ ਹੋ ਗਈ ਕੰਨੇ ਵਾਲੀ ਮੈਂ ਵੀ ਨਹੀਂ ਵੀ ਟਰੈਕਟਰ ਲੈ ਜਾਓ ਤੇ ਬਲਦ ਦੇ ਦਿਓ ਹਾਂਜੀ ਹਾਂ ਅੱਛਾ ਮੈਂ ਵੀ ਨਹੀਂ ਦੇਣਾ ਉਦੋਂ ਗੱਡੀ ਦੀ ਕੀਮਤ 10 ਲੱਖ ਹੋਊਗੀ ਜੀ ਤਾਂ ਬਹੁਤ ਵੱਡੀ ਗੱਲ ਬਹੁਤ ਵੱਡੀ ਸੀ ਜਿਵੇਂ ਲਾ ਲਓ ਵੀ ਕੁਛ ਵੀ ਸੀ ਉਹਨਾਂ ਦੇ ਮਨ ਨੂੰ ਦੀ ਬਲਦ ਵੀ ਜੇ ਅੱਜ ਦੇ ਹਿਸਾਬ ਲਾਈਏ ਬਾਈ ਅੱਜ ਦੇ ਹਿਸਾਬ ਉਹ ਬਲਦਾ ਮੁੱਲ ਨਹੀਂ ਸੀ ਨਹੀਂ ਚਲੋ 2007 ਦੀ ਗੱਲ ਆ 7 ਦੀ ਹਾਂਜੀ ਚਲੋ ਜਿੱਤਦਾ ਚਲੇ ਗਿਆ ਜੀ ਨਹੀਂ ਫਿਰ ਘਰੇ ਆ ਕੇ ਦੱਸਿਆ ਬਾਪੂ ਉਹਨਾਂ ਨੂੰ ਘਰੇ ਹੋਰ
ਨਹੀਂ ਬਾਪੀ ਜੀ ਤਾਂ ਨਾਲੇ ਹੁੰਦੇ ਸੀ ਘਰੇ ਆਪਣੀ ਭੈਣ ਹੋਣਾ ਨੂੰ ਆ ਕੇ ਦੱਸਿਆ ਜੀ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਇਹਨਾਂ ਨੇ ਦੱਸਿਆ ਫਿਰ ਇਹ ਮੂਰਖ ਬਣਿਆ ਪੈਸੇ ਇੰਨੇ ਮਿਲਦੇ ਸੀ ਦਿੱਤਾ ਨਹੀਂ ਫਿਰ ਇੱਕ ਵਾਰੀ ਕਹਿੰਦੇ ਕਰ ਨਹੀਂ ਦੇਖਦੇ ਹਾਂ ਨਹੀਂ ਫਿਰ ਤੁਹਾਨੂੰ ਸਲਾਹ ਕਿਸੇ ਨੇ ਦਿੱਤੀ ਨਹੀਂ ਵੀ ਪੈਸੇ ਬਹੁਤ ਆ ਵੀ ਗੱਡੀ ਆ ਕੰਡਕਟਰੀ ਕਰਦੇ ਹੋ ਮਿਹਨਤ ਕਰਦੇ ਹੋ ਵੀ ਆਪਦੀ ਗੱਡੀ ਹੋ ਗਈ ਘਰ ਦੀ ਤੇ ਬਹੁਤਾ ਫੇਰ ਆਜੂ ਬਸ ਜਿਵੇਂ ਕਹਿੰਦੇ ਮੋਹ ਜਿਹਾ ਨੇ ਉਹ ਗੱਲ ਦਾ ਕੋਈ ਪਛਤਾਵਾ ਹੈ ਅੱਜ ਨਹੀਂ ਜੀ ਜੋੜਤਾ ਜੀ ਮੈਂ ਕੰਗਣ ਵਾਲੀਆਂ ਨਾਲ ਅੱਛਾ ਬਹੁਤ ਖਰਾਬ ਹੋ ਕੇ ਆ ਗਏ ਜੀ ਅੱਛਾ ਹਾਰ ਕੇ ਜੀ ਅੱਛਾ ਚਲੋ ਦੁਬਾਰਾ ਲੈ ਗਿਆ ਜੀ ਮੁੰਡੀਆਂ ਵਾਲੇ ਹੈਪੀ ਨੇ ਬੱਚਾ ਲਿਆ ਸੀ ਕਾਲਾ ਕਾਲਾ ਹਾਂਜੀ ਅੱਛਾ ਚਲੋ ਜਦ ਦੁਬਾਰਾ ਜੋੜ ਕੇ ਛੱਡੇ ਜੀ ਜਿੱਤ ਗਏ ਜੀ ਮੋਟਰਸਾਈਕਲ ਅੱਛਾ ਫਿਰ ਦੁਬਾਰਾ ਉਹਦੇ ਨਾਲ ਛੱਡੇ ਹੈਪੀ ਨਾਲ ਤੇ ਦੁਬਾਰਾ ਕੀਤਾ ਹੋਇਆ ਸੀ ਕਿ ਐਟ ਏ ਟਾਈਮ ਹੀ ਪਾਸ ਨਹੀਂ ਕਰਿਆ ਹੋਇਆ ਸੀ ਜੀ ਅੱਛਾ ਉਹ ਹੈਪੀ ਦਾ ਬਹੁਤ ਤਾਂ ਦੇਖ ਲਓ ਜੀ ਵਧੀਆ ਸੀ ਉਹ ਬਹਿੰਦਾ ਸੀ ਜੀ ਆਪਣਾ ਬਲਦ ਹੈਗਾ ਸੀ ਸਾਊ ਬਹੁਤਾ ਜੜਾਈ ਦਾ ਅੱਛਾ ਉਹ ਜਦ ਮਰਜ਼ੀ ਉੱਠ ਖੜੇ ਉਹ ਉੱਕਣੇ ਕਰ ਜਾਂਦਾ ਜੀ ਕੁਦਰਤੀ ਇਹੋ ਜਿਹੀ ਕਿਸਮਤ ਜੀ ਬਲਦ ਵੀ ਨਹੀਂ ਬੈਠੇ ਉਧਰ ਹਾਂਜੀ ਉਹ ਮੋਟਰਸਾਈਕਲ ਘੁੰਮਦਾ ਸੀਗਾ ਘੁੰਮਦਾ ਸੀ ਜੀ ਪਹਿਲਾਂ ਤਾਂ ਟਾਈਮ ਉੱਚਾ ਲੱਗਿਆ ਜੀ ਉਹ ਤਾਂ ਚਲੋ ਖਰਾਬ ਹੋਏ ਦੁਬਾਰਾ ਸਵਾ ਘੰਟੇ ਚੱਕਿਆ ਜੀ ਅੱਛਾ ਪਹਿਲੇ ਟਾਈਮ ਨਾਲ ਸਵਾ ਸਕਿੰਟ ਚੱਕਤਾ ਸਵਾ ਸਕਿੰਟ ਚੱਕਤਾ ਜੀ ਮੁੰਡੀਆਂ ਵਾਲੇ ਬਲਦ ਨਾਲ ਅੱਛਾ ਚਲੋ ਹੋਈ ਜਿੱਤ ਦੂਏ ਦਿਨ ਨੂੰ ਹੈਪੀ ਕਹਿੰਦਾ ਵੀ ਜੋੜੀ ਆਪਾਂ ਬਲਦਾਂ 'ਚ ਵੀ ਜਾਨੂੰ ਬਚਨ ਬਾਈ ਨਾਲ ਮਾੜੀ ਮੋਟੀ ਹਾਂ ਹੋਈ ਸੀ ਬਚਨ ਬਾਈ ਕਹਿੰਦਾ ਵੀ ਮੇਰੀ ਖੇਡ ਆ ਮੈਂ ਜੋੜਨਾ ਉਹਨਾਂ ਨੂੰ ਹੈਪੀ ਉਹਨਾਂ ਨੂੰ ਉਹ ਜਾਨੀ ਉਦੋਂ ਫਿਰ ਤੁਸੀਂ ਸਾਰੇ ਖਿਡਾਰੀਆਂ 'ਚ ਜੰਗ ਦਾ ਹਾਂਜੀ ਹਾਂ ਜੇ ਕੋਈ ਗੱਲ ਕਰਦਾ ਸੀ ਤਾਂ ਤੁਹਾਡਾ ਜ਼ਿਕਰ ਆਉਂਦਾ ਸੀ ਜੀ ਹਾਂਜੀ ਅੱਛਾ ਚਲੋ ਉਦੋਂ ਥੋੜ੍ਹੇ ਦਿਨਾਂ ਕੇ ਬਾਅਦ ਇਹ ਰਾਮਗੜ੍ਹ ਖੇਡ ਆ ਗਈ ਜੀ ਅੱਛਾ ਰਾਮਗੜ੍ਹ ਖੇਡ 'ਤੇ ਜਿਵੇਂ ਕਹਿੰਦੇ ਹੁੰਦੇ ਨੇ ਇੱਕ ਸਾਈਡ ਹੋ ਗਏ ਜੀ ਸਾਰੇ ਵੀ ਇਹ ਸਾਰੇ ਖਿਡਾਰੀ ਹਾਂ ਜਿਹੜੇ ਜਿੰਨੇ ਦੇ ਬਲਦ ਭੱਜਦੇ ਸੀ ਚਲੋ ਗੜਵਾਨ ਵੀ ਸਾਈਡ ਹੋ ਗਿਆ ਜੀ ਮੇਰਾ ਕਿਹੜਾ ਸੀਗਾ ਦੀਪਾ ਜਟਾਣਾ ਜੀ ਉਸ ਦਿਨ ਪੂਰਾ ਹੱਕ ਦਾ ਆਉਂਦਾ ਸੀ ਰੋਜ਼ ਜਿੱਤਦਾ ਆਉਂਦਾ ਸੀ ਜਦ ਬਲ ਜੋੜਨੇ ਸੀ ਮੈਂ ਕੋਟ ਵਾਲਿਆਂ ਨਾਲ ਜੋੜਨਾ ਨਹੀਂ ਸਾਈਡ ਕਾਹ ਤੋਂ ਹੋ ਗਏ ਇੱਕ ਉਹ ਉਹਨਾਂ ਨੂੰ ਪਤਾ ਜੀ ਵੀ ਕੀ ਹਰਾਉਣਾ ਦੀ ਕੁਸ਼ਤੀ ਅੱਛਾ ਚਲੋ ਜੀ ਉੱਥੇ ਮੌਕੇ 'ਤੇ ਜਾਂ ਡੱਬੇ 'ਚ ਗਏ ਜੀ ਕੋਈ ਚਾਪ ਨਾ ਜੀ ਇੱਥੋਂ ਭੁਲੇਖੇ ਚਲੇ ਗਏ ਬਲਦ ਨਾਲ ਲੱਗੇ ਅਸੀਂ ਜੀ ਕੋਟ ਵਾਲਿਆਂ ਦੇ ਕਾਲੇ ਨਾਲ ਕੋਟ ਗੰਗੂਰਾਏ ਵਾਲੇ ਹਾਂਜੀ ਹਰਮੀਤ ਵਾਲੇ ਨਾਲ ਹਰਮੀਤ ਕੋਲੇ ਸੀ ਕਾਲਾ ਹਾਂ ਜਿਹੜਾ ਬਚਨ ਬਾਈ ਨੇ ਲੈ ਲਿਆ ਸੀ ਚੰਗਾ ਭੱਜਦਾ ਸੀ ਉਦੋਂ ਪੂਰਾ ਵਧੀਆ ਭੱਜਦਾ ਸੀ ਕੋਟ ਦੀ ਖੇਡ ਹੈਂ ਨਾ ਰਾਮਗੜ੍ਹ ਦੀ ਮੋਟਰਸਾਈਕਲ ਦੀ ਅੱਛਾ ਚਲੋ ਜੀ ਉੱਥੇ ਜੋੜਨ ਲੱਗੇ ਜੀ ਥੋੜ੍ਹੇ ਜਿਹੇ ਬਲਦ ਖਰਾਬੀ 'ਚ ਜੁੜ ਕੇ ਫੇਰ ਕਿਵੇਂ ਚਾਪਕ ਫਿਰ ਚਾਕ ਵੀ ਪੰਤ ਸੋਈਆਂ ਬਿਠਾਤਾ ਅੱਛਾ ਮੇਰੇ ਦੂਏ ਦਿਨ ਜੋੜਨਾ ਦੀ ਬਲਦਾਂ 'ਚ ਬਲਦ ਸਾਹਾ ਬਾਣੀਆਂ ਨਾਲ ਕਿਹਦੇ ਨਾਲ ਤਾਰ ਸਾਹਾ ਬਾਣੇ ਨਾਲ ਤੁਹਾਡਾ ਹਾਂਜੀ ਅੱਛਾ ਤੇ ਤਾਰਾ ਸਾਹਾ ਬਾਣੇ ਉਹਨੇ ਆ ਕੇ ਕਹਿੰਦੇ ਭਾਈ ਜੰਗ ਆਪਦਾ ਅੱਜੇ ਭਜਾ ਲਾ ਵੀ ਅਸੀਂ ਕੱਲ ਨੂੰ ਬਲ ਨਹੀਂ ਤੇਰਾ ਜੋੜਨਾ ਤੇਰਾ ਬਲ ਅੱਜ ਘੱਟ ਭੱਜਿਆ ਚਲੋ ਕੋਈ ਗੱਲ ਨੀ ਫਿਰ ਤੁਸੀਂ ਕੱਢੀ ਨੀ ਗੱਲ ਵੀ ਸਾਰੇ ਬੰਦੇ ਸਾਰੀ ਹੋਈ ਦੇਖੋ ਸੁਣੋ ਉਦੋਂ ਗਾਂ ਮੈਂ ਆਪਣੇ ਤੁਰਿਆ ਆਉਣਾ ਹੈਪੀ ਕਸੁੰਬੜੀ ਮਿਲ ਗਿਆ ਨਾਲ ਜੂਪਾ ਜਰਕੜੀ ਅੱਛਾ ਕਹਿ ਜੰਗ ਬਹੁਤ ਜੋੜ ਮਾਇਆ ਵੀ ਮੈਂ ਦੂਸਰੇ ਕੰਨ ਬਹੁਤ ਜੋੜਨਾ ਕਹਿ ਤੂੰ ਜੋੜ ਦੇ ਉਹਨਾਂ ਕੋਲੇ ਸੀਗਾ ਕੋਈ ਵਧੀਆ ਜਰਗੜੀ ਜਿਹੜਾ ਬਹੁਤ ਬਚਨ ਨੇ ਖਰੀਦਿਆ ਸੀ ਅੱਛਾ ਅੱਛਾ ਠੀਕ ਸੀ ਚਲੋ ਮੈਂ ਆ ਗਿਆ ਜੀ ਮੈਂ ਆ ਕੇ ਮੈਂ ਚਲੋ ਯਾਰ ਕਰਾ ਦੂ ਐਂਟਰੀ ਉਹਨਾਂ ਦਾ ਵਿਹਲੀ ਸੀ ਉਦੋਂ ਉਹਨਾਂ ਦਾ ਵਿਹਲੀ ਸੀ ਉਸ ਟਾਈਮ ਅੱਛਾ ਚਲੋ ਐਂਟਰੀ ਕਰਾ ਤੀ ਜੀ ਚਲ ਸਾਡੇ ਬੰਦੇ ਜਿਹੜੇ ਮੇਰੇ ਨਾਲ ਸੀ ਉਹਨਾਂ ਨੂੰ ਵੀ ਹੌਸਲਾ ਹੋ ਗਿਆ ਵੀ ਦੁਬਾਰਾ ਬਹੁਤ ਜਾਊਗਾ ਜਿੱਤੂਗਾ ਹੀ ਤੁਹਾਡੇ ਪਿੰਡ ਤੋਂ ਮਨਤੇਜ ਸਿੰਘ ਗੁੱਜਰ ਵਾਲੇ ਜੇ ਉਹ ਆਇਆ ਹੋਇਆ ਸੀ ਖੇਡ ਤੇ ਅੱਛਾ ਉਹਨੇ ਮੈਨੂੰ ਆਹ ਕਰਕੇ ਕਹਿੰਦਾ ਕੋਚ ਕੀ ਗੱਲ ਹੋਊਗੀ ਮੈਂ ਵੀ ਖਰਾਬੀ ਜਿਹੀ ਆਇਆ ਹੋਊਗੀ ਚਲੋ ਮੈਂ ਵੀ ਦੇਖਦਾ ਹੁਣ ਦੁਬਾਰਾ ਜਾਊ ਕਹਿੰਦਾ ਚੱਲ ਠੀਕ ਹੈ ਫਿਰ ਤਾਂ ਚੱਲ ਬਹੁਤ ਬਿੱਪੇ ਜਰਗੜੀ ਦਾ ਕਿਵੇਂ ਕਿ ਨੰਬਰ ਕਰਦਾ ਸੀ ਉਦੋਂ ਵਿੱਚ ਕਰ ਦਿੰਦਾ ਜੀ ਉਹ ਚੌਥਾ ਪੰਜਵਾਂ ਕਿ ਵਿੱਚ ਕਰ ਦਿੰਦਾ ਜੀ ਵਿੱਚ ਉਹਦੀ ਥੋੜ੍ਹੀ ਜਿਹੀ ਕਈ ਵਾਰੀ ਉਹ ਆਊਟ ਜੀ ਮੰਨ ਜਾਂਦਾ ਅੱਛਾ ਚਲੋ ਜਾਣੀ ਨੇੜੇ ਸੀ ਗੱਲ ਨੇੜੇ ਸੀ ਚਲੋ ਮੈਂ ਹੈਪੀ ਨੂੰ ਕਿਹਾ ਮੈਂ ਹੈਪੀ ਹੁਣ ਜੋੜਨਾ ਰਹੇਗਾ ਵੀ ਹੁਣ ਬਾਲ ਨੂੰ ਇਹ ਕੁੱਟ ਲਈ ਜਿੰਨਾ ਕੁ ਕੁੱਟਣਾ ਕਾਲੇ ਨੂੰ
ਹੱਕੂ ਕੌਣ? ਹੈਪੀ ਖਸੁੰਪੜੀ। ਅੱਛਾ, ਮੱਜ ਤੂੰ ਹੀ ਉਹ ਚੱਲ, ਸਾਰਾ ਕੁਛ ਹੋਊ। ਚਲੋ ਜੀ, ਅਸੀਂ ਚੌਥੀ ਸ਼ਿਫਟ 'ਚ ਚਲੇ ਗਏ ਜੀ। ਟਾਈਮ ਲੱਗ ਗਿਆ ਜੀ ਜ਼ਿਆਦਾ, 24-68 ਪਤਾ ਨਹੀਂ 66 ਜੀ, ਇਹਦੇ ਠੋਲੀ ਧੌਲ ਮੱਜ ਰਿਹਾ ਅਤੇ ਜੀਤ ਭਵਾ ਦੇ, ਠੁੱਲੀ ਧੌਲ ਮੱਜ ਰਿਹਾ ਅਤੇ ਜੀਤ ਭਵਾ ਜੀਤ ਭਵਾ ਦੇ। ਅਸੀਂ ਚੌਥੀ ਸ਼ਿਫਟ ਠੁੱਲੀ ਵੀ ਉਦੋਂ ਫਿਰ ਵੀ ਕਹਿੰਦਾ ਉਹ ਮੋਟਰਸਾਈਕਲ ਤਾਂ ਹੁਣ ਕੋਲੇ ਪਿਆ, ਹਾਂ ਚਾਬੀਆਂ ਮੇਰੇ ਕੋਲ। ਹਾਂਜੀ, ਚੌਥੀ ਸ਼ਿਫਟ ਚਲੇ ਗਏ ਜੀ। ਹਾਂ, ਪਹਿਲੀ ਗੱਡੀ ਜੋੜਤੀ ਜੀ ਫੌਜੀ ਠੱਕਰ ਵਾਲ ਅਤੇ ਇਹਨੇ ਜੀ ਆਪਣੇ ਮੁੰਡੀਆਂ ਵਾਲਿਆਂ ਨੇ, ਕਾਲੇ ਨੇ ਜਿਹੜਾ ਤੁਹਾਡੇ ਨਾਲ ਜੁੜਦਾ ਸੀ ਪਹਿਲਾਂ, ਮੇਰੇ ਨਾਲ ਜੁੜਦਾ। ਅੱਛਾ, ਇਹਨਾਂ ਨੇ ਜੀ 24-51 ਕਰਤੇ, ਉਹ ਟਾਈਮ ਤੋੜਤਾ, ਟਾਈਮ ਤੋੜਤਾ ਜੀ। ਚਲੋ ਉਹਨਾਂ ਨੇ ਤਾੜੀਆਂ ਮਾਰੀਆਂ, ਸਾਰਾ ਕੁਛ ਹੋਇਆ ਵੀ ਜਿੱਤ ਗਏ। ਪਿੱਛੇ ਉਹ ਕੋਟੀਆ ਵਾਲ ਲੋਪੋ ਵਾਲਿਆਂ ਨਾਲ ਚਲੇ ਗਿਆ ਦੁਬਾਰਾ, ਜਿਹੜਾ ਆਪਣੇ ਨਾਲ ਜੁੜ ਕੇ ਆਇਆ ਸੀ ਪਹਿਲਾਂ। ਅੱਛਾ, ਉਹਨੇ ਵੀ ਲਿਆ ਕੇ ਜੀ 24-51 ਕਰਤਾ, ਬਰਾਬਰ ਕਰਤਾ, ਬਰਾਬਰ ਕਰਤਾ, ਮੋਟਰਸਾਈਕਲ ਵੰਡਿਆ ਗਿਆ। ਕਹਿੰਦੇ ਮੋਟਰਸਾਈਕਲ ਹੁਣ ਕਿਵੇਂ ਵੱਢ, ਉਹ ਕੀ ਹੋਊਗਾ, ਸਾਰਾ ਕੁਛ ਹੋ ਗਿਆ ਜੀ। ਜਦ ਅਸੀਂ ਤੀਜੀ ਗੱਡੀ ਜੋੜਨ ਲੱਗੇ ਪਿੰਡ ਵਾਲੇ ਕਹਿੰਦੇ ਵੀ ਅਸੀਂ ਜੋੜਨੀ ਹੈ। ਅੱਛਾ, ਉਹ ਇਹ ਕਹਿਣ ਲੱਗੇ, ਕਹਿੰਦੇ ਅਸੀਂ ਜੋੜਦੇ, ਮੈਂ ਵੀ ਜੋੜ ਦੇਣਾ, ਕੁਛ ਨਾ ਕਰੋ ਦਿੰਦਾ ਜੀ, ਬਈ ਚਲੋ ਜੋੜਨ ਦੋ, ਇਹਨਾਂ ਜੋੜਨ ਦੋ ਜੀ। ਹਾਂ, ਉਹਨਾਂ ਨੇ ਜੋੜਤੇ ਜੀ, ਨਵੇਂ ਤੀ ਬੱਚੇ ਉਹਨਾਂ ਦੇ, ਚਲੋ ਹੌਲੀ ਹੌਲੀ ਪਹੁੰਚ ਗਏ। ਜਦ ਅਸੀਂ ਜੋੜ ਕੇ ਛੱਡੇ ਜੀ, ਲਾ ਲਓ ਵੀ ਅੱਧਾ ਕਿੱਲਾ ਗਿਆ ਨਹੀਂ ਜੀ, ਨਾ ਜ਼ਿੰਦਗੀ 'ਚ ਕਦੇ ਪਹਿਲਾਂ ਜੀ, ਨਾ ਬਾਅਦ ਦੇ ਵਿੱਚ। ਆਪਾਂ ਕਦੇ ਝੁੱਲ ਮਾਰ ਕੇ ਵਿਚਾਰਾ ਜਿਹਾ ਨਹੀਂ ਮਾਰਿਆ ਵੀ ਅੱਧੇ ਕਿੱਲੇ ਜਾਂਦੇ ਤਾਂ ਕਹਿਤਾ ਸੀ ਵੀ ਜਿੱਤ ਗਿਆ। ਫਿਰ ਉਦਣ ਅੰਦਰਲਾ ਉਹ ਬਲਬਲਾ ਬਾਹਰ ਆਇਆ, ਬਾਹਰ ਆਇਆ ਬਈ, ਗੁੱਸਾ ਵੀ ਸੀ, ਗੁੱਸਾ ਵੀ ਦੀ ਵੀ ਤੁਹਾਨੂੰ ਸਾਰੇ ਹਰਾਉਣ, ਚਾਪਕ ਵੀ ਬਹੁਤ ਵੀ ਕੋਈ ਜੁੜੇ ਜੀ, ਤੇ ਉਹ ਫਿਰ ਬਾਅਦ ਵਿੱਚ ਲਾਓ ਜਿੱਤ ਗਿਆ ਬਿਨਾਂ ਟਾਈਮ ਬੋਲੇ, ਤਾਂ ਐਂ ਕਹਦੇ ਵੀ ਬਹੁਤ ਕਮਲਾ ਹੋ ਗਈ ਚੱਲ ਪਿਆ ਜੀ। ਅੱਛਾ, ਜਾ ਕੇ ਜੀ ਫਿਰ ਮਾਸਟਰ ਜੀ ਨੇ ਟਾਈਮ ਬੋਲਿਆ, ਕਹਿੰਦੇ ਹੁਣ ਸੁਣ ਲਓ ਸਮਾਂ, ਫਿਰ ਲੈ ਕੇ ਜੀ 24-09 ਲਾਇਆ। 51 ਵਾਲੇ ਉਹ ਜਿਹੜੇ ਬਣਦੇ ਸੀ ਉਹ ਫਿਰ 9 ਤੇ ਆ ਗਏ, 9 ਤੇ ਆ ਗਿਆ ਜੀ ਫਿਰ। ਹਾਂ, ਵੀ ਸਿੰਗਲ ਆ ਗਿਆ, ਵੀ ਆ ਗਿਆ। ਹਾਂ, ਇਹ ਮੰਤੇਜ ਨੇ ਕਿਹਾ ਉੱਥੇ ਹੀ, ਕਹਿੰਦਾ ਮੈਂ ਉਹਨਾਂ ਨੂੰ ਕਿਹਾ, ਕਹਿੰਦਾ ਵੀ ਆਊਗਾ, ਕਹਿੰਦਾ ਮੈਂ ਉਹਨੂੰ ਕਹਿ ਦੀ ਵੀ ਖੜ ਜਾਓ ਵੀ ਉਹ ਕੁਛ ਵੀ ਕਰ ਸਕਦਾ, ਵੀ ਉਹ ਆਪਣੇ ਦਿਮਾਗ ਨਾਲ ਲੈ ਕੇ ਗਿਆ, ਕੁਛ ਤਾਂ ਕਰੂਗਾ ਵੀ ਖੜ ਜਾਓ। ਫਿਰ ਉੱਥੇ ਬਈ ਹੁਣ ਫਿਰ ਜੰਗ ਕੋਚ ਹੋ, ਜੰਗ ਕੋਚ ਹੋ। ਹਾਂਜੀ ਹਾਂ, ਚਲੋ ਫਿਰ ਇਹ ਸਿਲਸਿਲਾ ਚੱਲ ਪਿਆ, ਸਿਲਸਿਲਾ ਚੱਲਦਾ ਰਿਹਾ ਜੀ। ਹਾਂਜੀ, ਫਿਰ ਉਹ ਬਹੁਤ ਜੀ ਸੱਟ ਲੱਗ ਗਈ, ਸੱਟ ਤੋਂ ਬਾਅਦ ਫਿਰ ਇੱਕ ਮੇਰਾ ਛੋਟਾ ਭਰਾ ਜੀ, ਇਹ ਵੀ ਜਦ ਬੱਸਾਂ 'ਤੇ ਇੱਕ ਨੇ ਕਨੈਕਟਰੀ ਕਰਨ ਜਾਂਦਾ ਸੀ, ਇਹ ਬੀਜੇ ਉਤਰੇ ਉੱਥੇ ਬਾਂਗਰੂ ਬੱਚੇ ਲਈ ਖੜੇ ਸੀ ਰਾਜਸਥਾਨੀ, ਇੱਕ ਛੋਟਾ ਜਿਹਾ ਸੀ ਜੀ, ਇਹਨੇ ਉਹ ਉੱਥੇ ਜਾ ਕੇ ਸਾਈ ਦੇ ਆ ਕੇ 2000 ਰੁਪਈਏ ਦਾ ਬੱਚਾ ਲੈ ਲਿਆ ਜੀ, ਛੋਟਾ ਜੀ ਭਰਾ ਨੇ, ਭਰਾ ਨੇ ਚਲ ਲਿਆ ਜੀ, ਪਾਲਦੇ ਪਾਲਦੇ ਬਰੋਬਰ ਨੂੰ ਜਦੋਂ ਬਹੁਤ ਹੋ ਗਿਆ, ਜਦੋਂ ਬਹੁਤ 60 ਵੱਜ ਗਈ, ਜਦੇ ਇਹ ਲੈ ਕੇ ਜਾਣ ਲੱਗੇ ਬਾਪੀ ਜੀ ਨੂੰ, ਫੇਰ ਵਿੱਚ ਮੈਂ ਉੱਧਰ ਗੱਡੀ 'ਤੇ ਜਾਣ ਲੱਗ ਗਿਆ, ਜਦੇ ਮੈਨੂੰ ਜੀ ਮੁੰਡੇ ਨੇ ਫੋਨ ਕਰਿਆ, ਕਹਿੰਦਾ ਜਾਂਗੇ ਤੇਰਾ ਬੱਚਾ ਜਿੱਤਣ ਨੂੰ ਫਿਰਦਾ, ਆ ਜਾ ਤੂੰ ਕਿੱਥੇ ਫਿਰਦਾ। ਚਲੋ ਮੈਂ ਇਹਨਾਂ ਨੂੰ ਆਇਆ ਘਰੇ, ਮੈਂ ਵੀ ਬੱਚਾ ਨਾ ਲੈ ਕੇ ਜਾਇਓ ਕਿਤੇ ਖੇਡ 'ਤੇ, ਵੀ ਮੈਂ ਆਪੇ ਲੈ ਕੇ ਜਾਊਂਗਾ। ਮੈਂ ਪਹਿਲੀ ਖੇਡ ਜੀ ਅਜਨੌਦ ਲੈ ਗਿਆ, ਚਲੋ ਉਹਨੇ 10ਵਾਂ ਕੁ ਨੰਬਰ ਕਰਿਆ ਜੀ, ਉੱਥੇ ਮੈਂ ਬੱਚਾ ਮੰਗ ਲਿਆ ਬੰਦੇ ਦਾ ਦੁਬਾਰਾ ਨੂੰ, ਨੱਤਾ ਜਾ ਕੇ ਜੀ ਚੌਥਾ ਕਰਕੇ ਆ। ਅੱਛਾ, ਨੱਤਾ ਚੌਥਾ ਕਰੇ ਤੋਂ ਬਾਅਦ ਜੀ ਫਿਰ ਉਹਨੇ ਪਹਿਲੇ ਕਰੇ ਜੀ, ਤੁਹਾਡੇ ਕੋਲ ਰੁੜ ਕੇ ਬੱਟੇ ਨਾਲ ਜਾ ਕੇ ਪਹਿਲਾਂ ਕਰਿਆ ਟ੍ਰੇਨ ਦੇ ਵਿੱਚ, ਬੱਟਾ ਫਲੇ ਵਾਲੀ ਆ। ਹਾਂਜੀ ਹਾਂ। ਅੱਛਾ, ਅਤੇ ਉਹ ਬੱਚਾ ਬਹੁਤ ਭੱਜੇ, ਫਿਰ ਕੰਗਣ ਵਾਲਾ ਜਾ ਕੇ ਬੱਟੇ ਨਾਲੇ ਪਹਿਲਾਂ ਕਰਿਆ। ਬੱਟੇ ਕੋਲ ਕਿਹੜਾ ਸੀ? ਬੱਟੇ ਕੋਲ ਕਾਲਾ ਜੀ ਜਿਹੜਾ ਰੋਡੇ ਕਾਈ ਨਾ ਉਹਨੇ ਲੈ ਲਈ, ਢੰਡਾਰੀ ਵਾਲਿਆਂ ਕੋਲ, ਢੰਡਾਰੀ ਵਾਲਿਆਂ ਕੋਲ ਸੀ ਉਹ। ਹਾਂਜੀ ਹਾਂ, ਫਿਰ ਉਹ ਬੱਲੇ ਬੱਲੇ ਹੋਈ, ਫਿਰ ਉਹ ਬੱਲੇ ਬੱਲੇ ਹੋਈ ਜੀ। ਤੁਸੀਂ ਨਹੀਂ ਵੇਚਿਆ ਕੋਈ? ਨਹੀਂ, ਅਸੀਂ ਸੁਣ ਲਓ ਵੇਚਣ ਦੀ ਗੱਲ, ਉਦੋਂ ਬਾਅਦ ਜੀ ਮੈਂ ਬਹੁਤ ਲੈਲੀਆ ਲੈ ਲਿਆ ਜੀ, ਹੋਰ ਇੱਕ ਮਾਣੂਕਿਆਂ ਤੋਂ ਲੈ ਲਿਆ ਜੀ ਬੱਚਾ। ਅੱਛਾ, ਮਿਸਤਰੀ ਤੋਂ, ਅਤੇ ਉਹ ਲਿਆ ਹੋਇਆ ਜੀ, ਉਹ ਵੀ ਦੂਏ ਚੌਥੇ ਕਰੇ ਉਹਨੇ, ਪਹਿਲਾਂ ਤਾਂ ਇੱਕ ਹੋਇਆ ਉਹ ਤੋਂ। ਅੱਛਾ, ਮੈਂ ਇਹਨੇ ਵੀ ਨਹੀਂ ਹੋਈ, ਫਿਰ ਲੈ ਲਿਆ ਜੀ ਮੈਂ ਇੱਥੋਂ ਜਸਵੰਤ ਬਾਬੇ ਤੋਂ ਜੀ। ਅੱਛਾ, ਲੈਲੀਆ ਬਲਦ ਉਹਨਾਂ ਕੋਲ ਸੀ ਉਦੋਂ, ਫਿਰ ਇਕੱਲੇ ਹੀ ਲੈਂਦੇ ਸੀ? ਹਾਂ, ਉਹ ਇਕੱਲਾ ਲਿਆ ਜੀ। ਅੱਛਾ, ਲੈਲੀਆ ਬਲਦ ਲੈ ਲਿਆ ਜੀ ਉਹਨਾਂ ਤੋਂ, ਉਹਨਾਂ ਨੇ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਵੀ ਇਹਨੇ ਭੱਜਣਾ ਨਹੀਂ। ਅੱਛਾ, ਵੀ ਭੱਜਣਾ ਨਹੀਂ ਹੈਗਾ ਬਲ ਨੇ। ਚਲੋ ਮੈਂ ਲੈ ਲਿਆ, ਕਿ ਕਾਲਾ ਕਹਿੰਦਾ ਜੀ ਗੁੱਜਰਾਲੀਆ, ਕਹਿੰਦਾ ਬਾਈ ਮੈਂ ਉੱਥੇ ਰੱਖਣਾ ਪਿੰਡ ਬਹੁਤ ਲੈ ਕੇ ਜਾਣਾ ਹੈ। ਅੱਛਾ, ਵੀ ਸਾਡੇ ਅਸੀਂ ਇਹਦੇ ਪਹਿਲਾਂ ਹੀ ਫੈਨ ਆ, ਮੈਂ ਚੱਲ ਵੀ ਲੈ ਜਾਓ। ਚਲੋ ਉਹਨਾਂ ਨੇ 2-4 ਖੇਡਾਂ ਵਧੀਆ ਲਾਈਆਂ ਜੀ ਸਾਡੇ ਮਾਲ, ਉਹਨਾਂ ਨਾਲ ਕਰੀ ਹੋਈ ਸੀ ਮੇਰੀ ਜੰਗ ਸੋਲ ਕੇ ਬਾਬੇ ਉਹਨਾਂ ਨਾਲ, ਵੀ ਤੁਹਾਡਾ ਜਿਹੜਾ ਬੱਚਾ ਟਕੋਰਾ ਉਹ ਵੀ ਮੈਂ ਲੈ ਕੇ ਦਿੱਤਾ ਸੀ ਪੂਰੇ ਜ਼ੋਰ ਨਾਲ ਵੀ ਲੈ ਲਓ ਪਰ। ਅੱਛਾ, ਮੈਂ ਵੀ ਖੇਡ ਲਵਾਉਣੀ ਪੈਣੀ ਇੱਕ ਬਹੁਤ ਤੁਹਾਡਾ ਮੈਂ ਲੈ ਜਾਂਦਾ ਵੀ ਮੇਰੇ ਗਵਾਂਢ ਮਾਲ ਪਰ ਜੀ, ਕਹਿੰਦੇ ਜੋੜਿਓ ਜੀ। ਚਲੋ ਮੈਂ ਕਾਲੇ ਉਹਨਾਂ ਨੂੰ ਫੋਨ ਕਰਤਾ, ਮੈਂ ਕਾਲੇ ਬਾਲ ਛੱਡ ਜਾਇਓ ਇੱਕ ਦਿਨ ਪਹਿਲਾਂ, ਤੁਹਾਡੇ ਸਾਇਆ ਖੇਡ ਭੱਜੀ ਜੀ ਉੱਥੇ ਨੰਬਰ ਬਣਿਆ ਉਹਦਾ 18ਵਾਂ ਜੀ। ਅੱਛਾ, ਉਹੀ ਬੱਚੇ ਦਾ? ਉਹ ਬਾਲ ਦਾ ਜੀ। ਚਲੋ ਰਾਤ ਨੂੰ ਮੇਰੇ ਕੋਲ ਆ ਗਿਆ ਜੀ, ਸਾਜਰੇ ਅਸੀਂ ਇੱਥੋਂ ਖੋਲ੍ਹੇ ਜੀ, ਘੁਮਾਉਣ ਚਲੇ ਗਏ ਮੈਂ ਅਤੇ ਰਣਜੀਤ। ਚਲੋ ਘੁਮਾਇਆ ਉੱਥੇ ਐਨ ਬਹੁਤ ਪੂਰਾ ਚੌ ਜਿਹਾ ਚੱਲਦੇ,
ਇਹਨੂੰ ਕਿਹਾ ਵੀ ਬਲਦ ਕਰੂਗਾ ਕੰਮ। ਬਲਦ ਨੇ ਜੀ ਅਸੀਂ ਜੋੜਤਾ ਟਕੋਰੇ ਨਾਲ, ਉੱਥੇ ਇੱਕ ਪੂਲੀ ਜਿਹੀ ਆਉਂਦੀ, ਉੱਥੇ ਮਾੜਾ ਜਿਹਾ ਨੌ ਲੈ ਗਿਆ ਬਲਦ, ਨੰਬਰ ਕਰਕੇ ਜੀ ਦੂਜਾ। ਅੱਛਾ, ਜਦ ਉਸ ਟਾਈਮ ਪਹਿਲਾਂ ਸੀ, ਸੇਵਾ ਆ ਗਿਆ ਜੀ ਮੇਰੇ ਕੋਲ ਹਿਆਲੇ ਵਾਲਾ। ਅੱਛਾ, ਕਹਿੰਦੇ ਬਲਦ ਜੋੜ ਦੁਬਾਰਾ। ਮੈਂ ਵੀ ਮੈਂ ਆਪਦੇ ਉਹ ਸਾਵੇ ਬੱਚੇ ਨਾਲ ਲੈ ਕੇ ਜਾਣਾ, ਕਹਿੰਦਾ ਨਹੀਂ ਤੂੰ ਜੋੜ। ਮੈਂ ਵੀ ਨਹੀਂ ਜੋੜਨਾ, ਨਹੀਂ ਵੀ ਮੈਂ ਆਪਦੇ ਨਾਲ ਲੈ ਕੇ ਜਾਣਾ। ਦਿਲਬਰ ਨੂੰ ਕਹਿੰਦਾ ਇਹਨੂੰ ਪੁੱਛ ਵੀ ਵੇਚਣਾ, ਮੈਂ ਵੀ ਲੈ ਲਾ। ਕਹਿੰਦਾ ਦਸ, ਮੈਂ 3 ਲੱਖ। ਦਿਲਬਰ ਨੂੰ ਕਹਿੰਦਾ 2.25 ਲੱਖ ਮੈਂ ਵੀ ਫੜ ਲਾ, ਮੈਂ ਤੂੰ ਆਪਦਾ ਜਿਹਦੇ ਮਰਜ਼ੀ ਜੋੜ ਲਾ। ਉੱਥੇ ਹੀ ਵੇਚਤਾ, ਉੱਥੇ ਹੀ ਫੜਾਤਾ ਜੀ। ਚਲੋ, ਇਹ ਫਿਰ ਕੀ ਗੱਲ ਹੋਈ, ਜਿਹੜਾ ਸਕਾਰਪੀਓ ਵਾਲਾ ਸੀ ਉਹ ਵੇਚਿਆ ਨਹੀਂ, 2.25 ਲੱਖ ਦਾ ਵੇਚਤਾ? ਉਹਨਾਂ ਨੇ ਬਾਅਦ 'ਚ ਜਿੱਤੇ ਤੇ ਜਿਹਦੇ ਤਾਂ ਦਿਲਬਰ ਨੇ ਦੱਸਤਾ, ਕਹਿੰਦਾ ਡਾਕਟਰਾਂ ਦਾ ਜਵਾਬ ਦੇਤਾ ਸੀ ਤੇਰੇ ਕੋਲ ਭੱਜ ਕਿਵੇਂ ਗਿਆ। ਅੱਛਾ, ਮੈਂ ਵੀ ਇੱਕ ਬਹੁਤ ਉਮਰ ਦਾ ਹੈਗਾ ਸੀ ਜੀ, ਉਮਰ ਦਾ ਸੀਗਾ ਉਹਦੇ ਕਰਕੇ। ਚਲੋ ਦੇਤਾ। ਚਲੋ ਉਦੋਂ ਬਾਅਦ ਜੀ ਉਹ ਜਿਹੜਾ ਮਾਣੂਕੇ ਵਾਲਾ ਬਹੁਤ ਸੀ, ਉਹਨੂੰ ਮੈਂ ਪਹਿਲਾਂ ਜੋੜਿਆ ਜੀ ਸਾਇਆ ਮਨਵੀ ਵਾਲੇ ਬਹੁਤ ਨਾਲ, ਮਨਵੀ ਵਾਲਿਆਂ ਕੋਲ ਸੀ ਸਾਇਆ ਜੋੜਿਆ। ਮਨਵੀ ਵਾਲੇ ਬਹੁਤ ਨੇ ਧੱਕੇ ਮਾਰੇ ਬਹੁਤ ਜੀ। ਮੈਂ ਫੌਜੀ ਟੱਕਰ ਵਾਲ ਨੂੰ ਕਿਹਾ, ਮੈਂ ਫੌਜੀ ਬਹੁਤ ਲੈ ਲਾ ਜਿਹਦਾ ਮੇਰੇ ਨਾਲ ਆਇਆ। ਕਹਿੰਦਾ ਯਾਰ 150 ਦਾ ਧੱਕਾ ਮਾਰਿਆ ਤੇਰੇ ਵਾਲਾ, ਚੰਗਾ ਕਿ ਉਹ ਚੰਗਾ? ਕਹਿੰਦਾ ਕਿੰਨੇ ਕਿਤਾਬ ਮੈਂ 1-1.25 ਲੱਖ ਦਾ ਮਿਲ ਜਾਣਾ, ਬਹੁਤ ਚੰਗਾ ਜਿੱਤ ਜਾਣਾ। ਉਹਨੇ ਵੀ ਨਾ ਮੰਨੀ। ਮੈਂ ਬਿੱਟੂ ਨੂੰ, ਕੂਮ ਨੂੰ ਫੋਨ ਕਰਤਾ, ਮੈਂ ਬਾਲ ਨਿਕਲਦਾ ਲੈ ਲਾ ਵੀ ਇਹਨੇ ਜਿੱਤ ਜਾਣਾ। ਉਦੋਂ ਫਿਰ ਜਾਣੀ ਲੋਕ ਨੌਲੇਜ ਜੀ ਆਉਣ ਲੱਗ ਗਈ ਸੀ, ਵੀ ਉਹਨੂੰ ਨੌਲੇਜ ਤੇ ਲੋਕ ਰੈਸਲਾ ਲੈਣ ਲੱਗ ਗਏ। ਅੱਛਾ, ਚਲੋ ਹੋਈ ਗੱਲ ਜੀ। ਉਦੋਂ ਬਾਅਦ ਚਣਕੂਈਆਂ ਖੇਡ ਆ ਗਈ ਜੀ, ਮਾਧਪੁਰ ਖੇਡ ਤੋਂ ਬਾਅਦ ਖੇਡ ਤੀ ਮਾਧਪੁਰ ਵੀ। ਮਾਧਪੁਰ ਦੀ ਖੇਡ ਤਾਂ ਮੈਨੂੰ ਬਹੁਤਾ ਯਾਦ ਹੁੰਦਾ ਸੀ, ਗਵਾਂਢ ਖੇਡ ਖੇਡ। ਚਲੋ ਜਿਹੜਾ ਮੇਰਾ ਮੋਟੂ ਵੱਲ ਵੀ ਭੱਜਿਆ ਨਾ ਜੀ ਚਣਕੂਈਆਂ ਜਮੇ। ਚਲੋ ਮੈਂ ਆਪਣੇ ਵੱਟ ਤੇ ਖੜ ਗਿਆ, ਬਲਦਾਂ ਕੋਲ ਵੀ ਨਾ ਆਇਆ, ਰਣਜੀਤ ਹੋਣੀ ਬਲਦਾਂ ਕੋਲ। ਚਲੋ ਮੈਂ ਉੱਥੇ ਹੀ ਖੜ ਕੇ ਬਾਈ ਮਿਲ ਗਿਆ ਮੈਨੂੰ ਛਿੰਦਾ, ਮੈਂ ਮਾਧਪੁਰ ਕੱਲ੍ਹ ਖੇਡਾ ਬਾਈ, ਬਲਦ ਜਮੇ ਹੀ ਨਹੀਂ ਭੱਜਿਆ ਮੇਰਾ ਤਾਂ। ਕਹਿੰਦਾ ਫੇਰ ਮੈਂ ਵੀ ਇੱਕ ਦੇਖ ਲੈਣ ਦੇ ਮੈਨੂੰ ਗੇਮ ਜੀ ਲਾ ਕੇ, ਇਹ ਮਨ ਵੀ ਬਲਦ ਭੱਜ ਕੇ ਆਇਆ ਜੀ, ਇਹਨੇ 4th ਨੰਬਰ ਕਰਿਆ ਜਿਹੜਾ ਮੇਰੇ ਨਾਲ ਜੁੜਿਆ ਸੀ। ਮੈਂ ਸੁੱਖੇ ਬਹੁਤ ਬਲਦ ਭੱਜਿਆ ਮਨਵੀ ਵਾਲੇ ਮੁੰਡੇ ਨੂੰ ਕਿਹਾ, ਮੈਂ ਵੀ ਹੁਣ ਮੌਕਾ ਵੇਚ ਦੇ ਪਰੇ। ਕਹਿੰਦਾ ਬਾਈ ਲੈਣਾ ਨਹੀਂ ਕਿਸੇ ਨੇ, ਮੈਂ ਤੂੰ ਦੱਸ। ਕਹਿੰਦਾ ਮੈਨੂੰ ਘਰੇ ਫੋਨ ਕਰ ਲੈਣ ਦੇ, ਮੈਂ ਵੀ ਕਰ ਲਾ। ਕਹਿੰਦਾ ਬਾਈ 2 ਲੱਖ ਚੋਂ ਛੋੜ ਕਰ ਤੂੰ, ਮੈਂ ਵੀ ਤੂੰ ਕੁਛ ਛੋੜ ਕਰੀ ਨਾ ਕਰੀ, ਆਹ ਫੜ 1,80,000 ਦੀ ਸਾਈ। ਚੱਲ 1,80,000 ਦੀ ਸਾਈ ਕਰਕੇ ਮੈਂ ਬਾਈ ਨੂੰ ਕਿਹਾ ਮੈਂ ਬਾਹਰ ਲੈ ਲਿਆ। ਕਹਿੰਦਾ ਚੱਲ ਵੀ ਠੀਕ ਆ, ਆਪਾਂ ਰੱਖਾਂਗੇ। ਚੱਲ ਮੈਂ ਆ ਕੇ ਇਹਨੂੰ ਰਣਜੀਤ ਨੂੰ ਕਹਿਤਾ, ਕਹਿੰਦਾ ਤੂੰ ਇੰਨਾ ਟਾਈਮ ਲਾਇਆ ਆ, ਮੈਂ ਯਾਰ ਵੀ ਵਧਾਈਆਂ ਕਰਕੇ ਆਇਆ। ਕਹਿੰਦਾ ਕੀ ਮੈਂ ਮਨ ਵੀ ਬਾਹਰ ਲੈ ਲਿਆ? ਕਹਿੰਦਾ ਕਮਲਾ ਤੂੰ ਕਿਹੜਾ ਭਜਾਊ ਉਹਨੂੰ ਧੱਕੇ ਮਾਰਦੇ ਨੂੰ, ਉਹਦਾ ਇੰਨੇ ਧੱਕੇ ਮਾਰਦਾ ਵੀ ਤੂੰ ਤਾਂ ਜਮਾ ਹੀ ਹੋ ਗਿਆ। ਮੈਂ ਟਿੱਕ ਕੇ ਦੇਖਿਓ ਉਧਰ ਦੇਖ ਲਓ, ਜਦ ਭੈਰੋ ਮੁੰਨੇ ਵਾਲ ਦੀ ਚੜ੍ਹਾਈ ਪੂਰੀ ਸੀ ਜੀ, ਭੈਰੋ ਮੁੰਨੇ ਦੀ। ਹਾਂਜੀ ਹਾਂ, ਹਰਬੰਸ ਹੋਣਾ ਵਾਲੀ। ਹਾਂ, ਅੱਛਾ। ਚਲੋ ਦੂਏ ਦਿਨ ਜਾ ਕੇ ਅਸੀਂ ਬਾਲ ਚਾੜ ਲਏ, ਚੌਥੇ ਕੁ ਦਿਨ ਖੇਡਤੀ ਉਰੇ ਮਾਧਪੁਰ। ਅੱਛਾ ਜੀ, ਛਿੰਦਾ ਬਾਈ ਕਹਿੰਦਾ ਵੀ ਆਪਾਂ ਨਾਰੰਗਾਲੀਏ ਬਾਲ ਜੋੜ ਲੈਂਦੇ ਆਪਣਿਆਂ ਦਾ, ਬਾਈ ਦਾ ਨਾਰੰਗਾਲੀਏ ਬਾਲ ਬੱਗਾ ਜਿਹੜਾ ਆਪਣੇ ਲਿਆ ਹਰਸ ਤੋਂ ਲਿਆ। ਕਹਿੰਦਾ ਬਾਈ ਮੈਨੂੰ ਕਹਿੰਦਾ ਜੋੜ ਲੈ, ਮੈਂ ਚੱਲ ਠੀਕ ਆ ਬਾਈ। ਉਹ ਜੋੜ ਲੱਗੇ ਹੁਣ ਨਵਾਂ ਬਾਲ ਸੀ, ਸਾਨੂੰ ਪਤਾ ਨਹੀਂ ਸੀ ਵੀ ਉਹ ਥੋੜ੍ਹੀ ਜਿਹੀ ਕਰ ਗਿਆ ਜੜਾਈ 'ਚ। ਅੱਛਾ, ਮੰਨ ਗਈ ਬਲਦ। ਅੱਛਾ ਜੀ, ਆ ਗਏ ਜੀ ਭੈਰੋ ਮੁੰਨੇ ਨਾਲ ਠਾਣੇ ਕਰਤੇ ਜੀ। ਅੱਛਾ, ਸ਼ਾਮ ਨੂੰ ਜੀ ਫਿਰ ਰੋਡਾ ਕਾਈ ਨੋਰ ਜਿੱਤ ਗਿਆ ਸੀ ਕਾਲਾ, ਪਹਿਲਾਂ ਉਹ ਕਰਕੇ ਸਾਡੇ ਦੂਜੇ 'ਚ ਠਾਣੇ ਹੋ ਗਏ। ਅੱਛਾ, ਚਲੋ ਉਦੋਂ ਬਾਅਦ ਜੀ ਤੁਹਾਡੇ ਬੱਲੋ ਵਾਲ ਖੇਡ ਸੀ ਜੀ, ਜਿੱਦਾਂ ਬਿੱਲੇ ਬੱਸੀਆਂ ਦਾ ਵਿਆਹ ਸੀ। ਬਿੱਲੇ ਬੱਸੀਆਂ ਦਾ? ਅੱਛਾ, ਤੁਸੀਂ ਵਿਆਹ ਤੋਂ ਵਿੱਚ ਉਦਣ ਗਏ, ਅਸੀਂ ਹੋ ਗਏ ਜੀ ਇੱਧਰੋਂ ਲੇਟ। ਅੱਛਾ, ਥੋੜ੍ਹਾ ਜਿਹਾ ਜਾਣ 'ਚ ਅਸੀਂ ਤਾਰ ਨਾਲ ਬਾਲ ਜੋੜਤਾ, ਬਾਲ ਨੇ ਫੇਰ 19 ਧੱਕੇ ਮਾਰੇ ਜੀ ਸਾਹ ਵਾਲੇ ਨੇ। ਹਾਂ, ਅੱਛਾ, ਉਹਦੇ ਕੋਲ ਸਵਾਜਪੁਰੀ ਸੀ, ਧੱਕੇ ਮਾਰੇ ਜੀ ਬਾਲ ਮਾਰ ਗਿਆ। ਅੱਛਾ, ਤਾਰ ਨੂੰ ਬੰਦਿਆਂ ਨੇ ਕਿਹਾ, ਤਾਰ ਮੈਨੂੰ ਕਹਿੰਦਾ ਸਾਰਿਆਂ ਨੇ ਕਿਹਾ ਵੀ ਤੂੰ ਕਿਹੋ ਜਿਹੇ ਨਾਲ ਜੋੜਤਾ, ਵੀ ਇਹ ਤਾਂ ਬੜੇ ਬਲਦਾਂ ਨੂੰ ਛੱਡ ਦੇਵੇ ਬੱਚਾ ਜਿਹਾ, ਵੀ ਇੰਨੇ ਧੱਕੇ ਮਾਰਦਾ। ਮੈਂ ਲੈ ਤਾਰ ਅੱਜ ਤੋਂ ਬਾਅਦ ਧੱਕਾ ਨਹੀਂ ਮਾਰੂ। ਜਿਹੜਾ ਇੰਨੇ ਧੱਕੇ ਮਾਰਦਾ ਸੀ ਉਹ ਆਪਦੇ ਤਜਰਬੇ ਨਾਲ ਕਹਿੰਦਾ ਵੀ ਅੱਜ ਤੋਂ ਬਾਅਦ ਧੱਕੇ ਨਹੀਂ ਮਾਰੂਗਾ ਜੀ। ਅੱਛਾ, ਚਲੋ ਅਸੀਂ ਦੇਖਿਆ ਜੀ, ਕਿਉਂਕਿ ਵੀ ਮਾਧਪੁਰ ਦੇਖ ਲੈਦੀ ਜੀ, ਘੁਮਾਉਣ ਗਏ ਸੀ ਜਿੱਦਣ ਜਾ ਘੁੰਮ ਕੇ ਨਹੀਂ ਮਾਧਪੁਰ, ਉਹਨੇ ਧੱਕਾ ਨਹੀਂ ਮਾਰਿਆ, ਅਸੀਂ ਐਂ ਘੁੰਮਾ ਲਿਆ ਪਹਿਲਾਂ ਰਾਹ 'ਚ ਆਉਂਦਾ ਛੁੱਟ ਵੀ ਗਏ ਇਹਨਾਂ ਤੋਂ। ਅੱਛਾ, ਇੱਕ ਨਾਲ ਦੀ ਬੱਚਾ ਜੋ ਹੈ ਵੀ ਬੈਲੀ ਜਿਹਾ ਸੀ ਉਹ ਖਰਾਬੀ ਕਰ ਗਿਆ, ਜਦੋਂ ਛੁੱਟ ਕੇ ਭੱਜ ਗਿਆ ਜੀ। ਫਿਰ ਤੁਹਾਡੀ ਗੱਡ ਪਚਾਲੇ ਵੀ ਪਹਿਲਾਂ ਘੁਮਾ ਕੇ ਲਿਆਇਆ ਕਰਾਂਗੇ, ਫਿਰ ਧੱਕਾ ਨਹੀਂ ਮਾਰੂ ਜੇ ਇੱਥੇ ਤਜਰਬਾ ਕੀਤਾ। ਤਜਰਬਾ ਕਰਿਆ ਹੋਇਆ ਜੀ। ਅੱਛਾ, ਹੋਈ ਜੀ ਕਿਹੜਾ ਇੱਥੇ ਤਾਲਾਂ ਘੋੜੇ ਭੱਜਣ ਲੱਗ ਗਏ ਜੀ, ਉਹ ਕਹਿੰਦੇ ਛੇੜ ਪਈ ਜਾਣੀ, ਲੇਟ ਵੀ ਹੁੰਦੇ ਸੀ। ਮੈਨੂੰ ਕਹਾਂ ਘੁਮਾ ਲਿਆ, ਉੱਧਰੋਂ ਘੋੜੀਆਂ ਆ ਗਈਆਂ ਜੀ। ਇਹਨੂੰ ਬਹੁਤ ਔਖਾ, ਬਹੁਤ ਘੁੰਮਿਆ ਫਿਰ ਵੀ ਜਿੱਤ ਗਿਆ ਜੀ। ਉਹੀ ਧੱਕੇ ਮਾਰਨੇ ਵਾਲਾ ਜਾ ਕੇ ਜੀ, ਹਾਂਜੀ, ਮੁਕਤਸਰ ਚੈਂਪੀਅਨਸ਼ਿਪ ਜਿੱਤਿਆ ਜੀ। ਅੱਛਾ, ਜਿਹੜੀ ਪੰਜਾਬ ਸਰਕਾਰ ਨੇ ਮੇਰੇ ਖਿਆਲ ਇੱਕੋ ਇੱਕ ਚੈਂਪੀਅਨ ਕਰਾਈ ਸੀ। ਹਾਂ, ਉਹ ਫਿਰ ਕਿਸਮਤ ਨੂੰ ਵੱਡਾ ਧੱਕਾ ਮਾਰਿਆ ਉਹਨੇ। ਹਾਂਜੀ, ਵੱਡੀ ਸਟੇਜ ਤੇ, ਵੱਡੀ ਸਟੇਜ ਤੇ। ਕੌਣ ਸੀ ਉਦੋਂ ਮੁੱਖ ਮੰਤਰੀ? ਪ੍ਰਕਾਸ਼ ਸਿੰਘ ਬਾਦਲ ਜੀ। ਉਹ ਜਾਣੀ ਪੰਜਾਬ ਦੀ ਸਭ ਤੋਂ ਵੱਡੀ ਸਟੇਜ ਤੇ, ਸਭ ਤੋਂ ਵੱਡੀ ਸਟੇਜ ਤੇ। ਹਾਂਜੀ, ਬਿੱਟੂ ਹਕੂਮ ਨਾਲ ਜੀ।
ਬਿੱਟੂ ਕੂਮ ਨਾਲ ਬਿੱਟੂ ਕੂਮ ਦੇ ਬਲਦ ਨਾਲ ਇਹਦੇ ਕੋਲ ਕਿਹੜਾ ਸੀਗਾ ਬਿੱਟੂ ਇਹਦੇ ਕੋਲ ਜੀ ਕਲਾਰਾਂ ਇੱਧਰ ਮੰਨਵੀ ਵਾਲਾ ਇੱਧਰ ਮੰਨਵੀ ਦੀ ਬਿੱਟੂ ਇਹ ਹੋ ਗਈ ਬਿੱਟੂ ਨੂੰ ਕਹਿੰਦੇ ਵੀ ਆਪਾਂ ਉਹ ਹੀ ਲਾਵਾਂਗੇ ਮਨ ਉੱਥੇ ਵਾਲੀ ਖੇਡ ਵੀ ਮੁਕਤਸਰ ਵਾਲੀ ਉਹ ਅੱਛਾ ਇਹਦਾ ਸਨਮਾਨ ਹੋਣਾ ਸੀ ਜੀ ਚੈੜੀਆਂ ਇੱਕ ਦਿਨ ਪਹਿਲਾਂ ਬਿੱਟੂ ਦਾ ਮੈਨੂੰ ਕਹਿੰਦਾ ਵੀ ਬਾਲ ਦਾ ਉੱਥੇ ਸਨਮਾਨ ਵੀ ਆਪਣੀ ਬੇਇੱਜ਼ਤੀ ਨਾਲ ਵੀ ਬਾਲ ਲੈ ਕੇ ਚੱਲ ਮੈਂ ਵੀ ਆਪਾਂ ਪਹਿਲੀ ਜੋੜ ਕੇ ਆ ਜਾਣਾ ਵੀ ਜਾਨੂੰ ਰੈਸਟ ਕਰ ਲੈਣਗੇ ਰੈਸਟ ਕਰ ਲੈਣਗੇ ਸਫ਼ਰ ਲੰਬਾ ਜੀ ਮੁਕਤਸਰ ਦਾ ਹਾਂ ਹਾਂ ਉਹ ਤਾਂ ਵੱਡੀ ਗੱਲ ਆ ਹਾਂਜੀ ਇੱਧਰੋਂ ਬਾਲ ਜੋੜ ਕੇ ਆਏ ਰਾਤ ਨੂੰ ਅੱਛਾ ਸੈਕਿੰਡ ਕੌਣ ਰਿਹਾ ਫਿਰ ਉੱਥੇ ਸੈਕਿੰਡ ਜੀ ਭੈਰੋ ਮੁੰਡਾ ਜੀ ਬਾਈ ਹਰਬੰਸ ਸੋਹਣਾ ਹਾਂਜੀ ਇਹਦੀ ਤਾਂ ਬੱਲੇ ਬੱਲੇ ਇਹਦੀ ਬੱਲੇ ਬੱਲੇ ਦੀ ਇਹਨਾਂ ਦੀ ਪੂਰੀ ਆਈ ਸੀ ਵੀ ਇਹ ਜਿੱਤਣਗੇ ਇਹਨਾਂ ਨਾਲ ਕਿਹੜਾ ਜੁੜਿਆ ਸੀ ਇਹਨਾਂ ਨਾਲ ਜਟਾਣਾ ਪੁੱਛਿਆ ਜੀ ਹਰਬੰਸ ਸਿੰਘ ਜਟਾਣਾ ਹਰਬੰਸ ਜਟਾਣੇ ਦਾ ਹਾਂਜੀ ਇਹਨਾਂ ਦੀ 26 ਆ ਸਭ ਤੋਂ ਹੀ ਇਹਨਾਂ ਤੇ ਹਾਂਜੀ ਇਹਨਾਂ ਦਾ 26 ਨਾਲ ਕੁਛ ਲੱਗਿਆ ਆਪਣੇ 25 ਨਾਲ ਲੱਗੇ ਕੱਲੀ ਗੱਡੀ 25 ਚ ਕੱਲੀ 25 ਅੱਛਾ ਫਿਰ ਉਹ ਬੱਲੇ ਬੱਲੇ ਮੰਨ ਬੱਲੇ ਜੀ ਮੈਂ ਸਰਟੀਫਿਕੇਟ ਬਣਾਉਣ ਗਿਆ ਸੀ ਉੱਥੇ ਅੱਛਾ ਸਮਰਾਲੇ ਜੀ ਅੱਛਾ ਡਾਕਟਰ ਜੀ ਸਾਡੇ ਜਿਹੜੇ ਸਮਰਾਲੇ ਸ਼ਾਮ ਜੀ ਉਹਨਾਂ ਕੋਲ ਗਿਆ ਮਹਾਂ ਵੀ ਇੱਕਣਾ ਕਹਿੰਦੇ ਕਾਹਤੋਂ ਪੰਗਾ ਲੈਂਦੇ ਆ ਵੀ ਉੱਥੇ ਬਹੁਤ ਕੁਛ ਚੱਕ ਆਉਣਾ ਮੈਂ ਜੀ ਪਰਮਾਤਮਾ ਦੀ ਕਿਰਪਾ ਹੋਊਗੀ ਤਾਂ ਜਿੱਤੂਗਾ ਵੀ ਮੈਂ ਜਿਹੜੇ ਤੁਹਾਡੇ ਆਫਤਰ ਸਾਹਿਬਾਨ ਹੋਣਗੇ ਉਹ ਫੋਟੋ ਕਰਾਉਣ ਵੀ ਆਉਣਗੇ ਵੀ ਮੇਰਾ ਬਲ ਤਾਂ ਇਹੋ ਜਿਹਾ ਰੱਜ ਕੇ ਸੁਨੱਖਾ ਜੀ ਜਿੰਨਾ ਕਹਿ ਦਵੋ ਉਨਾ ਹੀ ਸਾਫ਼ ਸੁਥਰਾ ਦੁੱਧ ਵਰਗਾ ਚਿੱਟਾ ਜੀ ਇਹ ਸੀ ਸਰਦਾਰ ਜੰਗ ਸਿੰਘ ਜੀ ਬਲਾਲਾ ਪੰਜਾਬ ਦੇ ਵਿੱਚੋਂ ਇੱਕੋ ਇੱਕ ਜਿਹੜੀ ਪੰਜਾਬ ਸਰਕਾਰ ਨੇ ਕਰਾਈ ਹੋਵੇ ਖੇਡ ਮੁਕਤਸਰ ਦੀ ਪਵਿੱਤਰ ਧਰਤੀ 'ਤੇ ਉੱਥੇ ਸਰਦਾਰ ਜੰਗ ਸਿੰਘ ਜੀ ਬਲਾਲਾ ਅਜੀਤ ਸਿੰਘ ਜੀ ਕਢਾਣੀ ਕਲਾਂ ਬਿੱਟੂ ਬਾਈ ਜੀ ਕੂਮ ਕਲਾਂ ਵਾਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਉਸ ਸਮੇਂ ਦੇ ਹਾਂਜੀ ਹਾਂ ਉਹਨਾਂ ਤੋਂ ਫਿਰ ਤੁਸੀਂ ਸਨਮਾਨ ਪ੍ਰਾਪਤ ਕੀਤਾ ਕੀ ਨਾਮ ਸੀਗਾ ਉਦੋਂ ਉੱਥੇ ਜੀ 51,000 ਰੁਪਈਆ 51,000 ਰੁਪਈਆ ਇੱਕ ਮੈਡਲ ਸੀ ਮੈਡਲ ਹਾਂਜੀ ਬਾਕੀ ਸਰਟੀਫਿਕੇਟ ਜਿਹੜੇ ਬੱਲੇ ਬੱਲੇ ਜਾਣੀ ਫਿਰ ਪੂਰੀ ਬੱਲੇ ਬੱਲੇ ਇਹ ਗੱਲ ਹੈਗੀ ਆ 11 ਸਾਲ ਦੀ ਹਾਂਜੀ ਇਹ ਆਪਾਂ 95 ਤੋਂ 11 ਤੱਕ ਆ ਗਏ ਜੰਗ ਸਿੰਘ ਜੀ ਬਲਾਲਾ ਹਾਂਜੀ ਫਿਰ ਜੰਗ ਬਾਈ ਜੀ ਬਲਦ ਭਜਦੇ ਗਏ ਹਾਂਜੀ ਤੁਹਾਨੂੰ ਤਜਰਬਾ ਹੋ ਗਿਆ ਤੇ ਲੋਕ ਤੁਹਾਡੀ ਰੈਸਲਾ ਲੈਣ ਲੱਗ ਗਏ ਹਾਂਜੀ ਬਲਦ ਇੱਕ ਹੀ ਵੇਚਿਆ ਤੁਸੀਂ ਹਾਂਜੀ ਉਹੀ ਉਸ ਸਮੇਂ ਤੇ ਸਕਾਰਪੀਓ ਠਕਰਾਈ ਆ ਹਾਂਜੀ ਬਈ ਨਹੀਂ ਲਈ ਨਹੀਂ ਲਈ ਫਿਰ ਉਸ ਤੋਂ ਬਾਅਦ ਸਿਲਸਿਲਾ ਫਿਰ ਕਿਵੇਂ ਚੱਲਿਆ ਇਹ ਤੋਂ ਬਾਅਦ ਜੀ ਮਨਵੀ ਬਲ ਤੋਂ ਬਾਅਦ ਹਾਂਜੀ ਬੱਦੋਵਾਲ ਖੇਡ ਸੀ ਜੀ ਅੱਛਾ ਜੀ ਮੈਂ ਤੇ ਨਾਗਰਾ ਡੀਸੀ ਹਾਂਜੀ ਭਰਾ ਆਪਣਾ ਹਾਂਜੀ ਅਸੀਂ ਉੱਥੇ ਖੇਡ ਤੇ ਗਏ ਅੱਛਾ ਜੀ ਉੱਥੇ ਮਾਣੂਕਿਆਂ ਦਾ ਬੱਚਾ ਭੱਜਿਆ ਜੀ ਘੋਕੇ ਦਾ ਅੱਛਾ ਜੀ ਥੋੜ੍ਹਾ ਜਿਹਾ ਬੈਲੀ ਸੀ ਹਾਂਜੀ ਚਲੋ ਉਹਦਾ ਸੌਦਾ ਜੇ ਬੰਦੇ ਕਰਨ ਨਹੀਂ ਬਣਿਆ ਅਸੀਂ ਜਾ ਕੇ ਕਰ ਲਿਆ ਜੀ 2,75,000 ਦਾ ਅੱਛਾ ਮੈਂ ਤੇ ਡੀਸੀ ਨੇ ਅੱਛਾ ਮੈਂ ਡੀਸੀ ਨੂੰ ਕਿਹਾ ਮੈਂ ਵੀ ਡੀਸੀ ਬੈਲੀ ਆ ਵੀ ਮੈਂ ਨਹੀਂ ਰੱਖਣਾ ਵੀ ਸਾਂਭਣਾ ਤੈਨੂੰ ਕਹੂ ਕਹਿੰਦਾ ਤੈਂ ਸਾਂਭਣਾ ਮੈਂ ਤੈਂ ਸਾਂਭਣਾ ਉਦੋਂ ਫਿਰ ਬਈ ਉਹ ਸਾਂਝਾ ਰਹਿੰਦੇ ਸੀ ਹਾਂਜੀ ਹਾਂ ਅੱਛਾ ਉਹ ਲੈ ਲਿਆ ਜੀ ਅੱਛਾ ਡੀਸੀ ਨੂੰ ਕਹਾਂ ਮੈਂ ਵੀ ਤੈਨੂੰ ਹੀ ਰੱਖਣਾ ਪੈਣਾ ਉਹ ਬੋਲਦੇ ਜੀ ਜੀ ਨਹੀਂ ਲਾਇਆ ਆ ਕੇ ਅੱਛਾ ਜੀ ਕੁਦਰਤੀ ਜਿਵੇਂ ਹੁੰਦਾ ਅੱਛਾ ਜੀ ਵਿੱਚੇ ਵਿੱਚ ਖਪੀ ਜਾਵੇ ਅੱਛਾ ਜੀ ਚਲੋ ਅਸੀਂ ਇੱਕਣੇ ਹੋਏ ਅਸੀਂ ਚਲੇ ਗਏ ਜੀ ਜੌੜੇ ਖੇਡ ਤੇ ਜੌੜੇ ਪਿੰਡ ਹੁਸ਼ਿਆਰਪੁਰ ਕੋਲ ਅੱਛਾ ਉਹੀ ਬੱਚਾ ਲੈ ਕੇ ਅੱਛਾ ਅਸੀਂ ਸੇਮੇ ਨਾਲ ਜੋੜਿਆ ਸਾਡਾ ਨੰਬਰ ਹੋਇਆ ਪਹਿਲਾ ਜੀ ਅੱਛਾ ਜੀ ਜੇ ਜੋੜ ਕੇ ਆਈਏ ਜੀ ਇੱਕ ਬੱਚਾ ਭੱਜ ਕੇ ਆਇਆ ਉਹ ਖੁੱਲ੍ਹਣ ਲੱਗਿਆ ਬੱਚਾ ਜਾਵੇ ਹੌਸਲੇ ਚਲੋ ਮੈਂ ਵੀ ਬੱਚਾ ਵਧੀਆ ਵੀ ਪੂਰਾ ਜੀ ਚਲੋ ਮੈਂ ਆ ਗਿਆ ਜੀ ਇੱਥੇ ਬੈਠੇ ਸੀ ਬਾਹਰ ਡੀਸੀ ਬੈਠਾ ਮੈਂ ਡੀਸੀ ਇੱਕ ਬੱਚਾ ਭੱਜਿਆ ਯਾਰ ਉੱਥੇ ਜੋੜੇ ਵੀ ਪੱਪੂ ਲਾਲਪੁਰੀ ਇਹਨੇ ਕਿਹਾ ਵੀ ਬੱਚਾ ਬਹੁਤਾ ਵਧੀਆ ਲੱਗਿਆ ਮੈਨੂੰ ਕਿਵੇਂ ਕਰੀਏ ਕਹਿੰਦਾ ਲਾ ਲਾ ਫੋਨ ਪੱਪੂ ਨੂੰ ਇਹ ਵੀ ਜਿਵੇਂ ਕਹਿੰਦੇ ਹੁੰਦੇ ਤੁਹਾਨੂੰ ਪਤਾ ਦੂਏ ਲੋਟਾ ਦੁਕਾਨਾਂ ਫਿਰ ਤਾਂ ਮੈਂ ਪੱਪੂ ਨੂੰ ਫੋਨ ਲਾ ਲਿਆ ਲਾਲਪੁਰੀ ਪੱਪੂ ਵੀਰ ਕੀ ਹਾਲ ਚਾਲ ਹੈ ਕਹਿੰਦਾ ਠੀਕ ਆ ਜੀ ਮੈਂ ਇੱਕ ਬੱਚਾ ਸੀ ਜੀ ਬਈ ਕਹਿੰਦਾ ਵੀ ਹੈਗਾ ਪਿੰਡ ਨਾਲ ਪਿੰਡ ਭਾਣਾ ਵੀ ਉੱਥੇ ਦਾ ਮੈਂ ਵੀ ਵੇਚਦੇ ਨੇ ਕਹਿੰਦਾ ਬਾਈ ਵੇਚਦੇ ਨੇ ਵੀ ਉਹਦਾ ਸੌਦਾ ਹੋ ਗਿਆ ਸੀ ਅੱਛਾ ਵੀ 1,63,000 ਦਾ ਅੱਛਾ ਵੀ ਬਾਈ ਨੂੰ ਪਤਾ ਨਹੀਂ ਕੀ ਹੋਇਆ ਗੱਲ ਨੂੰ ਕਹਿੰਦਾ ਲੈਣ ਨਹੀਂ ਆਇਆ ਚਰਨ ਸਿੰਘ ਗੱਲ ਨਹੀਂ ਕੁਲਦੀਪ ਗੱਲ ਹਾਂ ਮੈਂ ਵੀ ਫੇਰ ਹੁਣ ਅੱਛਾ ਇਹ ਗੱਲ ਹੈਗੀ ਆਪਣੀ 11 ਦੀ ਉਦੋਂ ਤਾਂ ਬਾਈ ਜੀ ਹੋਣੀ ਚੜ੍ਹਾਈ ਉਦੋਂ ਤਾਂ ਹਾਂ ਕੁਲਦੀਪ ਬਾਈ ਆ ਗਿਆ ਸੀ ਅੱਛਾ ਚੱਲ ਮੈਂ ਵੀ ਹੁਣ ਦੇਣਾ ਕਹਿ ਵੀ ਦੇ ਦਾਂਗੇ 1,63,000 ਦਾ ਹੀ ਨਹੀਂ ਜਿਵੇਂ ਉਹਨੇ ਕਹਿਤਾ ਦੇ ਦਾਂਗੇ ਅੱਛਾ ਮੈਂ ਵੀ ਪੱਕਾ ਕਹਿੰਦਾ ਹਾਂ ਚਲੋ ਜੀ ਮੈਂ ਡੀਸੀ ਨੂੰ ਕਿਹਾ ਕਿਵੇਂ ਕਰੀਏ ਕਹਿੰਦਾ ਚਲੋ ਚੱਲੀਏ ਕੁਦਰਤੀ ਮੇਰੇ ਕੋਲ ਵੀ ਪੈਸੇ ਪਏ ਡੀਸੀ ਕੋਲ ਵੀ ਪਏ ਅਸੀਂ ਬੇਗੋਵਾਲ ਤੋਂ ਟੈਂਪੂ ਵਾਲਾ ਸੱਦਿਆ ਅਸੀਂ ਚਲੇ ਗਏ ਜੀ ਪਹਿਲਾਂ ਟੈਂਪੂ ਵੀ ਨਾਲ ਹੀ ਲੈ ਗਏ ਟੈਂਪੂ ਵੀ ਨਾਲ ਹੀ ਲੈ ਗਏ ਅੱਛਾ ਬਈ ਲੈਣਾ ਹੀ ਆ ਜਾਂ ਲੈਣੀ ਆ ਚਲੋ ਅਸੀਂ ਗਏ ਪੱਪੂ ਨੂੰ ਲਿਆ ਨਾਲ ਉਹਦੇ ਘਰ ਚਲੇ ਗਏ ਮੁੰਡੇ ਦੇ ਡੀਸੀ ਸੀ ਮੁੰਡੇ ਦਾ ਨਾਮ ਚਲੋ ਪੱਪੂ ਨੇ ਇਹਨੂੰ ਫੋਨ ਕਰਿਆ ਉਹ ਕਹਿੰਦਾ ਵੀ ਆਉਣਾ ਚਲੋ ਆ ਗਿਆ ਬਹੁਤ ਮੈਂ ਦੇਖਿਆ ਮੈਂ
मैं भी पप्पू गल सुन ला, मेरी भी सौदा आप करना नहीं जमा भी थोड़ा हो 1,63,000 का सौदा ब्याह फड़ 1,63,000 ना ये पाना ना मैं कटना पहले जाते सारे जी। अच्छा उन्होंने चक्या जी, उन्हें 2,000 रुपया मुंडे ने कट के मैंने फड़ाता। अच्छा छोड़ता जी, चलो मैं उकने 1,000 रुपया टेंपू वाले फड़ाता उत्थे बैठे नूं 1,000 मैं पप्पू धक्के फड़ाया, पप्पू फड़े ना कहना नहीं काम करना, मैं फड़ चल जी बहुत फड़िया असी लिया जी। लिया आँदे जी मैं राह दे विचों बंदे नूं फोन करिया भट्ठण वाले जूपे नूं, खीरियां दी खेड़ बघौर, मैं भी तेरा बहुत जोड़ना कहना भी दूर पैंदी आ सानूं आए नहीं आना, मैं भी दूर का किराया भी लैनी। अच्छा मैं जित भी तू लै ली पर बहुत जोड़ जा। अच्छा चलो कहना ठीक है जी। असीं बघौर चले गए जी, बहुत ला लिया, असीं ऐं घुमाउण चले गए राह च, उही मन मीर वाले हिसाब दे विच वी की पता उहदे नाल ज़्यादा भजदे ने, जां असीं ऐं लै के तुरे जी राह च जा के अड़ के खड़ गए जी, ना उधर ना उधर जी, भई मैं नहीं जांदा जांदा नहीं, बड़ा काम खराब हो गया। मैनू ये भी तो हसे रणजीत भी पंगा हो गई कि उधर ही ना खड़ा रह जाए, चलो उधरों जो बल्द घुमाई आते उन्होंने ला के लाया जी। चल लिया के बनता जी, चले गए जी फिर जोड़न। अच्छा। फिर सही चले गए जी बल्द ना ला के। अच्छा उधरों जोड़ के छड़ता जी, 25 लगी हुई थी जी। अच्छा 187 गड्डिया थी, आगे 23 लाई थी उन्हें, दो सेकंड का पाड़ा जी वो बॉल ने पाया उत्थे। पहले दिन ही जोड़िया? पहले दिन है जी, 15 मार्च नूं लिया, 18 मार्च की ये खेड थी उत्थे। उदो कहड़े बॉल दी बच्चियां दी चढ़ाई सी? बच्चे जां खीरियां दी खेड होई थी, कल्लियां दी, कल्ले खीरियां नवें नवीं जां ये नहीं पता जी खीरियां। चलो चलो वो नहीं पता, सही गल है। हाँ जी हाँ। अच्छा फिर नेड़े बिग वाला खेड थी वो रोकती, मैं अगली खेड मैं फेर लाऊंगा जी। फिर एक तुसी उधर खेड हुई थी गगड़े जी। अच्छा बाट बहुत कराई लगी थी बाबिया ने कराई थी। अच्छा जी उहदे विच 38 दी बाट दे विच आपां बिट्टू कूम नाल जोड़ता जी, उह खीरा बच्चे खीरा। हाँ जी हाँ रिकॉर्ड ही है जी, रिकॉर्ड ही है जी। बिट्टू कोले किहड़ा सी? इही कलारां बॉल दे सर, एडे मन नाल एक बलूंगड़ा जोड़ता, बलूंगड़ा जोड़ता जी। अच्छा चलो होई, नंबर बणिया? नंबर बणिया जी साडा, पता नहीं चौथा पता नहीं पंजवां जी। अच्छा ਇਹਦਾ ਮਤਲਬ ਜੰਗ ਬਾਈ ਨੂੰ ਬੰਦਾ ਕੀਲਣਾ ਵੀ ਆ ਗਿਆ ਉਦੋਂ ਤੱਕ, ਕਿਉਂਕਿ ਬਈ ਬਿੱਟੂ ਕੂਮ ਨਾਲ ਇਹੋ ਜਿਹੇ ਮਲ ਨਾਲ ਇੱਕ ਖੀਰਾ ਬੱਚਾ ਜੋੜਤਾ। ਹਾਂਜੀ ਚਲੋ ਇੰਨੀ ਕੁ ਹੋਈ ਉਹ ਬੱਚੇ ਦੀ ਜੀ, ਜਿਹਦੇ ਨਾਲ ਜੁੜੇ ਉਹ ਵੀ ਪਹਿਲੇ ਕਰੀ ਜਾਵੇ। ਅੱਛਾ ਪਹਿਲੇ ਕਰਦਾ ਚਲੇ ਗਿਆ ਜੀ, ਇੱਕ ਨੇ ਜੀ ਇੱਥੇ ਆ ਗਈ ਜੀ ਲਾਟੋਂ ਖੇਡ। ਅੱਛਾ ਲਾਟੋਂ ਖੇਡ ਆਈ ਹੋਈ ਉਦੋਂ ਪਹਿਲਾਂ ਨਹੀਂ ਜੀ ਗੋਸਾਲਾ ਖੇਡ ਧੌਲ ਮਾਜਰੇ ਨਾਲ, ਅਸੀਂ ਘਰੇ ਸੀ ਜਾਣਾ ਨਹੀਂ ਸੀ, ਠੋਲੀ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਬਾਲ ਜੋੜ ਦਿਆ, ਮੈਂ ਵੀ ਮੈਂ ਆਉਣਾ ਨਹੀਂ, ਠੋਲੀ ਨੇ ਪਤਾ ਨਹੀਂ ਕਿਹੜੇ ਬਾਲ ਨਾਲ ਬਾਲ ਜੋੜਿਆ, ਠੋਲੀ ਦਾ ਬਾਲ ਤਾਰ ਗਿਆ ਜੀ। ਅੱਛਾ ਠੋਲੀ ਨੇ ਜੀ ਮੈਨੂੰ 3:30 ਵਜੇ ਫੋਨ ਕਰਤਾ, ਕਹਿੰਦਾ ਜੰਗ ਬੇਇੱਜ਼ਤੀ ਆ, ਕਮਾਂਡ ਆ ਮੇਰਾ। ਅੱਛਾ ਕੁਛ ਵੀ ਕਰ ਬਾਲ ਲੈ ਕੇ ਆ ਜਾ, ਮੈਂ ਯਾਰ ਠੋਲੀ ਵੀ ਪੱਠੇ ਪੁੱਠੇ ਖਾਧੇ ਉਹਨੇ, ਕਹਿੰਦਾ ਯਾਰ ਜੇ ਕੁਛ ਕਰਨਾ ਤਾਂ ਆ ਜਾ ਜਿਵੇਂ ਮਰਜ਼ੀ ਕਰ ਜੀ, ਮੈਂ ਖੇਡ ਨੂੰ ਵੀ ਮਾੜੀ ਜਿਹੀ ਹੌਲੀ ਚਲਾ ਲੈਂਦਾ, ਮੈਂ ਚੱਲ ਯਾਰ ਕੋਈ ਗੱਲ ਨਹੀਂ ਆ ਗਏ। ਉੱਥੇ ਜਾ ਕੇ ਠੋਲੀ ਨਾਲ ਜੋੜਿਆ ਜੀ ਪਹਿਲਾਂ। ਅੱਛਾ ਠੁੱਲੀ ਨਾਲ ਪਹਿਲਾਂ ਹਰ ਗਿਆ ਸੀ? ਪਹਿਲਾਂ ਹਰ ਗਿਆ ਜੀ। ਅੱਛਾ ਮੈਂ ਠੁੱਲੀ ਨੂੰ ਫਿਰ ਕਹਿਤਾ ਮੈਂ ਵੀ ਇੱਥੇ ਮਦੂਦਾ ਖੇਡ ਆ ਵੀ ਮੈਂ ਤੈਨੂੰ ਦੁਬਾਰਾ ਦਊਂ ਵੀ ਸਰਪੰਚ ਵਾਲਾ ਜਿਹੜਾ ਕਾਰ ਜਿੱਤੇ ਸੀ ਕਾਲਾ ਬਾਲ ਤਾਂ ਵੀ ਉਹਦੇ ਨਾਲ ਮੈਂ ਪਹਿਲੀ ਵਾਰ ਜੋੜੂੰਗਾ। ਅੱਛਾ ਮਦੂਦਾ ਆ ਕੇ ਜੀ ਉਹਦੇ ਨਾਲ ਕਾਲੇ ਨਾਲ ਜੋੜ ਕੇ ਫਿਰ ਮੇਰਾ ਪਹਿਲਾ ਹੋ ਗਿਆ ਜੀ। ਚਲੋ ਜੀ ਲਾਟੋਂ ਖੇਡ ਆ ਗਈ ਜੀ ਮੋਟਰਸਾਈਕਲ ਦੀ ਬਲਦਾਂ ਦੀ, ਆਪਣਾ ਬੱਚਾ ਖੀਰ ਆਈ ਤੀ ਅਜੇ। ਅੱਛਾ ਖੀਰਾ ਅਤੇ ਮੇਰੇ ਮਗਰ ਜਟਾਣੇ ਵਾਲੇ ਵੀ ਫਿਰਨ ਲਾਡੀ ਨੇ ਮੂੰਹ ਮਾਜਰਾ ਵੀ ਉਹ ਮਾਨਵੀ ਬਾਲਦ ਨਾਲ ਵੀ ਫਿਰੇ। ਅੱਛਾ ਮੈਨੂੰ ਕਹਿੰਦੇ ਵੀ ਬਾਲ ਜੋੜਨਾ, ਮੈਂ ਮਾੜੀ ਮੋਟੀ ਮੈਨੂੰ ਸਲਾਹ ਜੀ ਲੈ ਲੈਣ ਦੋ ਵੀ ਇਹ ਭੱਜੇ ਗਏ ਨੇ ਪਹਿਲੀ ਖੇਡ। ਚਲੋ ਮੈਂ ਬੰਦੇ ਨੂੰ ਪੁੱਛਿਆ, ਉਹ ਕਹਿੰਦੇ ਵੀ ਮਾਨਵੀ ਬਾਲਦ ਵਧੀਆ ਭੱਜਿਆ, ਮਾਨੂੰ ਕਹਿੰਦਾ ਵੀ ਜੋੜਾਂਗੇ। ਲਾਟੋਂ ਖੇਡ ਭੱਜੀ ਗਈ ਜੀ, ਸਾਰਿਆਂ ਨੇ ਭੱਜੀ ਜਾਣ ਜੀ, ਉੱਥੇ ਵੀ ਇੱਕ ਨੇ ਮੋਟਰਸਾਈਕਲ ਦੇ ਠਾਣੇ ਹੋ ਗਏ ਜੀ। ਅੱਛਾ ਕਰਤਾਰਪੁਰੀ ਸਰਪੰਚ ਦੇ ਲੋਕਾਂ ਨੂੰ ਆਇਆ ਸੀਗਾ ਬਈ? ਨਹੀਂ ਜੀ ਕਿਸੇ ਨੂੰ ਨਹੀਂ ਜੀ, ਬਈ ਖੀਰਾ ਬੱਚਾ ਇੱਥੇ ਆਊਗਾ। ਹਾਂ ਪਤਾ ਵੀ ਨਹੀਂ ਸੀ ਵੀ ਆਹ ਗੱਲ ਹੋਊਗੀ। ਅਸੀਂ 34 ਸਾਈਡ ਜਾ ਕੇ ਜੋੜਤੇ ਜੀ, ਉੱਥੇ ਜਾ ਕੇ ਖਾਸੇ ਭਰਕਾਂ ਫਿਰ ਟਾਈਮ ਪਹਿਲਾਂ ਕਰਕੇ ਮੋਟਰਸਾਈਕਲ ਚੱਕ ਲਿਆ ਖੀਰੇ ਨੇ ਜੀ, ਮਨ ਵੀ ਬਹੁਤ ਨਾਲ। ਇਹ ਸੀ ਸਰਦਾਰ ਜੰਗ ਸਿੰਘ ਜੀ ਬਲਾਲਾ, ਜਿਹਨਾਂ ਨੇ ਜਾਣੀ ਆਪਾਂ ਕਹਿ ਲਈਏ ਵੀ ਜਿਹੜਾ ਰੁਤਬਾ ਦਿੱਤਾ ਸੀ ਮਨਦੀਪ ਵੀਰ ਨੇ ਉਹ ਤਾਂ ਫਿਰ ਖਰੇ ਉੱਤਰਦੇ ਗਏ ਵੀ ਹਾਂ ਲੋਕ ਮੰਨਣ ਲੱਗ ਗਏ ਵੀ ਜੰਗ ਕੋਚ ਹੈਗਾ, ਕੁਛ ਵੀ ਕਰ ਸਕਦਾ। ਇਹ ਜੀ ਪਰਮਾਤਮਾ ਦੀ ਕਿਰਪਾ। ਅੱਛਾ ਜੀ ਪਰਮਾਤਮਾ ਦੀ ਕਿਰਪਾ, ਉਹਨਾਂ ਤੋਂ ਬਾਅਦ ਜੀ ਦਿਲ ਉਹ ਬਲ ਭੱਜੇ, ਉਦੋਂ ਬਾਅਦ ਜੀ
मेरे को आ गए जी सरपंच बाबा जसवंत दलवर खापड़ा जी। अच्छा जी। कहते जाना भी टूरनामेंट से, मैं भी किधर बहुत जोड़ना उन्होंने एक कलाशे वाला बहुत भजदा बच्चा भजदा थी। अच्छा। वो हरदा बहुत ही जी। अच्छा जी। जिम्मे बी इज्जत तो 25-26 लगती थी। अच्छा। मैं भी जोड़ना नहीं किसी कहते जोड़ना से भी उन्होंने कोई मरग मुरग होगी बच्चा वेला ही है। मैं यार चल आप बैठे गेम घुमा रहे हैं बैठे बैठे जी राजगढ़ी सीते फोन ला लिया। मैं बच्चा कहना भी वेला ही आ। मैं एक कलाशे जोड़ दे कहना यार भजदा नहीं। मैं तू जोड़ दे नंबर ला ली भी मैं गरंटी लैना चले गए जी उ। चलो रानी का मैं बच्चा कहना चलो असि लै गए जी उत्थे। चलो पहला टाइम लग्या बाद दूजा नंबर 22-72 ला गए जी। अच्छा। जोड़े हुए नंबर पहला कर उस बाद टुट के दूजा नंबर बने सुखा परची वाला परची लैके आ गया जी मास्टर जी को। हाँ जी परची है वो कहना ये परची नहीं भी लै जा परची बदले आया तू यो बहुत कितों आए भी मैनू पता ही है ककड़ा। हाँ। क्या परची लै जा। अच्छा। जानू मैं मतलब नहीं असं तुरे आईए मास्टर जी उत्थे कहते कहना लिया सुखे परची सही होगा भाई सही है किमें आ भाई जंग तुरे आऊंगा। अच्छा। ढोलन माजरे का कहता थी एक गलास राणे मोटरसाइकिल जितना चैलेंज चैलेंज ते। अच्छा फिर कोई चैलेंज किसी ने एक्सेप्ट नहीं किया भी हाँ असं भी है। चलो होगा जी लोग नहीं मूहरे कह दी। अच्छा अच्छा चलो ये फिर गल 14-15 दी हो गई ये 14-15 दी आ गई 14-15 से आप 95 तो चले गए जो तुम बागडोर सामभी है ब्याह तो बाद दी ब्याह तो बाद जी फिर यह सिलसिला चलता रहा। यह सिलसिला चलता रहा जी। हाँ जी। चलो एक कला बहुत भी भेजे रोटी। अच्छा जंग सिंह जी एक गल है जिमें दुकान करियाने वाली आ कोई होर दुकानदार गल्लां बातां चल जांदियां ने मैं आधार लाया आ मनदीप आधार लाया आ वीर हुणी आधार लाया है वह दुकानदार नूं माड़ा पा आंदे आ पैसे असीं नहीं दिंदे उहदे जी इहदा सौदा माड़ा जी इहदा जे आ वो आ। थोड़ा सिलसिला चल पिया डीसी नाल थोड़ा प्यार मनदीप नाल प्यार उदू बाद फिर किसी होर नाल भी ये प्यार बधी गया अगे ये प्यार बधे जी। हाँ जी बहुत। हाँ इन्हें रुड़की बहुत लै लिया कलबीर ने कलबीर मानका ने। अच्छा। चलो बहुत भजाते थी बहुत पैसे बहुत लाते जी बहुत हर गया। अच्छा। चलो मैं सुखा घर खाने वाला। हाँ जी अड़ती हाँ। हाँ जी असि सेह बैठे जी। अच्छा। मैं सेह बैठे थे ये बहुत भजे एक गोल्डी बहुत थी एक वो बिंजल बहुत थी ये रुड़की थी एक सिंगी थी। अच्छा जी। मैं सुखे ने कहा चार बॉल तुसी उदो। हाँ जी वो बेले उदे को उदे कोल। अच्छा। मैं सुखे ने सहज सुभा बैठे ने कहा मैं ये आ बॉल तो मेरे कोल मैं उंजो चक दवा। अच्छा। रब जानदा जी मैं ना पुछया ये गल दा वी कीने मेरी यार सुखे दी गल हुई दूए दिन मैनूं कलवीर दा फोन आ गया जी। अच्छा। कहिंदा भरा किवें आ मैं ठीक आ कहिंदा यार बेड़ी नहीं बन्ने लादी की करिए तुहानूं जानदा सी उदो मैं मिलिया जी एक बारी जी थोड़े पिंड हीटा नूं जद बारिश आ गई थी अंदर कॉफी पीण नूं ਉੱਥੇ ਇਕੱਠੇ ਹੋਏ ਸੀ ਉਦੋਂ ਇਹਨਾਂ ਨੇ ਉਹਦੇ ਭਰਾ ਨਾਲ ਮੇਰਾ ਭਰਾਵਾਂ ਵਾਲਾ ਕੰਮ ਆ ਜੀ। ਅੱਛਾ ਤੜਕੂ ਨਾਲ ਜੀ। ਅੱਛਾ ਚਲੋ ਗੱਲਬਾਤ ਉਹਦਾ ਤੁਹਾਨੂੰ ਫੋਨ ਆ ਗਿਆ। ਹਾਂ ਜੀ। ਹਾਂ ਕਹਿੰਦਾ ਵੀ ਕਿਵੇਂ ਆ ਮੈਂ ਯਾਰ ਵੀਰੇ ਪੈਸੇ ਲਾਉਣ ਦੀ ਲੋੜ ਹੈ ਵੀ ਤੇਰੇ ਦੂਏ ਬਾਲ ਤੋਂ ਵਧੀਆ ਨੇ ਕਹਿੰਦਾ ਯਾਰ ਹੁੰਦੇ ਨਹੀਂ ਤੀ ਮੈਂ ਜਿਹੜਾ ਤੇਰਾ ਗੋਲਡੀ ਬਾਲ ਤਾਂ ਉਈਆਂ ਜਿੱਤ ਲਵੇ ਦੁਨੀਆਂ ਨੂੰ ਸੰਦੌੜੀਆ ਸੰਦੌੜੀਆ। ਅੱਛਾ ਕਹਿੰਦਾ ਤੂੰ ਯਾਰ ਗੋਲਡੀ ਬਾਲ ਤਾਂ ਰੱਖ ਲਾ ਹਾਂ ਜਿਵੇਂ ਜੀ ਕਰਦਾ ਜਿੰਨਾ ਚਿਰ ਭਜਾਉਣਾ ਭਜਾ ਲੈ ਜਿਵੇਂ ਤੇਰਾ ਜੀ ਕਰਦਾ ਉਖਣ ਲੈ ਲਾ। ਅੱਛਾ ਮਾ ਵੀ ਬਾਅਦ 'ਚ ਰੌਲੇ ਪੈ ਜਾਂਦੇ ਨੇ ਕਹਿ ਨਹੀਂ ਜਾਂਗਾ ਆਪਾਂ ਰੌਲੇ ਨਹੀਂ ਪਾਉਣੇ ਤੂੰ ਬਾਲ ਜਿਤਾ ਦੇ ਵੀ ਰੁੜਕੀ ਬਾਲ ਦਾ ਬਹੁਤਾ ਔਖਾ ਵੀ ਇੰਨੇ ਰੁਪਈਏ ਲੱਗੇ ਨੇ ਬਾਅਦ ਰੋਜ਼ ਹਾਰਤਾ। ਮੈਂ ਵੀ ਕੋਈ ਗੱਲ ਨਹੀਂ ਵੀ ਪਰਸੋਂ ਨੂੰ ਖੇਡ ਆ ਧਲੇਰ ਵੀ ਬਾਲ ਨਾ ਕਰੀ ਕੋਈ ਵੀ ਮੈਂ ਆਪੇ ਕਰਤਾ ਰੁੜਕੀ ਬਾਲ ਨਾ ਵੀ ਕੋਈ ਬਾਲ ਨਾ ਕਰੀ ਵੀ ਬਾਲ ਨਾ ਕਰੀ ਹਰਦਾ ਸੀ ਉਹ ਹਰਦਾ ਸੀ। ਅੱਛਾ ਮੈਂ ਵੀ ਬਾਲ ਮੈਂ ਆਪੇ ਕਰ ਲੈਣਾ ਠੀਕ ਹੈ ਜੀ ਚਲੋ ਬਾਲ ਕਰ ਲਿਆ ਜੀ
ਜੱਗੀ ਦਾ 80 ਦਾ ਜੀ ਜੱਗੀ 80 ਦਾ ਹਾਂ ਕਿਹੜਾ ਭਜਦਾ ਸੀ ਜਿਹੜਾ ਮਕੜਾਉਣੇ ਵਾਲਾ ਤੇ ਕਾਲਾ ਮਕੜਾਉਣੇ ਵਾਲਾ ਨਾਗ ਜੀ ਨੂੰ ਨਾਉ ਦਿੱਤਾ ਨਾਗ ਨਾਉ ਦਿੱਤਾ ਜੀ ਇਹਨੂੰ ਤੁਸੀਂ ਅੱਛਾ ਅਸੀਂ ਜਾ ਕੇ ਜੀ ਉੱਥੇ ਕਰ ਕਰਕੇ ਜੋੜਤੇ ਨੰਬਰ ਪਹਿਲਾਂ ਕਰਕੇ ਫਿਰ ਉਹ ਕੋਚ ਵਾਲੀ ਗੱਲ ਆ ਗਈ ਜੀ ਕੋਚ ਵਾਲੀ ਬਈ ਜਿਹੜਾ ਬਲਦ ਹਾਰਦਾ ਸੀ ਉਹਦਾ ਉਸ ਦਿਨ ਪਹਿਲੇ ਦਿਨ ਹੀ ਪਹਿਲੇ ਦਿਨ ਜੀ ਪਹਿਲਾਂ ਉਹ ਕਿਹੜੇ ਨੰਬਰ ਕਰ ਰਿਹਾ ਸੀਗਾ ਉਹਦਾ ਸੇ 6ਵਾਂ ਨੰਬਰ ਹੋਇਆ ਸੀ ਜੀ ਅੱਛਾ ਉੱਥੇ ਜਾ ਕੇ ਪਹਿਲਾ ਹੋ ਗਿਆ ਹਾਂ ਕਿਹੜੇ ਦਾ ਹੋਇਆ ਇਹ ਰੁੜਕੀ ਬਲਦ ਦਾ ਰੁੜਕੀ ਦਾ ਰੁੜਕੀ ਦਾ ਬਲਦ ਦਾ ਪਹਿਲਾ ਹੋ ਗਿਆ ਜੀ ਹਾਂ ਉਦੋਂ ਬਾਅਦ ਆ ਗਈ ਜਸਪਾਲ ਵਾਂਗਰਾਂ ਖੇਡ ਜੀ ਅੱਛਾ ਜਸਪਾਲ ਵਾਂਗਰਾਂ ਨੂੰ ਤਲਵੀਰ ਨੇ ਹਾਂਬੀ ਭਰੀ ਹੋਈ ਸੀ ਹੋਰ ਬਲਦ ਦੀ ਕਿਸੇ ਦੀ ਅੱਛਾ ਮੈਂ ਚੱਲ ਵੀ ਤੁਸੀਂ ਆਪਦਾ ਕਰਿਆ ਹੋਵੇ ਠੀਕ ਆ ਭਜਾ ਲਓ ਭਜਾਓ ਇਹ ਗੋਲਡੀ ਬਲਦ ਮੈਂ ਲੈ ਕੇ ਜੀ ਸੰਦੌੜੀਆ ਸੰਦੌੜੀਆ ਚਲ ਮੈਂ ਜੋੜ ਤੁਹਾਡੇ ਘਰੇ ਆ ਗਿਆ ਸੀ ਮੇਰੇ ਘਰ ਆ ਗਿਆ ਸੀ ਅੱਛਾ ਇਹ ਬਲਦ ਉੱਥੇ ਕਾਲੀ ਸਾਰੀ ਸੱਟਾਂ ਸੁੱਟਾਂ ਲੱਗ ਗਿਆ ਸੀ ਬਲਦ ਥੋੜੀ ਜਿਹੀ ਲੰਗ ਮਾਰ ਰਹੇ ਸੈੱਟ ਜਿਹਾ ਹੋ ਕੇ ਉੱਥੇ ਲੈ ਗਿਆ ਜੀ ਅੱਛਾ ਚਲੋ ਜੋੜ ਕੇ ਛੱਡੇ ਜੀ ਇਹਦਾ ਕਰ ਗਿਆ ਚੌਥਾ ਨੰਬਰ ਗੋਲਡੀ ਅੱਛਾ ਉਹਦਾ ਫਿਰ 6ਵਾਂ ਨੰਬਰ ਹੋ ਗਿਆ ਜੀ ਰੁੜਕੀ ਦਾ ਫਿਰ ਹਾਰ ਗਿਆ ਫਿਰ ਹਾਰ ਗਿਆ ਚੱਲ ਜਨੂ ਤਿੜਕੂ ਆ ਗਿਆ ਕਹਿੰਦਾ ਵੀ ਵੀਰੇ ਗੋਲਡੀ ਬਲਦ ਜਿਵੇਂ ਕਹੇਗਾ ਉੱਕਣ ਹੁਣ ਆਪਣਾ ਜਿਵੇਂ ਕਿਵੇਂ ਬਈ ਵੀ ਪਹਿਲਾਂ ਤਾਂ ਆਈ ਕਹਿੰਦੇ ਵੀ ਭਜਾਉਣ ਵਾਲੀ ਕਹਿੰਦਾ ਵੀ ਹੁਣ ਸਾਂਝੇ 'ਚ ਜਿਵੇਂ ਜਦ ਤੇਰਾ ਜੀ ਕਰੂਗਾ ਵੀ ਨਹੀਂ ਹੋ ਵੀ ਜਾ ਸਾਨੂੰ ਤੇਰੀ ਨਹੀਂ ਤੇਰਾ ਬਲਦ ਆ ਜੋ ਮਰਜ਼ੀ ਕਰੇ ਅੱਛਾ ਚਲੋ ਹੋਈ ਮਹਾਂ ਚੱਲ ਵੀ ਆਪਾਂ ਉੱਥੇ ਬਲਦ ਕਟਾਲੇ ਦੁਬਾਰਾ ਜੋੜਾਂਗੇ ਰੁੜਕੀ ਇਹਦੇ ਨਾਲ ਵੀ ਪਹਿਲਾਂ ਕਹਿੰਦੇ ਮੈਂ ਵੀ ਮਨੀ ਨਾਲ ਕਰ ਲਿਆ ਬਲਦ ਤੁਸੀਂ ਕਰਨ ਲੱਗ ਗਏ ਕੁਲਵੀਰ ਮੈਂ ਕਰਨ ਲੱਗ ਗਿਆ ਜੀ ਅੱਛਾ ਚਲ ਮਨੀ ਨੂੰ ਵੀ ਮੈਂ ਬੈਠਾ ਮਨੀ ਲਿਆਈ ਬਲਦ ਜਦ ਇੱਥੇ ਕਟਾਲੇ ਬਲਦ ਜੋੜੇ ਜੀ ਮਨੀ ਤੇ ਰੁੜਕੀ ਮਨੀ ਕੋਲੇ ਕਿਹੜਾ ਸੀ ਉਦੋਂ ਮਨੀ ਕੋਲੇ ਜਿਹਨੂੰ ਜੰਡੂ ਕਹਿੰਦਾ ਸੀ ਜੰਡੂ ਬਗਲੀ ਵਾਲੇ ਮਨੀ ਕੋਲੇ ਇਟਲੀ ਆ ਹੁਣ ਹਾਂ ਅੱਛਾ ਚੱਲ ਉੱਥੇ ਜਾ ਕੇ ਜੋੜੇ ਜੀ ਬਹੁਤ ਟਾਈਮ ਫਰਕ ਨਾਲ ਜਿੱਤ ਗਏ ਜੀ ਫਿਰ ਪਹਿਲਾਂ ਫਿਰ ਪਹਿਲਾਂ ਜੀ ਕਿਹਨੂੰ ਜਿੱਤੇ ਕਈ ਬਹੁਤ ਸੀ ਜੀ ਅੱਛਾ ਚਲੋ ਚੱਲਦੇ ਅੱਛਾ ਚੱਲ ਕਹਿੰਦੇ ਦੁਬਾਰਾ ਮੈਂ ਵੀ ਲੈ ਕੇ ਨਹੀਂ ਜਾਣਾ ਰੁੜਕੀ ਬਲਦ ਤੁਸੀਂ ਆਪ ਹੀ ਜਵਾਬ ਦਿੱਤਾ ਵੀ ਆਪ ਹੀ ਜਵਾਬ ਦਿੱਤਾ ਵੀ ਜ਼ਿਆਦਾ ਭੱਜ ਕੇ ਜ਼ੋਰ ਲਾ ਗਿਆ ਤੁਹਾਡੇ ਪਿੰਡ ਗੁੱਜਰ ਵਾਲਾ ਉਹ ਮੇਰੇ ਨਾਲ ਜਾਂਦਾ ਸੀ ਪੱਕਾ ਚਲੋ ਮੈਨੂੰ ਕਾਲਾ ਕਹਿੰਦਾ ਬਾਈ ਤੂੰ ਬੰਨੇ ਤੋਂ ਮੋੜਦਾ ਮੈਂ ਕਾਲਾ ਕੁਛ ਨਹੀਂ ਹੁੰਦਾ ਵੀ ਬਲਦ ਮੋੜ ਦਿਓ ਵੀ ਆਪਾਂ ਕੱਲ੍ਹ ਨੂੰ ਹਠੂਰ ਜੋੜਾਂਗੇ ਅੱਛਾ ਵੀ ਆਪਣੇ ਇਕੱਠੇ ਵੀ ਆਪਾਂ ਕਿਸੇ ਦਾ ਨਹੀਂ ਜੋੜਨਾ ਚਲੋ ਜੀ ਹੁਣ ਘਰ ਨੂੰ ਵੀ ਬਲਦ ਖਾਲੀ ਮੁੜ ਕੇ ਆਇਆ ਘਰ ਦੇ ਵੀ ਕਰਨ ਵੀ ਖਾਲੀ ਮੁੜਦੇ ਆ ਜੋੜ ਦਿੰਦਾ ਵੀ ਰੁਸਤੋਂ ਬਹੁਤ ਜੋੜਦਾ ਜੀ ਸਾਰਾ ਕੁਝ ਮੈਂ ਕੋਈ ਅਸੀਂ ਦੂਏ ਦਿਨ ਜੀ ਹਠੂਰ ਲੈ ਗਏ ਦੋਏ ਇਕੱਠੇ ਜੋੜਤੇ ਜੀ ਪਹਿਲਾਂ ਕਰਕੇ ਕਰ ਗਏ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਚੱਲ ਸੋ ਚੱਲ ਚੱਲ ਪਿਆ ਜੀ ਰੁੜਕੀ ਲੋਕਾਂ ਨੂੰ ਰੁੜਕੀ ਰੁੜਕੀ ਲੱਗ ਗਿਆ ਜੀ ਸਾਰੇ ਕਿਤੇ ਐਵੇਂ ਕਹੀਏ ਜਾਣੀ ਕੁਲਵੀਰੇ ਨੇ ਕਿਸੇ ਦਿਨ ਆਏ ਨਹੀਂ ਕਿਹਾ ਸੀ ਵੀ ਜੰਗ ਉਹਦੇ ਨਾਲ ਜੋੜੀ ਨਾ ਜੋੜੀ ਕੁਛ ਨਹੀਂ ਕਿਹਾ ਅੱਛਾ ਉਹ ਸਿਲਸਿਲਾ ਚੱਲਦਾ ਰਿਹਾ ਹਾਂ ਜੀ ਹਾਂ ਜਿੱਤਦਾ ਚਲੇ ਗਿਆ ਜੀ ਚਲੋ ਗੋਲਡੀ ਬਲਦ ਦਾ ਵੀ ਹੋ ਗਿਆ ਰੁੜਕੀ ਬਲਦ ਦਾ ਵੀ ਇੱਕ ਚੱਲਦਾ ਚਲੇ ਗਿਆ ਜੀ ਸਿਲਸਿਲਾ ਉਦੋਂ ਬਾਅਦ ਕੋਈ ਜ਼ਿੰਦਗੀ 'ਚ ਇਹੋ ਜਿਹਾ ਮਿੱਤਰ ਆਇਆ ਜੀ ਆਪਣਾ ਅੱਛਾ ਉਹ ਕਹਿੰਦਾ ਜੰਗ ਆਪਾਂ ਭਜਾਉਣੇ ਨੇ ਕੁਛ ਵੀ ਹੋ ਗਿਆ ਬਈ ਜੰਗ ਵੀ ਆਪਾਂ ਭਜਾਉਣੇ ਆ ਹਾਂ ਅੱਛਾ ਕੁਛ ਵੀ ਕਰ ਬਹੁਤ ਆਪਾਂ ਭਜਾਉਣੇ ਨੇ ਨਹੀਂ ਜੰਗ ਨੂੰ ਕੀ ਲੋੜ ਸੀ ਜੰਗ ਤਾਂ ਕਲਾਕਾਰ ਬਣ ਗਿਆ ਸੀ ਵੀ ਆਪਦੇ ਭਜਾ ਲਾ ਵੇਚ ਲਾ ਇਹ ਫਿਰ ਇਹ ਇਹ ਲੈਣ ਨੂੰ ਕਾਹਤੋਂ ਇਹ ਇਹ ਤੁਸੀਂ ਜ਼ਿੰਦਗੀ ਦਾ ਗਲਤ ਫੈਸਲਾ ਮੰਨਦੇ ਹੋ ਕਿ ਨਹੀਂ ਮੰਨਦੇ ਮੰਨਦਾ ਜੀ ਗਲਤ ਸਕਾਰਪੀਓ ਦਾ ਕੋਈ ਦੁੱਖ ਨਹੀਂ ਪਰ ਇਹ ਸਾਂਝਗਿਰੀ ਵਾਲੀ ਦਾ ਗਲਤ ਫੈਸਲਾ ਮੰਨਦੇ ਹੋ ਹਾਂ ਬਹੁਤ ਮੰਨਿਆ ਜੀ ਇਹ ਜੇ ਮੇਰੇ ਕਹਿਣ ਦਾ ਮਤਲਬ ਆ ਜਿਹੜੀ ਗੱਡੀ ਤੁਸੀਂ ਉਦੋਂ 10 ਲੱਖ ਦੀ ਛੱਡੀ ਆ ਉਹਦਾ ਅਫਸੋਸ ਨਹੀਂ ਪਰ ਜਿਹੜੀਆਂ ਸਾਂਝਗਿਰੀਆਂ ਹੋਈਆਂ ਇਹਦਾ ਅਫਸੋਸ ਹੋਣਾ ਜੇ ਲਾ ਕੇ ਛੱਡ ਕੇ ਚੱਲੀ ਗਿਆ ਜੀ ਇਹ ਸਿਲਸਿਲਾ ਹਾਂ ਜੀ ਠੀਕ ਹੈ ਜੀ ਆਪਣੇ ਖੇਡ ਕਰਾਈ ਜੀ ਅੱਛਾ ਕਿੱਥੇ ਬੁਲਾਣੇ ਜੀ ਇਸੇ ਪਿੰਡ ਹਾਂਜੀ ਅੱਛਾ ਉਹ ਖੇਡ ਦੀ ਪੂਰੀ ਟੌਪ ਦੀ ਜਿਵੇਂ ਕਹਿ ਦਈਏ ਮਹਾਕੁੰਭ ਸੀ ਉਸ ਟਾਈਮ ਦਾ ਉਹ ਸੰਨ ਦਾ ਉਹ ਸੰਨ ਦਾ ਕੀ ਖਾਸੀਅਤ ਸੀ ਖਾਸੀਅਤ ਜੀ 13 ਦਾ ਪਹਿਲੇ ਮੋਟਰਸਾਈਕਲ ਤੇ ਕਿੰਨੇ 13 ਜੀ ਇਹ ਕਿਹੜੇ ਸੰਨ ਦੀ ਗੱਲ ਆ ਇਹ ਆਪਣੀ 18 ਦੀ ਹੋ ਗਈ 18 ਦੀ ਉਦੋਂ ਬਾਅਦ ਬਹਿਲਪੁਰ ਆਈ ਉਹ ਬਹਿਲਪੁਰ ਵਾਲੀ ਅੱਛਾ ਚਲੋ ਅੱਛਾ 13 ਮੋਟਰਸਾਈਕਲ ਪੰਜਾਬ 'ਚ ਹੋਏ ਨਹੀਂ ਸੀ ਨਹੀਂ ਹੋਏ ਸੀ ਫਰਿੱਜਾਂ ਵਾਸ਼ਿੰਗ ਮਸ਼ੀਨਾਂ 21ਵਾਂ ਜਾ ਕੇ ਵੀ ਆਪਣੇ ਕੂਲਰ ਸੀ ਜਾਣੀ ਰਿਕਾਰਡ ਸੀ ਸਾਰੀ ਦੁਨੀਆ 'ਚ ਜਿੱਥੇ ਪੰਜਾਬੀ ਬੈਠੇ ਆ ਹਾਂਜੀ ਵੀ ਬਲਾਲੇ ਖੇਡ ਆ ਗਈ ਆਹ ਪ੍ਰੋਗਰਾਮ ਹੋ ਗਿਆ ਹਾਂਜੀ ਹਾਂ ਜਿਹੜੇ ਵੀ ਖਿਡਾਰੀ ਕਿਸੇ ਵੀ ਖੇਤਰ 'ਚ ਹੋਣ ਅੱਛਾ ਚਲੋ ਨਹੀਂ ਕਿਸੇ ਨੂੰ ਕੋਈ ਹੋਣੀ ਉਹ 'ਚ ਹੁੱਲੜਬਾਜ਼ੀ ਹੋ ਗਈ ਜੀ ਖੇਡ 'ਚ ਤੁਹਾਡੇ ਕੋਲ ਉਦੋਂ ਕਿਹੜੇ ਬਲਦ ਸੀ ਮੇਰੇ ਕੋਲ ਬਲੱਜ ਸੀ ਪਿੰਕੀ ਸੀ ਦੋਨੇ ਰੁਸਤਮ ਸੀ ਸੁਲਤਾਨ ਬਲਦ ਸੀ ਉਹ ਬਿਲ ਗਏ ਸੀ ਸੁਲਤਾਨ ਦੀ ਉਦੋਂ ਬੱਲੇ ਬੱਲੇ ਸੀ ਕਿ ਉਦੋਂ ਬਾਅਦ ਸੁਲਤਾਨ ਬਣਿਆ ਉਹ ਨਹੀਂ ਸੁਲਤਾਨ ਬਲਦ ਅਸੀਂ ਪਹਿਲਾਂ ਕੋਰਟ ਜਿੱਤ ਗਏ ਸੀ ਪਿੰਕੀ ਅਰ ਸੁਲਤਾਨ ਨੇ ਇੱਕ ਮਾਣਕ ਮਾਜਰੇ ਉੱਥੇ ਮਾਣਕਾ ਜਿੱਤ ਗਏ ਸੀ ਜੀ ਮਾਣਕ ਬਲਦਾਂ 'ਚ ਖੀਰੇ ਵਿੱਚ
ਉਦੋਂ ਬਾਅਦ ਫਿਰ ਜਾਣੀ ਉਹ ਸੁਲਤਾਨ ਬਣ ਗਿਆ। ਉਦੋਂ ਬਾਅਦ ਸੁਲਤਾਨ ਦਾ ਅੱਛਾ ਤੁਸੀਂ ਦਿੱਤਾ ਤੇ ਤਿੰਨ ਬਹੁਤ ਉਦੋਂ ਜਾਣੀ ਰੁਸਤਮ। ਹਾਂਜੀ ਪਹਿਲਾਂ ਵੀ ਬਹੁਤ ਦੁਬਾਰਾ ਹਜੇ ਜੁੜਨੇ ਦੀ ਜਾਨੂੰ ਹੁੱਲੜਬਾਜ਼ੀ ਹੋ ਗਈ ਜੀ। ਅੱਛਾ ਨਹੀਂ ਗੱਲ ਬਣਦੀ ਜੀ, ਚਲੋ ਲਾ ਲਓ ਚਲੋ ਜੋ ਵੀ ਗੱਲ ਕੋਸ਼ਿਸ਼ ਵੀ ਕਰੀਏ। ਹਾਂਜੀ ਉਦੋਂ ਬਾਅਦ ਥੋੜ੍ਹਾ ਜਿਹਾ ਪਿੱਛਾ ਜਿਹਾ ਸਾਈਡ ਜੀ ਕਰ ਲਈ ਮੈਂ ਵੀ ਹੁੱਲੜਬਾਜ਼ੀ ਹੁੰਦੀ ਆ ਖੇਡ ਦੀ, ਵੀ ਗਲਤ ਨਾ ਹੋ ਜਾਵੇ ਕੋਈ ਸਟੈਪ। ਜਾਣੀ ਉਹ ਤੁਹਾਡੇ ਪਿੰਡ ਦੇ ਮੇਲੇ ਨੇ ਹੀ ਉਹ ਸਾਰਾ ਤੁਹਾਡਾ ਵੀ ਜ਼ਿੰਦਗੀ ਦਾ ਉਥਲ ਪੁਥਲ ਕਰਤਾ। ਉਥਲ ਪੁਥਲ ਕਰਤਾ ਜੀ। ਫਿਰ ਤੁਸੀਂ ਪਿੱਛੇ ਹਟੇ ਖੇਡ ਤੋਂ? ਖੇਡ ਤੋਂ ਪਿੱਛੇ ਹਟੇ ਜੀ। ਅੱਛਾ ਹਾਂ ਚਲੋ ਫਿਰ ਉਦੋਂ ਅਗਲੇ ਸਾਲ ਦੇ ਵਿੱਚ ਉਨੀ ਚ ਟਾਵੀਂ ਟਾਵੀਂ ਖੇਡ ਮੈਂ ਪਿੰਕੀ ਨਾਲ ਲਾਈ। ਅੱਛਾ ਉਦੋਂ ਬਾਅਦ ਫਿਰ ਪਿੰਕੀ ਨਾਲ ਜਿਹੜਾ ਤੁਹਾਡੇ ਕੋਲ ਬੱਚਾ ਪਿੰਕੀ, ਹਾਂਜੀ ਉਹਦੇ ਨਾਲ ਫਿਰ ਤੁਸੀਂ ਸ਼ੁਰੂ ਕਰਤਾ? ਹਾਂ ਸ਼ੁਰੂ ਕਰਤੀ, ਟਾਵੀਂ ਟਾਵੀਂ ਖੇਡ ਲਾਈ ਗਿਆ ਜੀ। ਅੱਛਾ ਚਲੋ ਆਪਣੀਆਂ ਵਧੀਆ ਚਾਰ ਪੁਜੀਸ਼ਨਾਂ ਦੇ ਵਿੱਚੋਂ ਪੰਜ ਦੇ ਵਿੱਚੋਂ ਕਰੀ ਗਿਆ ਜੀ। ਤਾਂਦਰੇ ਦੂਜਾ ਕਰ ਗਏ ਸੀ, ਮੋਟਰਸਾਈਕਲ ਜਿੱਤ ਗਏ ਸੀ, ਚੱਲੀ ਗਿਆ ਕੰਮ। ਹਾਂਜੀ ਹਾਂ ਅੱਛਾ ਤੇ ਚੱਲਦੇ ਚੱਲਦੇ ਚੱਲੀ ਗਿਆ ਜੀ। ਫਿਰ ਜੀ ਮਾਸਟਰ ਜੀ ਦਾ ਆ ਗਿਆ ਫੋਨ ਠੁਆਣੇ ਦਾ ਜੀ, ਮਾਸਟਰ ਮਹਿੰਦਰ ਸਿੰਘ ਠੁਆਣੇ ਦਾ। ਅੱਛਾ ਉਹਨਾਂ ਦਾ ਫੋਨ ਆ ਗਿਆ ਕਹਿੰਦਾ ਵੀ ਜੰਗ ਤੈਨੂੰ ਬਲਦ ਗਿਫਟ ਦੇਣਾ। ਮੈਂ ਨਹੀਂ ਜੀ ਵੀ ਠੀਕ ਨਹੀਂ ਹੈਗਾ। ਕਹਿੰਦਾ ਨਹੀਂ ਵੀ ਸਾਡਾ ਕੋਈ ਘਰੇਲੂ ਚੱਕਰ ਆ ਵੀ ਅਸੀਂ ਬਲਦ ਦੇਣਾ ਤੁਹਾਨੂੰ। ਅੱਛਾ ਜੀ ਮੈਂ ਵੀ ਨਹੀਂ ਜੇ ਕੋਈ ਘਰੇਲੂ ਗੱਲ ਆ ਵੀ ਮੈਂ ਆ ਜੂੰਗਾ ਵੀ ਆਪਾਂ ਬੈਠ ਕੇ ਗੱਲ ਕਰ ਲਾਂਗੇ। ਚਲੇ ਗਏ ਜੀ ਮੈਂ ਉੱਥੇ ਠੁਆਣੇ। ਚਲੋ ਹੋਏ ਉਹਨਾਂ ਬਿਠਾ ਲਏ, ਉਹਨਾਂ ਦਾ ਪ੍ਰਾਹੁਣਾ ਜੀ ਉਹ ਸੱਦ ਲਿਆ। ਮੈਂ ਵੀ ਦੇਖੋ ਜੀ ਜੇ ਕਹੋ ਦੂਰ ਬਜ਼ੁਰਗਾਂ ਤੁਸੀਂ ਜੇ ਮੇਰੇ ਨੇੜੇ ਤੇੜੇ ਖੇਡ ਹੋਊਗੀ ਥੋੜਾ ਬਹੁਤ ਜੋੜਨ ਚੱਲ ਜਾਇਆ ਕਰਾਂਗੇ, ਜੇ ਨਹੀਂ ਕੋਈ ਗੱਲ ਨਹੀਂ ਹੋਊ ਪ੍ਰੋਬਲਮ। ਕਹਿੰਦੇ ਨਹੀਂ ਅਸੀਂ ਤਾਂ ਤੈਨੂੰ ਦੇ ਤਾ ਬਹੁਤ। ਮੈਂ ਮਾਤਾ ਜੀ ਦੇਖੋ ਤੁਸੀਂ ਹੈਗੇ ਸਿਆਣੇ ਸਾਡੇ ਬਜ਼ੁਰਗਾਂ ਦੇ ਉਮਰ ਤੇ ਵੀ ਮਰ ਚਿੜੀ ਹੈ ਜਿਉਂ ਚਿੜੀ ਨਹੀਂ ਹੋਣਾ, ਜੇ ਬਲਦ ਰੱਸਾ ਫੜਾਤਾ ਤੇ ਉਹਦੇ ਸਾਹ ਵੀ ਮੇਰੇ ਨੇ ਵੀ ਮੈਂ ਪੰਜ ਕਰਾਂ ਪੰਜਾਹ ਕਰਾਂ ਜੋ ਹੋਆ ਮੇਰਾ ਚਲ। ਚਲੋ ਬਲਦ ਆ ਗਿਆ ਜੀ, ਚਲੋ ਵਧੇ ਨੰਬਰ ਕਰਨ ਲੱਗ ਗਿਆ, ਦੂਜਾ ਤੀਜਾ ਚੌਥਾ ਜਿੱਤਣ ਲੱਗ ਗਿਆ ਜੀ। ਅੱਛਾ ਵਧੀਆ ਭੱਜਦਾ ਚਲੇ ਗਿਆ। ਹੋਈਆਂ ਜੀ ਨਿੱਕੂ ਵੀਰ ਸਹਿਯੋਗ ਹੁਣ ਵੀ ਵਧੀਆ ਆਪਣਾ ਦਿੰਦਾ ਜੀ, ਬਹੁਤ ਥੋੜ੍ਹਾ ਜਿਹਾ ਸੱਟ ਸੁੱਟ ਕਰਕੇ ਲੱਗ ਗਏ ਸੀ ਉੱਥੇ ਚਿੰਤਗੜ੍ਹ ਜੀ, ਬਹੁਤ ਥੋੜ੍ਹਾ ਜਿਹਾ ਨਰਮ ਜਿਹੇ ਭੱਜ ਗਏ। ਉਦੋਂ ਬਾਅਦ ਬਲਦਾਂ ਨੂੰ ਬੁਖਾਰ ਜਿਹਾ ਹੋ ਗਿਆ ਰੋਕ ਲਏ। ਅੱਛਾ ਚਲੋ ਬਾਅਦ ਦੇ ਵਿੱਚ ਆ ਹੁਣ ਖੇਡ ਦੇ ਵਿੱਚ ਨੂੰ ਜਾਣ ਲੱਗ ਗਏ ਸੀ, ਫਿਰ ਕਬੂਤਰਬਾਜ਼ੀ ਚੱਲ ਗਈ ਜੀ। ਇੱਧਰ ਆ ਗਏ ਹੁਣ ਕਬੂਤਰਾਂ ਕੰਨੀ ਆ ਗਏ, ਕਬੂਤਰਾਂ ਵੱਲ ਨੂੰ ਆ ਗਏ ਜੀ ਬਸ। ਸੋ ਇਹ ਸਰਦਾਰ ਜੰਗ ਸਿੰਘ ਜੀ ਬਲਾਲਾ ਜਿਨ੍ਹਾਂ ਨੇ ਬਹੁਤ ਵੱਡਾ ਨਾਂ ਕਮਾਇਆ, ਕਿਉਂਕਿ ਕਿਸੇ ਕਿਸੇ ਦੇ ਹਿੱਸੇ ਗੱਲਾਂ ਆਉਂਦੀਆਂ ਪਿਆਰ ਮੁਹੱਬਤ ਦੀਆਂ ਅਤੇ ਲੋਕ ਪਿਆਰ 'ਚ ਪੈਂਦੇ ਰਹੇ, ਕਿਉਂਕਿ ਉਹਦੀ ਮਿਹਰ ਨਾਲ ਹੀ ਸਭ ਕੁਛ ਹੋਣਾ ਵਾ। ਕਈ ਵਾਰ ਕੋਈ ਆਪਾਂ ਤੋਂ ਫੈਸਲੇ ਹੀ ਇਹੋ ਜਿਹੇ ਹੋ ਜਾਂਦੇ ਆ, ਚਲੋ ਉਹ ਵੀ ਪਰਮਾਤਮਾ ਹੀ ਕਰਦਾ, ਚੰਗਾ ਕੀਤਾ ਮੈਂ ਕੀਤਾ ਮਾੜਾ ਕੀਤਾ ਰੱਬ ਨੇ ਕੀਤਾ, ਉਹ ਗੱਲ ਵੀ ਨਹੀਂ, ਕਰਨ ਵਾਲਾ ਸਭ ਕੁਛ ਹੀ ਜਦੋਂ ਆਪਾਂ ਮਾਲਕ ਰੱਬ ਨੇ ਕਰਨਾ ਜੀ ਉਹੀ ਕਰਨਾ। ਕਿਉਂਕਿ ਮੈਂ ਉੱਥੋਂ ਆਪ ਕਹਿੰਦਾ ਵੀ ਜਿਹੜੀ ਇਹ ਪਰਖ ਦੀ ਕੁਛ ਵੀ ਦਾਤ ਦਿੱਤੀ ਉਹ ਰੱਬ ਦੀ ਆ, ਮਿਹਨਤ ਕੀ ਆ ਜੀ ਪਰਮਾਤਮਾ ਨੇ। ਮੈਂ ਕਾਹਨੂੰ ਕਹਿੰਦਾ ਵਾ ਮੇਰਾ ਚੰਗਾ ਕਰਤਾ ਮੈਂ ਆਹ ਕੁਛ ਕਰਤਾ, ਮੈਂ ਨਹੀਂ ਕੀਤਾ। ਦੇਖੋ ਤੁਹਾਨੂੰ ਮੈਂ ਦੱਸਿਆ ਵੀ ਰਾਮਗੜ੍ਹ ਜ਼ਿੰਦਗੀ 'ਚ ਲਾਸਟ ਨੇ ਪਹਿਲੀ ਵਾਰ ਹੋਰ ਜੰਗ ਜੀ, ਹੁਣ ਆਪਾਂ ਆਖਰ 'ਚ ਪਹੁੰਚ ਗਏ ਆ, ਹੋਰ ਕਿਹੜੇ ਕਿਹੜੇ ਫਿਰ ਤੁਸੀਂ ਇਹ ਖੇਡ 'ਚ ਇੰਨੀ ਮਿੱਤਰਤਾ ਕਮਾਈ ਤੁਹਾਡੇ ਨੇੜੇ ਦੇ ਮਿੱਤਰਾਂ 'ਚ ਜਿਹੜੇ ਅੱਜ ਵੀ ਤੁਹਾਡਾ ਸਾਥ ਦੇ ਰਹੇ ਨੇ? ਅੱਜ ਦਾ ਸਾਥ ਦੇ ਰਹੇ ਨੇ ਜੀ ਆਪਣੇ ਰਣਜੀਤ ਸਿੰਘ ਜੀ, ਸੋਹਤਾ ਘੁੱਲਾਵਾੜੀਆਂ, ਘੁੱਲਾਬਾਈ ਜੀ ਹਾਂਜੀ, ਅੱਛਾ ਸੁੱਖਾ ਨਾਗਰਾ, ਅੱਛਾ ਜੀ ਨਿੱਕੂ USA ਠੁਆਣੇ ਵਾਲੇ, ਅੱਛਾ ਠੁਆਣਾ ਹਾਂਜੀ। ਇਹਨਾਂ ਦਾ ਪਿਆਰ, ਇਹਨਾਂ ਦਾ ਪਿਆਰ ਆ ਜੀ ਪੂਰਾ ਆਪਣਾ ਹਰ ਪੱਖੋਂ ਜੀ, ਅੱਜ ਅੱਜ ਵੀ ਅੱਜ ਦੀ ਜੋ ਆਪਾਂ ਐਵੇਂ ਕਹਦੀ ਮਿੱਤਰਤਾ, ਮਨਦੀਪ ਹੋਣੀ ਬੈਠੇ ਆ, ਮਨਦੀਪ ਤਾਂ ਜੀ ਹਰ ਟਾਈਮ ਨਾਲ ਆ ਜੀ, ਮਨਦੀਪ ਤਾਂ ਭਰਾ ਹਰ ਟਾਈਮ ਨਾਲ ਆ। ਅੱਛਾ ਹੁਣ ਜਿਹੜਾ ਬਾਹਰਲਾ ਬਾਹਰਲਿਆਂ ਦਾ ਬਾਹਰਲੇ ਉਹ ਆ ਤੇ ਇੱਧਰ ਆਪਣੇ ਚਾਚਾ ਜੀ ਦੇ ਮੁੰਡੇ ਰਣਜੀਤ, ਰਣਜੀਤ ਬਾਈ ਜੀ ਹਾਂਜੀ, ਸਾਰੇ ਪਰਿਵਾਰ ਦਾ ਹਾਂਜੀ। ਕਿੰਨੇ ਹੁਣ ਤੁਹਾਡਾ ਫੈਮਿਲੀ 'ਚ ਕੌਣ ਕੌਣ ਆ? ਫੈਮਿਲੀ 'ਚ ਦੇਖੋ ਜੀ ਅਸੀਂ ਦੋ ਬ੍ਰਦਰ, ਅੱਛਾ ਜੀ ਮੇਰੇ ਬੇਟਾ ਬੇਟੀ ਨੇ, ਬੇਟਾ ਬੇਟੀ ਆ ਪੜ੍ਹਦੇ ਆ? ਨਹੀਂ ਜੀ ਬੇਟੀ ਨੇ BSC ਸਾਇੰਸ ਕਰ ਲਈ, BSC ਹਾਂਜੀ, ਅੱਛਾ ਜੀ ਬੇਟੇ ਨੇ BA ਕਰ ਲਈ ਕਲੀਅਰ, ਵਧੀਆ ਐਜੂਕੇਸ਼ਨ ਦਵਾਈ, ਵਧੀਆ ਐਜੂਕੇਸ਼ਨ ਦਵਾਈ ਆ। ਬੇਟੀ ਨੇ BSC ਸਾਇੰਸ ਜੀ, ਸਾਇੰਸ ਟੌਪ 'ਚ, ਚਲੋ ਬਹੁਤ ਵੱਡੀ ਗੱਲ ਹੈ। ਠੀਕ ਹੈ ਜੀ ਬੇਟੇ ਦੇ ਵੀ ਇਹ ਨਹੀਂ ਹੈਗਾ, 10ਵੀਂ ਦੇ 86%, +2 ਦੇ 93%, ਇੱਦਾਂ ਕਰੀ ਆ। ਨਹੀਂ ਹੁਣ ਤੁਸੀਂ ਬੇਟੇ ਨੂੰ ਲਿਜਾਂਦੇ ਹੋ ਗੇਮ 'ਚ ਕਿ ਰੋਕਦੇ ਹੋ? ਨਹੀਂ ਗੇਮ 'ਤੇ ਬਸ ਲੈ ਕੇ ਜਾਈਦਾ ਜੀ, ਪਿੰਡ ਪਿੰਡ ਦੇ ਵਿੱਚ ਨਹੀਂ, ਤੁਹਾਨੂੰ ਪਤਾ ਵੀ ਮਾੜਾ ਦੌਰ ਚੱਲਿਆ ਹੋਇਆ ਹੁਣ ਨਸ਼ੇ ਵਾਲਾ, ਵੀ ਆਪਾਂ ਕਹਿੰਦੇ ਵੀ ਨਾ ਮੁੰਡਿਆਂ 'ਚ ਖੜ੍ਹੇ ਜੀ ਨਾ ਬੈਠੇ, ਜਿਵੇਂ ਕਹਿੰਦੇ ਹੁੰਦੇ ਨੇ ਪਿਓ ਪੁੱਤ ਦੀ ਯਾਰੀ ਔਖੀ ਹੁੰਦੀ ਹੈ ਜੀ, ਸਾਡੀ ਪਿਓ ਪੁੱਤ ਦੀ ਯਾਰੀ ਆ।
नहीं चलो ये बहुत वड्डी भरा वांगू बच्चे दोहां ने कोई भी सलाह करनी है दोहां ने बैठ के करनी है एक दूजे नाल परिवार उड्डा का। हाँ जी हाँ। हुण बच्चा लाओगे कोई बच्चा जी? 2 महीने तो कबूतरबाजी का देखांगे जी। अच्छा लैना तो पूछगा जी। मैदान चाहोगे? मैदान चाहवांगे। हुण किवें आओगे? छोटे पाल के तैयार करके कोई बिचों बच्चों चो कोई बलदा चो बलद कढ़ के जिवें जिहड़ी तुहाडे च कला कलाकारी आ कि सांझा लाओगे? नहीं सांझे वाला नहीं। ये वर्खा पाड़ता? वर्खा पाड़ता जी। जे कोई फिर आके कह लग गया भी? नहीं जी नहीं। हाँ ना किसी का नहीं कुछ भी जानी आप ही बिचों कट के तैयार करोगे कि कोई भज्जिया हट लोगे चाहे कोई कुछ कोई खेड़ चो देख लांगे जा कोई नवा तैयार कर लांगे? तैयार कर लांगे जी। अच्छा आवांगे? ये नहीं है खेड़ नहीं छड़ देखण जानी ये कबूतर वाली भी मूहरे लैके आएंगे जी क्योंकि ये भी मोर बप्पी आना उस्ताद धारे जी। मोर बप्पी आना जी बड़ा खिडारी है? बड़ा खिडारी है जी। अच्छा मैं एक गल जंग जी चलो आप आखिर चले गए ये बहुतों लोग कह तो नहीं उस्ताद धार दे ये तो मैं बहुत सुनया भी कबूतर च उस्ताद धार दे जी फलाने ने उस्ताद धार लिया तो हूँ तो वह फोटो भी पाइया होंगे भी पैसे भी खासी ढेरी होंगी है ये बलदा च दूए लुट का उस्ताद कहते ने सारे। हाँ पर उस्तादा की कदर है ही नहीं फिर वो किमें हूँ मैं तुम हम उस्ताद धारण लिए की किया? मैं देखो जी मोर बप्पी ने उस्ताद धरिया मैं मनदीप गए हाँ असं 3 लाख रुपया कहदे लई जी? उन्होंने उस्ताद बनाने लई। नहीं उस्ताद बनाने का 3 लाख रुपया? 3 लाख रुपया जी दिता उन्होंने कबूतर का उस्ताद धारण लिए 3 लाख रुपया दिता जी। अच्छा हाँ जी उन्होंने खेड वक्री है जी। नहीं फिर हम जे जंग में उस्ताद धार ले रहे हो तो 20 लाख चाहिए फिर? नहीं नहीं जी देखो जी उन्होंने ऐसी जी नस्ल तैयार करी हुई है जिन्हें समझ बहुत आ नस्ल ब्रीड तैयार कर ली ब्रीड ऐसी जी तैयार कर ली बाकी जिहड़ी उन्हां दी देख रेख सांभ आ बहुत बड़ा फर्क है। नहीं उस 3 लाख च फिर वो सारा कुछ दसणगे? दसणगे जी। जे ना दसिया कोई गल नहीं जी। हाँ दस गए जी मैंने बहुत कुछ आ थोड़े मौसम की तब्दीली ना हो गए उन्होंने जो दसिया मैनू वह मैं 3 बाजियां छड़ियाँ 3 का बिन्नर है भी मीह करके कई कबूतर है गए नहीं जे ना मीह हों भी बखरी होगी फर्क है जी बहुत। ये जंग भाई हूँ वो स्कॉर्पियो घापा इधर ना क्ढन लग जाए भी इधर त भाई गल उदू भी वड्डी है? नहीं उन्हां दी गल बहुत वड्डी है जी। अच्छा उस्ताद जी दी गल बहुत वड्डी आ पिछली बार लॉकडाउन हो गया जी। चलो गल तुसीं कहा भी लैणा नहीं मैं जे हुण कोई आ गया थोड़े कोले भी जंग भाई आपां बच्चा सांझा लैणा फिर वो उस्तादां वाली गल भी मैं उधर उस्ताद धारिया नहीं ते इधर नहीं 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 इहदे विच तां जी आपां करनी होनी जी भी हुण तुसीं आपदा ही मैदान चलाओ आपदा ही मैदान लावांगे। सो ये सरदार जंग सिंह जी बड़ाला ये भी अज गल पता लगी है बई कबूतरबाजी चलो सुनी दा बहुत आ पंजाब च ही आपां रहिंदे आ भी वाकई उस्ताद चलो ये आपकी खुशी आ अपने बंदे दी शरदा कोई किसी 5 लाख देवे कोई 10 लाख देवे बड़िया बड़िया गल्लां ने इहदे च कोई दो रामा नहीं इह प्यार दीआं गल्लां ने ते जंग सिंह जी बड़ाला मन नूं धक्का लग्गिया होया बई हुण सिर्फ सिर्फ मैं अपना मर्द लैके भजाऊंगा। जंग सिंह जी गल्लां बातां बड़ियां आपां सांझियां कीतियां अज दी खेड नूं की मानदे हो तुसीं? अज दी खेड दी तां बेनती है जी सारयां नूं मेरी तां हाँ जी भी बाहर वाले NR वीरां नूं भी हाँ जी पंजाब वालियां नूं भी विच हरियाणे वाले भरावां नूं भी आ उह भी आउण लग वधिया आ गए वधिया आ गए जी हाँ जी भी इक प्लेटफार्म ते इकट्ठे होवो जी। अच्छा ठीक है जी क्योंकि अपनी खेड नूं देखण नूं आ पता जी 200-500 बंदा आउंदे ने जी किन्ना दर्शक आउंदा जी लाइव ते किन्ना देखदा जी लखां दी गिणती हो गई हुण हां जी जे ओह आपां दर्शकां दा मनोरंजन ही पूरा कर सकदे फिर आपां नूं फायदा की है जी भी हुण इह खेड मनोरंजन दे भई वधिया खेड भई जिहड़े दर्शक आ जां यूट्यूब ते देखण वाले आ उहनां नूं हां ओह भी खुश हो के कहण भी हां खेड आ जिहड़ी आ ला लो भी आपणे बच्चे देखदे आ हाँ जी हाँ। भावना भी खेड वधिया जा रही है
ਖੇਡ ਵਧੀਆ ਜਾ ਰਹੀ ਹੈ ਜੀ, ਜਿਵੇਂ ਲਾ ਲਓ ਵੀ ਕਿਸੇ ਦਾ ਵੀ ਹੈ, ਚਲੋ ਭਲਵਾਨ ਦੋ ਘੋਲ ਜਾਂਦੇ ਨੇ ਜੀ, ਹਾਂਜੀ ਉਹ ਖਾੜੇ ਖਾੜੇ ਦੇ ਘੋਲਣਾ ਭਲਵਾਨ ਆ, ਉਸ ਟਰੈਕ ਤੱਕ ਰਹਿਣ, ਉਹ ਮੈਦਾਨ ਤੱਕ ਰਹਿਣ, ਜਦੋਂ ਉਹ ਤੋਂ ਟਰੈਕ ਤੋਂ ਬਾਹਰ ਹੋ ਗਏ ਫਿਰ ਭਰਾ ਭਰਾ ਵਾ, ਠੀਕ ਹੈ ਜੀ, ਜਿਹਦਾ ਜਿੱਤਦਾ ਠੀਕ ਆ ਜੀ, ਬਾਕੀ ਉਹਨੂੰ ਵੀ ਨਾਲ ਲਾਓ, ਇਹ ਨਾ ਹੋਵੇ ਵੀ ਚਲੋ ਠੀਕ ਆ ਕਿਸੇ ਤਰੀਕੇ ਨਾਲ ਉਹ ਨਾਲ ਹੋਣ, ਫਿਰ ਇਹ ਖੇਡ ਚੱਲੂਗੀ ਜੀ, ਫਿਰ ਚੱਲੂਗੀ। ਹਾਂ ਤੁਸੀਂ ਸੈਟਿਸਫਾਈ ਹੋ ਹੁਣ? ਹਾਂਜੀ ਹਾਂ ਪੂਰੇ, ਜਿਹੜੇ ਮਨ ਨੂੰ ਧੱਕੇ ਫੱਕੇ ਲੱਗੇ ਨਹੀਂ ਉਹ ਉਹ ਹੁਣ ਮੈਦਾਨ 'ਚ ਪੂਰੇ ਫਿਰ ਉਤਰੋਗੇ? ਹੁਣ ਖੇਡ ਭੱਜੀ ਆ ਜੀ ਇਸੀ, ਸਾਰੀਆਂ ਖੇਡਾਂ ਨੂੰ ਅਸੀਂ ਲਾਈਵ ਦੇਖਦੇ ਸੀ, ਸਾਰੀਆਂ ਖੇਡਾਂ ਨੂੰ ਵੱਧ ਸਵਾਦ ਉਹ ਦਾ ਆ, ਉਹਦੇ ਵਿੱਚ ਇਹ ਸੀ ਵੀ ਉੱਥੇ ਕਲੀਅਰ ਨਹੀਂ ਸੀ ਵੀ ਆਹੀ ਜਿੱਤਦੇ ਆਉਂਦੇ ਨੇ ਇਹ ਜਿੱਤਣਗੇ। ਅੱਛਾ, ਇੱਕ ਜਿੱਤਦਾ ਦੂਜਾ ਕੇ ਉਹਨੂੰ ਕਹਿੰਦਾ ਚੱਲ ਪਰੇ, ਆ ਜਿਹੜੀ 2 ਮਹੀਨੇ ਪਹਿਲਾਂ ਹੋਈ ਆ, ਹਾਂਜੀ ਆ 1.5 ਮਹੀਨੇ। ਅੱਛਾ, ਉਹਦਾ ਜਾਣੀ ਉਹ ਲਾਈਵ ਸਵਾਦ ਆ ਰਿਹਾ ਸੀ ਪੂਰਾ ਜੀ, ਜਦ ਦੂਜੇ ਨੇ ਜਾ ਕੇ ਤੀਜਾ ਕਹਿੰਦਾ ਚੱਲ ਪਰੇ ਤੂੰ ਮੈਂ ਆ ਗਿਆ, ਜਾਣੀ ਉਹ ਘਰੇ ਵੀ ਤਾੜੀਆਂ ਨਿਕਲਦੀਆਂ, ਤਾੜੀਆਂ ਨਿਕਲਦੀਆਂ ਵਾਰੀਆਂ ਨੇ ਜੀ, ਕੋਈ ਝੂਠ ਨਹੀਂ ਯੂਟਿਊਬ ਤੇ ਹੀ। ਹਾਂ ਯੂਟਿਊਬ ਤੇ ਵੀ ਆ ਸਵਾਦ ਆ ਗਿਆ ਵੀ ਆਪ ਮਹਾਰੇ, ਉਹ ਤਾਂ ਗੱਲ ਹੋਣੀ ਆ, ਹਾਂ ਤਾੜੀਆਂ ਵੱਜਣੀਆਂ ਨੇ, ਕੁਛ ਵੀ ਆ ਜੇ ਉਹਨੂੰ ਕੰਪੀਟੀਸ਼ਨ ਮੰਨਦੇ ਆ, ਬਹੁਤ ਵਧੀਆ ਉਹ ਚੀਜ਼ ਜੀ, ਉੱਥੇ ਖਿਡਾਰੀਆਂ ਨੇ ਵੀ ਕੰਪੀਟੀਸ਼ਨ ਮੰਨਿਆ ਤੇ ਆਪ ਇੱਕ ਦੂਜੇ ਸੁਣਿਆ ਜੀ, ਹਾਂ ਇਹ ਕਿਹਾ ਜੀ ਜਿਨ੍ਹਾਂ ਦੇ ਹਾਰੇ ਉਹਨਾਂ ਨੇ ਵੀ ਤਾੜੀਆਂ ਮਾਰੀਆਂ, ਉਹ ਸਮਝਦਾਰ ਬੰਦੇ ਨੇ ਜੀ, ਜਿਹੜਾ ਮੇਰਾ ਜਿੱਤੇ ਤੋਂ ਮੈਨੂੰ ਕੁਝ ਜਿੱਤਦਾ ਮੈਂ ਤਾੜੀ ਮਾਰਾਂ, ਸਮਝਦਾਰ ਬੰਦਿਆਂ ਦਾ ਕੰਮ ਉਹ, ਮੈਨੂੰ ਕਹਿੰਦੇ ਉਹ ਕਹਿੰਦੇ ਹਾਂ ਹੌਸਲਾ, ਜਾਣੀ ਉਹ ਖੇਡ ਦਾ ਘਰੇ ਵੀ ਸਵਾਦ ਆਇਆ, ਉੱਥੇ ਤਾਂ ਉੱਥੇ ਆਉਣਾ ਸੀਗਾ, ਉੱਥੇ ਵੱਖਰਾ ਸਵਾਦ ਹੋ ਜਾਣਾ ਸੀ, ਕਿਉਂਕਿ ਨਾਲ ਨਾਲ ਜਾਂਦਿਆਂ ਦੇ ਬੰਦੇ ਨੂੰ ਪਤਾ ਤਾਂ ਲੱਗਿਆ ਜਾਂਦਾ ਜੀ ਵੀ ਜਿੱਤਦੇ ਜਾਂਦੇ ਨੇ, ਉਹ ਤਾਂ ਸਭ ਨੂੰ ਪਤਾ ਲੱਗਦਾ ਜੀ, ਇਹ ਤਾਂ ਉਹਦਾ ਪਤਾ ਲੱਗਦਾ, ਹੁਣ ਤਾਂ ਜਦ ਹੁਣ ਰੋਜ਼ ਇੱਕ ਕੰਮ ਆਪਾਂ ਦੇਖਦੇ ਜਾਂਦੇ ਹਾਂ ਉਹਦਾ ਤਾਂ ਪੱਕਾ ਲੱਗਣਾ ਹੀ ਹੈ ਜੀ ਪਤਾ। ਸੋ ਇਹ ਸਰਦਾਰ ਜੰਗ ਸਿੰਘ ਜੀ ਬਲਾਲਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਦੱਸੇ, ਕਿੱਥੋਂ ਜਾ ਕੇ ਕਿੱਡੇ ਕਿੱਡੇ ਖਿਡਾਰੀਆਂ 'ਚ ਹੁੰਦੇ ਹੋਏ ਆਪਣੀ ਪੁਜੀਸ਼ਨ ਬਰਕਰਾਰ ਰੱਖੀ, ਅਤੇ ਅੱਜ ਵੀ ਪਰਮਾਤਮਾ ਕਿਰਪਾ ਕਰੇ ਜ਼ਿੰਦਗੀ ਚਲੋ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ, ਡਿੱਗ ਡਿੱਗ ਕੇ ਹੀ ਸਵਾਰ ਹੁੰਦੇ ਆ, ਬੰਦੇ ਨੂੰ ਹੌਸਲਾ ਨਹੀਂ ਹੋਣਾ ਚਾਹੀਦਾ। ਇੱਕ ਮਿਹਣਾ ਵੱਜਿਆ ਸੀ, ਉਸ ਮਿਹਣੇ ਤੋਂ ਬਾਅਦ ਫਿਰ ਜੰਗ ਸਿੰਘ ਬਲਾਲਾ ਜਿਹੜਾ ਸਾਡਾ ਵੀਰ ਮਨਦੀਪ ਕੋਚ ਕਹਿ ਕੇ ਗਿਆ ਸੀ, ਉਹਦੀਆਂ ਗੱਲਾਂ ਨੂੰ ਵੀ ਉਸ ਸਿੱਧ ਕੀਤਾ ਕਿ ਜੋ ਉਪਰਾਲਾ ਸਾਡੇ ਐਮ ਡੀ ਸਾਹਿਬ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਗਰੇਵਾਲ ਸਾਹਿਬ, ਜਿਹੜੇ ਸੱਚੀ ਮੁੱਚੀ ਸੇਵਾ ਕਰ ਰਹੇ ਆ, ਸੱਚੀ ਮੁੱਚੀ ਦੀ ਸੇਵਾ, ਐਡਾ ਵੱਡਾ ਚੈਨਲ ਆ ਜਿਨ੍ਹਾਂ ਦੇ ਲੱਖਾਂ ਵਿਊ ਆ, ਕੋਈ ਫੇਕ ਵਿਊ ਨਹੀਂ ਇਹਨਾਂ ਦਾ ਹੈਗਾ ਵੀ ਆਪਾਂ ਕੁਛ ਪੈਸੇ ਦੇ ਕੇ ਵਿਊ ਬਣਾ ਲਈਏ, ਇਹ ਇਹਨਾਂ ਦਾ ਉਪਰਾਲਾ ਸੇਵਾ ਚੱਲ ਰਹੀ ਆ, ਕੋਈ ਪੈਸਾ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਉਹ ਇਸ ਵੱਡੇ ਉਪਰਾਲੇ ਦੇ ਜੰਗ ਸਿੰਘ ਜੀ, ਕਿਉਂਕਿ ਆਰੀ ਦੇ ਇੱਕ ਪਾਸੇ ਦਿੰਦੇ ਆ ਲੋਕਾਂ ਦੇ, ਇਹ ਜਹਾਨ ਦੇ ਦੋ ਪਾਸੇ ਆ ਜਿਹੜਾ ਇਹ ਉਪਰਾਲਾ ਜੀ, ਹਾਂਜੀ ਇਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸੇਧ ਦਊਗਾ ਜੀ, ਜਿਹੜਾ ਆਹ ਕਰ ਰਹੇ ਹੋ ਵੀ ਕਿਵੇਂ ਗੇਮ ਦਾ ਕੀ ਉੱਧੀ ਆਉਂਦੀ ਆ ਵੀ ਕਿੱਥੇ ਕੀ ਹੁੰਦਾ, ਇਹ ਗਾਹਾਂ ਵੀ ਸੇਧ ਆਉਂਦੀ ਆ ਜੀ, ਜਿਵੇਂ ਹੁਣ ਲਾ ਲਓ ਵੀ ਸਾਡੇ ਜਵਾਕ ਨੇ ਉਹਨਾਂ ਦਾ ਗਾਹਾਂ, ਇਹਨਾਂ ਨੇ ਪੱਕਾ ਰਹਿ ਜਾਣੀ ਇਹ ਚੀਜ਼ ਨੇ, ਕੱਲ ਨੂੰ ਦੇਖਣਗੇ ਨਹੀਂ ਉਹ ਬੰਦੇ ਕਿੰਨੀ ਸੇਵਾ ਕਰ ਰਹੇ ਆ, ਵੱਡੇ ਬਹੁਤ ਵੱਡਾ ਉਪਰਾਲਾ ਜੀ ਮਾਲਵਾ ਟੀਵੀ ਦਾ, ਇਹ ਹਜ਼ਾਰਾਂ ਮੰਨ ਲਓ ਆਪਾਂ ਖੇਡਾਂ 'ਤੇ ਬੁਲਾਉਂਦੇ ਹਾਂ ਇਹਨਾਂ ਦੇ ਜੋ ਚੈਨਲ ਆ ਅੱਜ ਛੋਟੇ ਛੋਟੇ ਜਿਨ੍ਹਾਂ ਦੇ, ਚਲੋ ਮੈਂ ਨਹੀਂ ਇਹ ਗੱਲ ਕਹਿੰਦਾ, ਲੋਕ ਕਹਿੰਦੇ ਆ ਵੀ ਛੋਟੇ ਛੋਟੇ ਉਹ ਜੋ ਵੀ ਉਹਨਾਂ ਦਾ ਆਪਦਾ, ਦੇਖੋ ਹਰੇਕ ਬੰਦੇ ਨੇ ਢਿੱਡ ਲੱਗਿਆ ਰੋਟੀ, ਹਰੇਕ ਨੇ ਢਿੱਡ ਲੱਗਿਆ ਰੋਟੀ ਖਾਣੀ, ਉਹ ਖਾਣੀ ਹੈ ਉਹਨਾਂ ਨੇ ਕਿਸੇ, ਪਰ ਇਹ ਇਮਾਨਦਾਰੀ ਨਾਲ ਐਡਾ ਵੱਡਾ ਚੈਨਲ ਲੱਗਿਆ ਹੋਇਆ, ਕਿਸੇ ਤੋਂ ਕੋਈ ਪੈਸਾ ਨਹੀਂ ਲੈ ਰਿਹਾ, ਕੋਈ ਖੁਸ਼ੀ ਨਾਲ ਚਲੋ 500 ਰੁਪਈਆ ਯਾਰ ਕਿਸੇ ਨੇ ਵੀ ਚਲੋ ਬਾਈ ਜੀ ਤੇਲ ਪਾਣੀ ਪਾ ਕੇ, ਉਹ ਬਸ ਉੱਥੇ ਤੱਕ ਸੀਮਤ, ਕੋਈ ਖੁਸ਼ੀ ਨਾ ਕਿਤੇ ਕਿਸੇ ਨੇ ਵੀ ਐਂ ਨਹੀਂ ਉਹ ਜੀ ਇੰਟਰਵਿਊ ਕਰਨ ਆਇਆ 20,000 ਰੁਪਈਆ 15,000 ਨਾ, ਬਿਲਕੁਲ ਇਹ ਇਹ ਖੁਸ਼ੀ ਤਾਂ ਲੋਕਾਂ ਨੇ ਉਹਨਾਂ ਦੀ ਮਨ ਦੀ ਸ਼ਰਧਾ ਸੀ, ਕਿਉਂ ਵੀ ਸਾਡਾ ਉਹਨਾਂ ਦਾ ਗਰੇਵਾਲ ਸਾਹਿਬ ਅੰਮ੍ਰਿਤ ਜੀ ਦਾ ਬਹੁਤ ਵੱਡਾ, ਜਾਨਵਰਾਂ ਨੇ ਨਾ ਉਹਨਾਂ ਦੇ ਚੈਨਲ ਦਾ ਬਣਾਇਆ, ਹਾਂਜੀ ਹਾਂ, ਚਾਹੇ ਸ਼ਿਕਾਰੀ ਕੁੱਤੇ ਆ, ਚਾਹੇ ਕਬੂਤਰਾਂ ਦੀ ਬਾਜੀ ਆ, ਚਾਹੇ ਘੋੜੇ ਨੇ ਜੀ ਘੋੜੇ ਆ, ਚਾਹੇ ਬਲਦ ਆ, ਬਾਕੀ ਵੀ ਪ੍ਰੋਗਰਾਮ ਚਲੋ ਕਰਦੇ ਆ ਧਾਰਮਿਕ ਵੀ ਸਮਾਜਿਕ ਵੀ, ਤੇ ਇਹ ਵੀ ਵੈਬਸਾਈਟ ਹੈ ਬਹੁਤੀ ਵਧੀਆ ਜੀ, ਇਹ ਨਹੀਂ ਹੈਗਾ ਕਲੀਅਰ ਚੱਲਦੀ ਆ ਕੋਈ ਰੁਕਦੀ ਨਹੀਂ ਵਿੱਚ ਕੋਈ ਆਉਂਦੀ ਨਹੀਂ ਪ੍ਰੋਬਲਮ, ਘਰੇ ਬੈਠੇ ਨੂੰ ਇਹ ਨਹੀਂ ਹੁੰਦਾ ਵੀ ਰੇਂਜ ਟੁੱਟ ਗਈ ਜੀ ਬੰਦ ਹੋ ਗਈ, ਇਹ ਗੱਲ ਤਾਂ ਹੈਗੀ ਆ ਨਾ ਵੀ ਇਹ ਐਡਾ ਚੈਨਲ ਕੋਈ ਪੈਸਾ ਨਹੀਂ ਲੈ ਰਿਹਾ, ਨਾ ਸਾਰਿਆਂ ਨੂੰ ਵੱਡੀ ਗੱਲ ਆ ਜੀ, ਜਿਹਦੇ ਸੱਚੀ ਮੁੱਚੀ ਸੱਚੇ ਵਿਊ ਆ, ਹਾਂਜੀ ਸੱਚੇ, ਉਹ ਨਹੀਂ ਦਿਖਾਇਆ ਵੀ ਆਪਾਂ ਚਲੋ ਉਹ ਗੱਲ ਨਹੀਂ ਆਪਾਂ ਕਰਦੇ ਵੀ ਉਹ ਛੋਟਾ ਜਿਹਾ ਵੀ ਉਹਦੇ 50,000 ਦੂਜੇ ਦਿਨ ਵਿਊ ਹੋ ਜਾਣ, ਉਹ ਤਾਂ ਫਿਰ ਸਭ ਨੂੰ ਪਤਾ ਹੁੰਦਾ ਵੀ ਜਿਹਨੂੰ ਸਾਰੇ, ਉਹਦਾ ਨਹੀਂ ਹੁਣ
ਪਿਛਲੇ ਸਾਲ ਬਾਜੀ ਹੋਈ ਸੀ। ਅੱਛਾ ਜੀ। ਕਬੂਤਰ ਬਾਜੀ ਕਰਾਈ ਅਸੀਂ ਮੰਦੀ ਦੇ ਪਾਸੇ। ਇਹ ਮਾਲਵਾਲੀ ਸੀ? ਮਾਲਵਾਟੀ ਵੀ। ਅੱਛਾ ਜੀ। ਹਫ਼ਤੇ ਵਿੱਚ ਸਾਡੀ 53,000 ਤੋਤੇ ਵੀ ਹੋ ਗਏ ਸੀ। ਅਸਲੀ ਸੀ? ਅਸਲੀ ਸੀ, ਅਸਲੀ ਸੀ। ਸੋ ਇਹ ਵੱਡਾ ਉਪਰਾਲਾ ਕਰ ਰਹੇ ਹੋ ਭਾਜੀ ਤੁਸੀਂ, ਸਲੂਟ ਆ ਤੁਹਾਨੂੰ। ਅੰਮ੍ਰਿਤਪਾਲ ਸਿੰਘ ਜੀ ਗਰੇਵਾਲ ਸਿੱਧਵਾਂ ਬੇਟੇ, ਇਹਨਾਂ ਦਾ ਦਫ਼ਤਰ ਆਪਣਾ ਪੰਪ ਆ, ਬਾਬੇ ਦੀ ਕਿਰਪਾ ਵੀ ਬਹੁਤ ਆ। ਮੈਂ ਤੁਹਾਡਾ ਛੋਟਾ ਵੀਰ ਵਿੱਕੀ ਗਰੇਵਾਲ ਗੁੱਜਰਵਾਲ, ਮੇਰੇ ਨਾਲ ਕੈਮਰਾਮੈਨ ਸਤਨਾਮ ਜੀ। ਇਹ ਸਾਡਾ ਉਪਰਾਲਾ ਜਿਨ੍ਹਾਂ ਵੀਰਾਂ ਨੇ ਇਸ ਖੇਡ ਨੂੰ ਪਿਆਰ ਕਰਦੇ ਹੋ ਤੁਸੀਂ ਜ਼ਰੂਰ ਉਹਨਾਂ ਨੂੰ ਹੌਸਲਾ ਦਿਓ। ਅਸੀਂ ਵਧੀਆ ਵਧੀਆ ਵੱਡੇ ਖਿਡਾਰੀਆਂ ਦੀ, ਚਾਹੇ ਘੋੜਿਆਂ ਦੇ ਖੇਤਰ 'ਚ ਆ, ਚਾਹੇ ਕਬੂਤਰਬਾਜ਼ੀ ਦੇ ਖੇਤਰ ਦਾ, ਚਾਹੇ ਸ਼ਿਕਾਰੀ ਵੀਰ ਆ, ਚਾਹੇ ਬਲਦ ਵਾਲੇ ਆ, ਜਾਂ ਕੋਈ ਧਾਰਮਿਕ ਸਮਾਜਿਕ ਬੰਦੇ ਉਹਨਾਂ ਦੇ ਵੀ ਕਰੇ। ਹੁਣ ਬਾਈ ਜੰਗ ਉਹਨਾਂ ਦੇ ਘਰੇ 4-5 ਬਲਦ ਖੜੇ ਆ, ਉਹਨਾਂ ਬਾਰੇ ਵੀ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ। ਆਪਾਂ ਸਰਦਾਰ ਜੰਗ ਸਿੰਘ ਜੀ ਬੁਲਾਲਾ, ਉਸ ਸਾਹਿਬ ਉਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਅਤੇ ਉਹਨਾਂ ਦੀ ਜੋ ਖੇਡ ਸੀ ਬੈਲ ਗੱਡੀਆਂ ਦੀ ਉਹਦੇ ਬਾਰੇ। ਅਤੇ ਹੁਣ ਆਪਾਂ ਵੀਰ ਜੰਗ ਦੇ ਬਲਦਾਂ ਨਾਲ ਗੱਲਬਾਤ ਕਰਦੇ ਹਾਂ, ਬਲਦਾਂ ਦੇ ਬਾਰੇ। ਬਾਈ ਜੰਗ ਜੀ, ਇਹ ਕਿਹੜਾ ਬਲਦ ਆ? ਇਹ ਬਲਦ ਆ ਜੀ ਟੁਹਾਣਾ। ਟੁਹਾਣਾ ਫਟਫਟ ਮਾਸਟਰ ਮਹਿੰਦਰ ਸਿੰਘ ਟੁਹਾਣਾ, ਉਹਨਾਂ ਨੇ ਰਾਮਗੜ੍ਹ ਤੋਂ ਖਰੀਦਿਆ ਸੀ ਜੀ। ਇਹ 8.5 ਲੱਖ ਰੁਪਈਏ ਦਾ। ਕਿੰਨੇ ਦਾ ਜੀ? 8.5 ਲੱਖ ਰੁਪਈਏ ਦਾ ਜੀ। 8.5 ਲੱਖ ਦਾ? ਹਾਂਜੀ। ਅੱਛਾ, ਇਹਨੇ ਜਿੱਤਾਂ ਕੀਤੀਆਂ ਪ੍ਰਾਪਤ? ਹਾਂਜੀ ਹਾਂ, ਬਹੁਤ ਜਿੱਤਾਂ ਨੇ। ਇਹ ਕਿਹੜੀ ਨਸਲ? ਇੱਕ ਬਾਈ ਜੰਗ ਜੀ ਹੋਰ ਆ, ਤੁਸੀਂ ਜਦੋਂ ਬਲਦ ਦੇਖਦੇ ਹੋ ਖਰੀਦਦੇ ਹੋ, ਉਹਦੇ 'ਚ ਕੋਈ ਨਸਲ ਦੀ ਪਰਖ ਕਰਦੇ ਹੋ? ਨਸਲ ਦੀ ਦੇਖੋ ਜੀ, ਨਗੌਰੀ ਬਲਦ ਨੂੰ ਕਹਿੰਦੇ ਆ ਵੀ ਇਹ ਸੁੱਕੀ ਹੱਡੀ ਦਾ ਸਾਰਾ ਕੁਛ ਆ, ਅਤੇ ਉਹ ਵੀ ਆ। ਹੁਣ ਵਿੱਚ ਬਲਦ ਤਾਂ ਜਿਵੇਂ ਦੇਸੀ ਵੀ ਜਿੱਤੀ ਜਾਂਦੇ ਨੇ, ਭੱਜੀ ਜਾਂਦੇ ਨੇ। ਨਹੀਂ, ਲੰਬਾ ਸਮਾਂ ਨਗੌਰੀ ਕੰਮ ਕਰਦਾ? ਨਗੌਰੀ ਲੰਬਾ ਸਮਾਂ ਭੱਜਦੇ ਉਹਦੇ 'ਚ ਦੇਸੀ ਨਾਲੋਂ। ਦੇਸੀ ਨਾਲ ਦੇਸੀ ਦੀ ਕੀ ਕੀ ਉਹਦੀ ਬਈ ਨਹੀਂ ਖੂਬੀ ਇਹ ਨਗੌਰੀ ਦੀ ਖੂਬੀ ਆ? ਹੁਣ ਸੁੱਕੀ ਹੱਡੀ ਆ, ਤੁਸੀਂ ਵੀ ਜਾਣਦੇ ਹੋ ਜਿਹੜਾ ਖਿਡਾਰੀ ਆ ਜਿਹਨੂੰ ਮੋਟਾ ਹੋਇਆ ਜੀ, ਉਹ ਕਿੰਨਾ ਕੁ ਲੰਬਾ ਭੱਜੂਗਾ ਜੀ। ਸੋ ਇਹ ਗੱਲ ਵੱਡੀ ਆ ਵੀ ਕਿਸੇ ਵੀ ਖੇਤਰ 'ਚ, ਚਾਹੇ ਉਹ ਇਨਸਾਨੀ ਖੇਤਰ ਆ, ਚਾਹੇ ਬਲਦਾਂ ਦਾ ਖੇਤਰ ਆ, ਜਿਹਦੇ 'ਤੇ ਮਾਸ ਆ, ਮੋਟਾਪਾਨ ਆ, ਉਹ ਲੰਬਾ ਸਮਾਂ ਨਹੀਂ ਉਹ ਉਸ ਗੇਮ 'ਚ ਰਹਿ ਸਕਦਾ। ਨਹੀਂ ਰਹਿ ਸਕਦਾ। ਇਹਦਾ ਸਰੀਰ ਦਿਖਾ ਦੋਗੇ? ਜ਼ਰੂਰ ਜੀ। ਇਹਨੇ ਜੰਗ ਬਾਈ ਜੀ ਜਿੱਤਾਂ ਕੋਈ ਪ੍ਰਾਪਤ ਕੀਤੀਆਂ? ਹਾਂਜੀ ਹਾਂ। ਕਿੱਥੇ? ਫੜ ਦੇ ਪੁੱਤ। ਸਨੀ ਫੜ, ਤੂੰ ਮੁਰਿਓ ਫੜ ਦੇ ਪੁੱਤ। ਵਾਹ ਜੀ, ਬਾ 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 ਬਾ। ਇਹ ਕਿੱਧਰ ਢਾਲੇ ਸੀ? ਦੇਖ ਲਓ ਇਹ ਕਿੱਧਰ ਢਾਲੇ। ਕਮਰਾ ਹੋ ਗਿਆ। ਵਾਹ, ਇਹ ਜੰਗ ਜੀ, ਇਹ ਇਹ ਬਾਈ ਤੁਹਾਡੇ ਬੋਲ ਨੂੰ, ਤੁਹਾਡੇ ਬੋਲ ਤੇ ਆ। ਬੋਲ ਤੇ ਕਿਵੇਂ? ਜਾਂ ਟੂਰਨਾਮੈਂਟ 'ਚ ਜਾਂਦਾ, ਹਾਂਜੀ, ਥੋੜੀ ਆਵਾਜ਼ ਸੁਣਦਾ, ਹਾਂਜੀ, ਉਹ ਚੀਜ਼ ਨੂੰ ਤੁਹਾਨੂੰ ਟੇਢਾ ਝਾਕਦਾ ਵੀ ਜਾਂਦਾ ਵੀ ਆਵਾਜ਼ ਆ ਗਈ, ਕਿਉਂਕਿ ਇਹਨੂੰ ਇਹ ਅੱਜ ਹੌਸਲਾ ਇਹ ਹੋਇਆ ਪਿਆ ਵੀ ਆਵਾਜ਼ ਆਈ ਹੈ ਵੀ ਮੈਨੂੰ ਭਜਾਉਣਗੇ। ਅੱਛਾ, ਇਹ ਹੁਣ ਇਹ ਦੇਖ ਲਓ ਤੁਹਾਡੇ ਸਾਹਮਣੇ ਆ, ਜਿਵੇਂ ਆਮ ਲੋਕ ਕਹੀ ਜਾਂਦੇ ਨਸ਼ੇ ਲਾਏ ਤੇ, ਦੱਸੋ ਇਹਨਾਂ ਨੂੰ ਕੀ ਨਸ਼ੇ ਵਾਲੀ ਆ ਗੱਲਾਂ ਜੀ? ਇਹ ਨਹੀਂ ਉਹ ਆਕੜਾ ਨਹੀਂ, ਇਹ ਮੇਰੀ ਆਵਾਜ਼ ਤੇ ਜਾਂ ਫਰਾਟੇ? ਤੁਹਾਡੀ ਆਵਾਜ਼ ਤੇ ਫਰਾਟੇ ਨੇ ਜੀ, ਇਹ ਕਿਤੇ ਮੈਨੂੰ ਟਰਾਲੀ 'ਚ ਨਾ ਢਾਲ ਵੇ। ਨਹੀਂ, ਜਾਂ ਨਹੀਂ ਕਰਦਾ ਜੀ। ਨਹੀਂ ਨਹੀਂ ਜੀ, ਅੱਜ ਵਾਲੀ ਪੋਜੀਸ਼ਨ ਦੇਖੀ ਹੈ ਇਹਦੀ, ਇਹ ਜੀ ਆ ਜੀ ਜੋੜਨ ਦੇ ਟਾਈਮ। ਹਾਂ, ਕੋਈ ਵੀ ਨਵਾਂ ਇਕੱਲਾ ਬੰਦਾ ਜੋੜਿਆ ਬਈ, ਇੰਨਾ ਸੌਗਾ ਜੜਾਈ ਦਾ। ਅੱਛਾ, ਫਿਰ ਹੁਣ ਆਵਾਜ਼ ਨਾਲ ਹੀ ਇਹਦੇ 'ਚ ਭੂਤ ਆ ਗਿਆ? ਜਿੱਦਾਂ ਦੇਖੇ ਤੁਸੀਂ, ਜਿੱਦਾਂ ਹੀ ਟੱਪਣ ਲੱਗਿਆ ਹੋਇਆ। ਚਲੋ ਹਜੇ ਮੈਂ ਬਾਕੀਆਂ ਨਾਲ ਵੀ ਜਾਣ ਪਛਾਣ ਕਰਨੀ, ਸਨੀਆਂ ਨੂੰ ਖੋਲ ਕੇ ਪਰੇ ਕਰ ਫਿਰ। ਅਤੇ ਇਹ ਜੰਗ ਬਾਈ ਜੀ, ਇਹਦੀਆਂ ਵੱਡੀਆਂ ਜਿੱਤਾਂ ਕਿਹੜੀਆਂ ਹੋਈਆਂ? ਵੱਡੀਆਂ ਜਿੱਤਾਂ ਜੀ, ਕਹਿੰਦੀ ਫੇਰਦੇ ਇਹਦਾ ਇੱਥੇ ਰੱਖੀ ਹਜੇ। ਹਾਂਜੀ, ਇਹਨਾਂ ਦੀ ਉਹਨਾਂ ਦਾ ਨਾਗਰੇ ਜੀ ਮੋਟਰਸਾਈਕਲ ਜਿੱਤੇ ਜੀ। ਨਾਗਰੇ ਪਿੰਡ? ਹਾਂਜੀ। ਕਿਹਦੇ ਨਾਲ? ਇਹ ਹੈਗੇ ਜੀ ਮਾਨੇ ਖਾਂ ਭੂਤਨ ਨਾਲ ਜੀ। ਮਾਨੇ ਖਾਂ ਭੂਤਨ? ਹਾਂਜੀ। ਮੋਟਰਸਾਈਕਲ ਜਿੱਤਿਆ? ਮੋਟਰਸਾਈਕਲ ਜਿੱਤਿਆ ਜੀ। ਅੱਛਾ, ਅਤੇ ਆਪਣੇ ਕੋਲ ਆ ਕੇ ਜੀ, ਜਿਵੇਂ ਉੱਥੇ ਫਰਾਲੇ ਖੇਡ ਸੀ ਜੀ। ਹਾਂਜੀ, ਬੁੱਗੇ ਨਾਲ ਜੀ। ਹਾਂਜੀ, ਤੀਜੀ ਪੋਜੀਸ਼ਨ ਸੀ ਬੁੱਗਾ ਬਾਈ ਚੜੀਆਂ ਵਾਲਾ। ਹਾਂਜੀ ਹਾਂ। ਅੱਛਾ ਜੀ, ਤੇ ਜੱਗੀ ਬਾਈ 80 ਨਾਲ। ਹਾਂਜੀ, ਰੂਮੀ ਤੇ ਫੱਲੇ ਵਾਲ ਜੀ। ਮੋਟਰਸਾਈਕਲ ਨਹੀਂ, ਚੌਥੀ ਪੋਜੀਸ਼ਨ। ਅੱਛਾ, ਜਾਣੀ ਉਹ 8.5 ਲੱਖ ਦੀ ਤੁਹਾਨੂੰ ਖੁਸ਼ੀ ਦਿੱਤੀ ਆ ਮਾਸਟਰ ਉਹਨਾਂ ਨੂੰ, ਬਲਬੀਰ ਨਿੱਕੂ ਉਹਨਾਂ ਨੂੰ, ਰਣਵੀਰ ਉਹਨਾਂ ਨੂੰ, ਮਾਸਟਰ ਟੁਹਾਣੇ ਉਹਨਾਂ ਨੇ ਤੁਹਾਨੂੰ ਜੰਗ ਬੁਲਾਣੇ ਨੂੰ ਦਿੱਤੀ ਆ ਜੀ? ਖੁਸ਼ੀ ਦਿੱਤੀ ਆ? ਹਾਂਜੀ, ਖੁਸ਼ੀ ਦਿੱਤੀ ਆ। ਚਲੋ ਜੀ, ਤੇ ਆ ਬੱਚਾ ਜੀ? ਇਹ ਬੱਚਾ ਜੀ ਲਿਆ ਹੁਣ ਹਰਿਆਣੇ ਤੋਂ। ਅੱਛਾ, ਹਾਂਜੀ, ਤਿਆਰ ਕਰਦੇ ਆ? ਹਾਂਜੀ, ਤਿਆਰ ਕਰਦੇ ਆ ਹੜਬਤ। ਹਾਂਜੀ, ਉਹ ਕਮਲੇ ਉਰੇ ਆ ਜਾ। ਇਹ ਜੰਗ ਬਾਈ ਸਾਰੇ ਫਰਾਟੇ ਮਾਰਦੇ ਆ, ਇਹਨੇ ਤਾਂ ਆਵਾਜ਼ ਸੁਣੀ ਨਹੀਂ ਹੋਈ ਹਜੇ। ਆਇਆ ਕੱਪੜੇ ਕੁਪੜਿਆਂ ਕਰਕੇ। ਅੱਛਾ, ਫੜ। ਇਹ ਹਰਿਆਣੇ 'ਚੋਂ ਲਿਆਂਦਾ? ਇਹ ਹਰਿਆਣੇ 'ਚੋਂ ਲਿਆ ਜੀ। ਉਧਰ ਨਗੌਰ ਜਾਂਦੇ ਹਰਿਆਣੇ 'ਚ ਕਿੱਥੋਂ ਜਾਣ ਲੱਗ ਗਏ? ਇਹ ਨਹੀਂ ਜੀ, ਇਹ ਤਾਂ ਰਕਬੇ ਖੇਡ ਸੀ। ਅੱਛਾ, ਦੇਖਣ ਨੂੰ ਐਂ ਚੰਗਾ ਲੱਗਿਆ, ਅਸੀਂ ਬਿਨਾਂ ਭੱਜੇ ਤੋਂ ਪਹਿਲਾਂ ਲੈ ਲਿਆ। ਉਸ ਦਿਨ ਭੱਜਿਆ ਨਹੀਂ ਸੀ, ਪਹਿਲਾਂ ਹੀ ਲੈ ਲਿਆ? ਪਹਿਲਾਂ ਲੈ ਲਿਆ। ਅੱਛਾ, ਫਿਰ ਉਹਨਾਂ ਹਰਿਆਣੇ ਵਾਲੇ ਨਾਲ ਜੁੜਿਆ ਨੇ, 8ਵੀਂ ਪੋਜੀਸ਼ਨ ਹਾਸਲ ਕਰੀ ਉੱਥੇ ਰਕਬੇ। ਅੱਛਾ, ਉਦੋਂ ਬਾਅਦ ਇਹ ਖੇਡ ਲਾਈ ਆ,
ਦੂਰ ਦੀ ਹੋਈ, ਉਦੋਂ ਬਾਅਦ ਰੋਕ ਲਿਆ ਜੀ। ਰੋਕ ਲਿਆ ਵੀ ਹਾਂ ਜਾਨ ਘੱਟ ਸੀ। ਜਾਣੀ ਤਿਆਰ ਆ ਇਹ? ਨਹੀਂ ਹਜੇ ਵੀ ਉਹ ਜਾਨ ਬਣੀ ਨਹੀਂ ਅਜੇ। ਉਹ ਭਾਦੋਂ ਵੇਲੇ ਆਜੂ? ਭਾਦੋਂ ਦੇ ਵੇਲੇ ਪੂਰਾ ਟੌਪ। ਹੁਣ ਦੰਦੀ ਇਹ? ਹਜੇ ਦੁੱਗ ਪੱਟੀ ਹੋਈ। ਦੁੱਗ ਪੱਟ ਉਦੋਂ ਰਹੂ ਦੁੱਗਾ? ਹਾਂਜੀ ਹਾਂ। ਜਾਣੀ ਉਹ ਬਚਪਨ ਤੋਂ ਜਵਾਨੀ ਦੀ ਦਲੀ ਤੇ ਪੈਰ ਧਰ ਲਿਆ। ਹਾਂਜੀ ਹਾਂ। ਅੱਛਾ ਜੀ। ਅੱਛਾ ਇਹ ਵੱਡਾ ਬਲਦ ਜੀ? ਇਹ ਆ ਜੀ ਪਿੰਕੀ ਬਲਦ। ਪਿੰਕੀ, ਪਿੰਕੀ ਇਹਨੂੰ ਨਾਂ ਕਿਵੇਂ ਦੇਤਾ? ਪਿੰਕੀ ਜੀ ਇਹ ਜਿਵੇਂ ਕਹਿੰਦੇ ਨੇ ਮੋਗੇ ਵਾਲੀ ਪਿੰਕੀ ਮਸ਼ਹੂਰ ਸੀ। ਜਿਹਨੇ ਫਿਲਮੀ ਐਕਟਰ? ਨਹੀਂ, ਇੱਕ ਪਿੰਕੀ ਦੀ ਉਹ ਫਿਲਮ ਦੇ ਵਿੱਚ ਕਹਿੰਦੇ ਨੇ ਜਸਵਿੰਦਰ ਭੱਲੇ ਹੋਣੀ ਜੀ। ਜਸਵਿੰਦਰ ਭੱਲੇ ਕਮੇਡੀ ਦੇ ਵਿੱਚ ਵੀ ਮਾਂ ਦੀ ਧੀ ਨੇ ਕਿਸੇ ਨੇ ਜਵਾਬ ਹੀ ਨਹੀਂ ਦਿੱਤਾ। ਪਿੰਕੀ ਮੋਗੇ ਵਾਲੀ? ਮੋਗੇ ਵਾਲੀ। ਅਸੀਂ ਕਿਹਾ ਵੀ ਜਾ ਭੱਜਣ ਲੱਗ ਗਿਆ ਵੀ ਆਪਾਂ ਕਿਸੇ ਨੂੰ ਜਵਾਬ ਨਹੀਂ ਦੇਣਾ, ਹਰੇਕ ਨਾਲ ਜੋੜਨਾ। ਅੱਛਾ, ਜੋੜਨਾ ਹਰੇਕ ਨਾਲ ਆ? ਹਾਂ ਬਈ, ਜਿਵੇਂ ਪਿੰਕੀ ਨੀ ਜਵਾਬ ਦਿੰਦੀ ਸੀ ਉਵੇਂ ਆਪਾਂ ਵੀ ਨੀ ਕਿਸੇ ਨੂੰ ਜਵਾਬ ਦੇਣਾ। ਅੱਛਾ ਜੀ। ਹਾਂਜੀ, ਇਹਨੇ ਛੋਟੇ ਜਿਹੇ ਨੇ ਪਹਿਲੀ ਖੇਡ ਜਾ ਕੇ ਜੀ ਪੰਜਵਾਂ ਨੰਬਰ ਕਰਿਆ ਜੀ। ਅੱਛਾ ਜੀ, ਪਹਿਲੀ ਖੇਡ ਜਾ ਕੇ ਜੀ। ਅੱਛਾ, ਸੋਲਖੀਆਂ? ਅੱਛਾ ਜੀ। ਅਤੇ ਉਦੋਂ ਬਾਅਦ ਦੇਖੋ ਜੀ ਮੋਟਰਸਾਈਕਲਾਂ ਦਾ ਗਿਣਤੀ ਨਹੀਂ ਕਿੰਨੇ ਕਿੰਨੇ ਛੋਟੇ ਨੇ ਜਿੱਤਣੇ। ਹਾਂਜੀ, ਬਲਦਾਂ 'ਚ ਵੀ ਬੱਚਿਆਂ 'ਚ ਵੀ। ਪੈਂਕੀ ਤੋਂ ਪੈਂਕਾ ਬਣ ਗਿਆ? ਹਾਂਜੀ, ਇਹ ਉਹ ਬੋਲਦਾ ਜਿਹੜਾ ਤੁਸੀਂ ਬੋਲੀ ਲਾਉਂਦੇ ਹੁੰਦੇ ਸੀ ਟਾਈਮ ਕੀਪਰੀ ਦੇ ਵਿੱਚ ਵੀ ਪੱਕੀਆਂ ਕੰਧਾਂ 'ਚ ਕਿੱਲ ਲਾਉਣਾ ਜਾਣਦੇ। ਅੱਛਾ, ਇਹ ਉਹ ਬੋਲਦਾ? ਇਹ ਉਹ ਬੋਲਦਾ ਜੀ, ਇਹਨੇ ਕਿੱਲ ਲਾਏ ਕੰਧ 'ਚ ਲਾਏ ਆ? ਲਾਏ ਨੇ ਜੀ। ਮਾਣ ਕਰਦੇ ਉਹਦੇ 'ਤੇ? ਮਾਣ ਆ ਜੀ ਪੂਰਾ। ਆਉਣ ਵਾਲੇ ਸਮੇਂ 'ਚ ਆਊ ਟਰੈਕ 'ਤੇ? ਹਾਂਜੀ ਹਾਂ, ਹੁਣ ਤੁਹਾਡੇ ਸਾਹਮਣੇ ਜੀ ਇਹ ਲਾ ਲਓ ਵੀ ਆਪਾਂ ਕਿਹੜਾ ਉੱਦਾਂ ਲੈ ਘਰ ਖੜੇ ਨੇ ਨਹੀਂ ਅਜੇ ਲੱਗੇ। ਦੱਸੋ ਜੀ, ਸਾਂਭੇ ਪੂਰੇ ਹੋਏ ਜੀ? ਹਾਂਜੀ ਹਾਂ, ਸੇਵਾ ਪੂਰੀ ਚੱਲ ਰਹੀ ਹੈ? ਪੂਰੀ ਚੱਲ ਰਹੀ ਹੈ ਜੀ। ਠੀਕ, ਫਰਾਟੇ ਸਾਰੀ ਜੰਗ ਬਾਈ ਮਾਰਦੇ ਦੇਖ ਲਓ ਜੀ। ਹਾਂਜੀ, ਦੇਖ ਲਓ। ਅੱਛਾ, ਸੋ ਇਹ ਜੰਗ ਬਾਈ ਦਾ ਪੈਂਕੀ ਬੋਲਦ ਜਿਹਨੇ ਪੱਕੀਆਂ ਕੰਧਾਂ 'ਚ ਕਿੱਲ ਲਾਏ ਹੋਏ ਆ। ਇੱਕ ਉਹ ਛੋਟਾ ਬੱਚਾ ਖੜਾ ਜੀ, ਇਹ ਆਇਆ ਜੀ ਰਾਜਸਥਾਨ ਤੋਂ ਹੁਣ। ਅੱਛਾ, ਇਹਦਾ ਗਿਫਟ ਇਹ ਆਇਆ ਜੀ, ਇੱਕ ਤੋਹਫਾ ਆਇਆ? ਤੋਹਫਾ ਆਇਆ ਜੀ। ਅੱਛਾ, ਇਹ ਉੱਧਰ ਰਾਜਸਥਾਨੀ ਅੰਨਾ ਜੀ ਹੈ? ਇਹਦੇ 'ਚ ਕੋਈ ਗੁਣ? ਗੁਣ ਲੱਗਿਆ ਨਹੀਂ, ਉਹਨੇ ਅੰਨੇ ਨੇ ਵੀ ਬਹੁਤ ਕੁਛ ਕਿਹਾ ਜੀ ਇਹਦੇ ਬਾਰੇ। ਹਾਂ, ਫੋਟੋਆਂ ਭੇਜਤੀਆਂ ਸੀ, ਕਹਿੰਦੇ ਵੀ ਬਹੁਤਾ ਜਾਣੀ ਮੇਰੇ ਮਨ ਵੀ ਲੱਗਦਾ, ਚਲੋ ਆਏ ਤੇ ਜੋ ਅਸੀਂ ਸਾਨੂੰ ਦਿਖਿਆ ਸਾਨੂੰ ਵੀ ਬਹੁਤ ਕੁਛ ਲੱਗਦਾ ਜੀ। ਜਾਣੀ ਉਹ ਕਿਉਂਕਿ ਤੁਹਾਡਾ ਤਜਰਬਾ ਦੋ ਬੰਦਿਆਂ ਦਾ ਉੱਧਰ, ਉਹ ਦੇਣ ਵਾਲੇ ਦਾ ਤਜਰਬਾ, ਵੱਡੀਆਂ ਗੱਲਾਂ ਹੋ ਜਾਣੀਆਂ ਜੀ। ਚਲੋ, ਪਰਮਾਤਮਾ ਕਿਰਪਾ ਕਰੇ ਜਿਹੜੀਆਂ ਤੁਸੀਂ ਗੱਲਾਂ ਸੋਚ ਕੇ ਲਿਆ ਉਹ ਇਹਦੇ ਖਰਾ ਉਤਰੇ। ਸੋ ਇਹ ਸੀ ਸਰਦਾਰ ਜੰਗ ਸਿੰਘ ਜੀ ਬਲਾਲਾ, ਸਮਰਾਲੇ ਦੀ ਬਿਲਕੁਲ ਬੁੱਕਲ 'ਚ ਵਸਿਆ ਹੋਇਆ ਪਿੰਡ, ਲੁਧਿਆਣੇ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਆ। ਬਾਈ ਜੰਗ ਸਿੰਘ ਜੀ ਬਲਾਲਾ ਕੋਚ ਊਈ ਨਹੀਂ ਕੋਚ ਕਿਹਾ ਜਾਂਦਾ। ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਸਾਡੀ ਸਾਰੀ ਮਾਲਵਾ ਟੀਵੀ ਵੱਲੋਂ ਜੋ ਇਹ ਉਪਰਾਲਾ ਕੀਤਾ ਜਾ ਰਿਹਾ, ਕਿਹੋ ਜਿਹਾ ਤੁਹਾਨੂੰ ਲੱਗ ਰਿਹਾ? ਜਿਨ੍ਹਾਂ ਨੇ ਸਾਡਾ ਇਹ ਟੀਵੀ ਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰਿਓ, ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀ ਅੱਜ ਦੀ ਜੋ ਇਹ ਇੰਟਰਵਿਊ ਆ ਬਾਈ ਜੰਗ ਸਿੰਘ ਜੀ ਬਲਾਲਾ ਨਾਲ ਤੁਹਾਨੂੰ ਕਿਹੋ ਜਿਹੀ ਲੱਗੀ। ਸਾਡੇ MD ਸਾਹਿਬ ਨੂੰ, ਕਿਉਂਕਿ ਸਾਰੀ ਟੀਮ ਨੂੰ ਹੌਸਲਾ ਹੁੰਦਾ ਤੁਹਾਡੀ ਸੇਵਾ ਕਰ ਰਹੀ ਆ, ਅਤੇ ਪਰਮਾਤਮਾ ਇਵੇਂ ਜਿਵੇਂ ਕਿਰਪਾ ਕਰੇ ਮੇਰੇ ਵੱਲੋਂ, ਜਾਣੀ ਤੁਹਾਡਾ ਛੋਟਾ ਵੀਰ ਵਿੱਕੀ ਗਰੇਵਾਲ ਗੁੱਜਰਵਾਲ, ਕੈਮਰਾਮੈਨ ਸਤਨਾਮ ਜੀ, ਅਤੇ ਸਾਡੇ MD ਇਸ ਚੈਨਲ ਦੇ ਓਨਰ ਗਰੇਵਾਲ ਸਾਹਿਬ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਗਰੇਵਾਲ ਸਿੱਧਵਾਂ ਬੇਟ, ਜਿਨ੍ਹਾਂ ਦਾ ਇਹ ਵੱਡਾ ਉਪਰਾਲਾ ਵਾ। ਸਮੇਂ ਸਮੇਂ ਦੇ ਖਿਡਾਰੀਆਂ ਨਾਲ ਤੁਹਾਡੀ ਜਾਣ ਪਛਾਣ ਕਰਾ ਰਹੇ ਹਾਂ, ਕੋਈ ਗਲਤੀ ਹੋਈ ਹੋਵੇ ਮਾਫ਼ ਕਰਿਓ। ਫਿਰ ਮਿਲਾਂਗੇ ਅਗਲੇ ਕਿਸੇ ਖਿਡਾਰੀ ਦੇ ਨਾਲ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ।